ਮੈਂ ਬੁਲਦਲੇ ਲਾਹੌਰ ਹੋਇਆ, ਛੱਡ ਦੇ ਤੂੰ ਹੋਰ ਕਰਾ ਦੇ, ਮੈਂ ਮਿਸਟਰ ਬੁਲਦਲ ਆ, ਤੂੰ ਮੈਨੂੰ ਲੰਥ ਪਾ ਦਿੱਤੇ। ਇਹਨੂੰ ਵੀ ਉਹਨਾਂ ਦਸਤੀ ਬੰਬ ਫੜਾਏ ਤੇ ਇੱਕ ਮੁੰਡੇ ਨੂੰ ਫੜਾ ਕੇ ਤੇ ਉਹਨਾਂ ਨੂੰ ਇੰਜਣ 'ਚ ਪਿੰਨਾ ਕਰ। ਉਹਨੂੰ ਪਤਾ ਵੀ ਇੱਥੇ ਬੰਬ ਮਾਰਿਆ, ਬੰਬ ਸਾਇਆ ਉਹਨੇ ਅਨਾਊਂਸਮੈਂਟ ਕਰੀ, ਦਾਨਿਸ਼ ਘਰ ਚੰਦਾ ਯਾਰ, ਦਾਨਿਸ਼ ਘਰ ਚੰਦਾ। ਨਹੀਂ ਨਹੀਂ ਨਹੀਂ, ਲੜਾਈ 'ਚ ਜੰਗ 'ਚ ਠੀਕ ਹੋ ਗਿਆ, ਇਹਨੇ ਰਾਕਟ ਲਾਂਚਰ ਫੜਾਇਆ ਕਿ ਇੰਜ ਚੁੱਕ ਤੇ ਇੰਜ ਚੁੱਕਿਆ। السلام علیکم ناظرین، ٹی ٹائم میں خوش آمدید، کیسے آپ سب؟ ماشاء اللہ جی، زندگی جینے کا نام ہے، پانی پینے کا نام ہے، واہ کیا بات ہے، کپڑے سینے کا نام ہے، واہ واہ کپڑے سینے، چلو کیا پاکستان کے ایک شہر کا نام دینا ہے، میں دینے کا نام پاکستان کا جو ایک شہر ہے اس کا نام دینے کا شہر ہے۔ ہاں جی، کیسے ہو سب؟ ٹھیک ہو؟ ماشاء اللہ زبردست۔ اچھا جی، اج ہونا دیدار ماہی دا، اج ہونا دیدار۔ ناظرین لو جی، پچھلے شو چ اسی گل کیتی سی کہ فرید صاحب نو ਅਗਲੇ ਸ਼ੋਅ 'ਚ ਦੱਸਾਂਗੇ ਅਸੀਂ ਗੇਮ। ਫਰੀਦ ਸਾਹਿਬ ਗੱਲ ਇਹ ਹੈ ਜੀ, ਤੁਹਾਨੂੰ ਅਸੀਂ ਇੱਕ ਜਗ੍ਹਾ 'ਤੇ ਲੈ ਕੇ ਜਾਈਏ, ਓਕੇ, ਇੱਕ 10 ਕਦਮਾਂ ਦਾ, 10 ਕਦਮ ਵਾਏ ਦਾ, 1 2 3 4 5 6 7 ਆਹ 8 ਤੋਂ 10 ਕਦਮ, ਇੱਕ ਛੋਟਾ ਜਿਹਾ ਬ੍ਰਿਜ ਬਣਿਆ ਲੋਹੇ ਦਾ, ਇੰਨਾ ਚੌੜਾ, ਜਿਹ 'ਚ ਤੁਸੀਂ ਈਜ਼ੀ ਤੁਰ ਸਕਦੇ ਹੋ। ਉਹਦੇ ਸਾਈਡਾਂ 'ਤੇ ਸਪੋਟਾਂ ਲੱਗੀਆਂ ਨੇ, ਜੰਗਲਾ ਟੈਪ ਲੱਗਾ, ਉਹ ਬਿਲਕੁਲ ਸਟਿਲ ਆ, ਮਤਲਬ ਉਹ ਜਿਵੇਂ ਜੈਨੂਇਨ ਪੁੱਲ ਹੁੰਦਾ ਉਂਝ ਆ, ਇਹ ਨਹੀਂ ਕਿ ਉਹ ਹਿੱਲੇ ਜੁੱਲੇ ਜਾਂ ਉਹ 'ਚ ਕੋਈ ਟੈਕਨੀਕ ਜਾਂ ਉਹਦੇ ਵਿੱਚ ਕੋਈ ਮਤਲਬ ਇੰਜ ਲਰਜ, ਉਹ ਆਪਣੀ ਜਗ੍ਹਾ 'ਤੇ ਸਟਿਲ ਆ। ਉਹਦੇ ਸਾਹਮਣੇ ਇੱਕ ਮੂੰਹ ਵੇਖਣ ਵਾਲਾ ਸ਼ੀਸ਼ਾ ਲੱਗਾ, ਯਾਨੀ ਜਿੱਡਾ ਉਹ ਚੌੜਾ ਪੁੱਲ ਆ ਨਾ, ਏਡਾ ਹੀ ਉਹਨੇ ਮੂੰਹ ਵੇਖਣ ਵਾਲਾ ਸ਼ੀਸ਼ਾ ਲੱਗਾ। ਇਹ ਉਹਦਾ ਸਪੋਟ ਆ ਪਹਿਲਾਂ, ਯਾਨੀ ਕਿ ਉਹਦਾ ਪੁਆਇੰਟ ਆ ਜਿੱਥੇ ਤੁਸੀਂ ਖਲੋਤੇ ਹੋ। ਸ਼ਰਤ ਇਹ ਆ ਕਿ ਤੁਸੀਂ ਇੰਜ ਕਰਕੇ ਉਸ ਪੁੱਲ 'ਤੇ ਜਾਣਾ, ਟਨ 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 ਟਨ, ਸ਼ੀਸ਼ੇ ਨੂੰ ਹੱਥ ਲਾਉਣਾ ਵਾ, ਟਨ 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 ਟਨ, ਵਾਪਸ ਆ ਜਾਣਾ, ਬਸ ਤੁਸੀਂ ਜਿੱਤ ਗਏ। ਔਰ ਇਸ ਆਉਣ ਜਾਣ ਦੇ ਦਰਮਿਆਨ ਤੁਹਾਡੀ ਬੋਡੀ ਜਿਹੜੀ ਆ, ਬੋਡੀ ਪੂਰੀ, ਉਹ ਜੰਗਲਿਆਂ ਦਾ ਟੱਚ ਨਾ ਹੋਵੇ। ਹਾਂਜੀ ਯਾਰ, ਇਹ ਛੋਟੀ ਜਿਹੀ ਗੱਲ 'ਤੇ ਤੁਸੀਂ ਇੰਨੀ ਲੰਮੀ ਗੱਲ, ਜਦੋਂ ਮਰਜ਼ੀ ਤੁਸੀਂ ਮੈਨੂੰ ਹੁਣ ਕਹੋ, ਜਦੋਂ ਮਰਜ਼ੀ ਤੁਸੀਂ ਲਾ ਲਓ, ਸ਼ਰਤ ਸ਼ਰਤ ਲਾ ਦਿਓ, ਮੈਂ ਨਹੀਂ ਕਹਿ ਰਹੇ। ਹਾਂ, ਤੈਨੂੰ ਗੱਲ ਸਮਝ ਆ ਰਹੀ ਮੈਂ ਕੀ ਕਹਿ ਰਿਹਾ? ਤੁਸੀਂ ਕਿਹਾ ਇੱਕ ਬ੍ਰਿਜ ਵਾ, ਸਟਿਲ ਬ੍ਰਿਜ ਵਾ, ਉਹਦੇ ਵਿੱਚ ਕਰੰਟ ਕਰੰਟ ਤੇ ਨਹੀਂ, ਕੁਛ ਨਹੀਂ, ਓਕੇ, ਸਾਹਮਣੇ ਉਹਦੇ ਸ਼ੀਸ਼ਾ ਲੱਗਾ ਇੱਕ, ਉਹਨਾਂ ਹੀ ਕੱਟ ਕੇ ਉਹਨਾਂ ਨੇ ਬ੍ਰਿਜ ਦਾ, ਜੀ 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 ਜੀ, ਤੁਸੀਂ ਜਾਣਾ ਵਾ, ਤੁਸੀਂ ਜਾ ਕੇ ਬ੍ਰਿਜ ਨੂੰ ਟੱਚ ਨਹੀਂ ਕਰਨਾ ਹੈਗਾ, ਸਿੱਧਾ ਜਾ ਕੇ ਸਟਿਲ ਜਾ ਕੇ ਉਹਨੂੰ ਹੱਥ ਲਾ ਕੇ ਵਾਪਸ ਆ, ਬਸ ਬਸ। ਇਹਦੇ 'ਚ ਕਿਹੜੀ ਰੋਕਟ ਸਾਇੰਸ ਆ ਮੈਨੂੰ ਦੱਸੋ? ਵੇਖੇਗਾ ਤੇ ਲੱਗ ਜਾਏਗਾ ਪਤਾ, ਉਹ ਯਾਰ ਵੇਖੇਗਾ। ਮੈਂ ਅੱਛਾ ਜੀ ਭਾਈ, ਇੱਥੇ ਬਹਿ ਕੇ ਤੁਹਾਨੂੰ ਕਹਿ ਦਿੰਦਾ, ਚਾਹੇ ਜਾਂ ਮੈਂ, ਇਹਦੇ 'ਚ ਕੋਈ ਸ਼ੁਗਲ ਨਹੀਂ, ਕੋਈ ਇਹਦੇ 'ਚ ਚੇਜ਼ਾ ਨਹੀਂ, ਕੋਈ ਇਹਦੇ 'ਚ ਇਹ ਨਹੀਂ ਡਰਾਮਾ ਵੀ ਸ਼ੋਅ ਹੋ ਰਿਹਾ ਸੀ ਚਾਹ ਜੀ ਮੈਂ ਹਾਰ ਗਿਆ। ਸ਼ਰਤ ਦੱਸੋ ਕੀ ਲੋਣੀ ਜੀ? ਸੱਚੀ ਮੁੱਚੀ ਉਹ 10 ਕਦਮ ਆਇਆ, ਮਿੰਟ 'ਚ ਤੂੰ ਆਉਣਾ ਹੀ ਨਹੀਂ, ਤੁਸੀਂ ਲਾਉਣੀ ਸ਼ਰਤ ਕਿ ਮੈਨੂੰ ਤੁਸੀਂ ਕੀ ਇਨਾਮ ਦਿਓ ਤੁਹਾਨੂੰ ਭੈਣ? ਮੈਂ ਤੁਹਾਨੂੰ ਕੰਮ ਤੋਂ ਨਹੀਂ ਕੱਢਾਂਗਾ, 10 ਹਾਂ, ਮੈਂ ਤੁਹਾਨੂੰ 5,000 ਰੁਪਇਆ ਕੈਸ਼ ਇਨਾਮ ਉੱਥੇ ਖੜੇ ਦੇ ਦਾਂਗਾ, ਜਦੋਂ ਤੁਸੀਂ ਵਾਪਸ ਆਓਗੇ 5,000 ਰੁਪਇਆ ਲੈਣਾ, ਤੁਸੀਂ ਦੱਸੋ ਕੀ ਦਿਓਗੇ? ਮੈਂ ਤੁਹਾਨੂੰ 5,000 ਰੁਪਇਆ ਦਾਂਗਾ, ਉਹੀ
ਜਿਹੜਾ ਤੁਸੀਂ ਮੈਨੂੰ ਕਹਿਣ ਦਿਓ, ਮੈਂ ਜੇ ਹਾਰ ਗਿਆ ਤੇ ਮੈਂ ਦਿਆਂ। ਠੀਕ ਹੈ ਜੀ, ਠੀਕ। ਲੇਕਿਨ ਅਸੀਂ 5-5 ਹਜ਼ਾਰ ਰੁਪਇਆ ਇੱਥੋਂ ਫੜਾ ਕੇ ਜਾਣਾ। ਫੜਾ ਕੇ ਯਾਰ ਕਿਹੜਾ ਰੋਣਾ ਬਾਈ। ਨਹੀਂ ਨਹੀਂ ਦੱਸ। ਹਾਂਜੀ ਦੱਸ ਦੱਸ। 5,000 ਰੁਪਇਆ ਸਰ ਜੀ ਇੱਥੋਂ ਫੜਾ ਕੇ ਜਾਣਾ। ਸਰ ਜੀ ਫੜਾ ਕੇ ਹੀ ਦਿਆਂਗਾ। ਚਲੋ ਜੀ ਡਨ ਹੋ ਗਿਆ। ਲਓ ਜੀ ਨਾਜ਼ਰੀਨ, ਇਹਦੇ ਹਾਲੇ ਆਧਾਰ ਰਹਿ ਗਿਆ। ਅਸੀਂ ਜਾਵਾਂਗੇ, ਰਿਕਾਰਡ ਕਰਕੇ ਆਵਾਂਗੇ। ਤੁਸੀਂ ਭਾਅ ਜੀ ਪੈਸੇ ਫੜਾਉਣੇ ਬਸ। ਉਹ ਯਾਰ ਗੱਲ ਸੁਣ ਮਿੱਠੇ, ਚਲੋ ਮੈਂ ਸ਼ੁਗਰ। ਅੱਛਾ ਜੀ, ਨਹੀਂ ਜਾਣਾ ਨਹੀਂ, ਪਤਾ ਕੀ ਹੋਣਾ, ਸਾਡੇ 4 ਕੈਮਰੇ ਲੱਗੇ ਆ, 1 ਕੈਮਰੇ ਨਾਲ ਜਾਵਾਂਗੇ ਅਸੀਂ, ਰਿਕਾਰਡ ਕਰ ਲਾਂਗੇ ਕਿਸੇ ਵੀ ਦਿਨ ਜਾ ਕੇ। ਰਿਕਾਰਡ ਕਰਕੇ ਉਹ ਅਸੀਂ ਲਿਆ ਕੇ ਨਾਦਰੀ ਨੂੰ ਦਿਖਾ ਲਾਂਗੇ ਕਿ ਭਾਅ ਜੀ ਫਰੀਦ ਸਾਹਿਬ ਨਾਲ ਆ, ਦੇ ਲਓ ਜੀ ਜਿੱਤ ਗਏ ਨੇ ਫਰੀਦ ਸਾਹਿਬ, ਹਾਰ ਗਏ ਨੇ ਜਾਂ ਜੋ ਵੀ। ਤੁਸੀਂ ਕੁਛ ਪੁੱਛਣਾ ਪੁੱਛ ਲਓ, ਕੁਛ ਤੁਸੀਂ ਪੁੱਛਣਾ ਕਿ ਵੀ ਉਹ ਇੱਦਾਂ ਦੇ ਨਹੀਂ ਇੱਦਾਂ ਦੇ। ਹਰ ਹੀ ਪਹਿਲਾਂ ਅਸੀਂ ਐਡੇ ਅਸੀਂ ਬੇਵਕੂਫ ਤਾਂ ਨਹੀਂ ਨਾ ਹੈਗੇ ਕਿ ਅਸੀਂ ਤੁਹਾਨੂੰ ਇੱਦਾਂ ਜਾਣ ਦਾ 5,000 ਦੇ, ਕੁਛ ਤਾਂ ਹੋਏਗਾ ਨਾ। ਤੁਸੀਂ ਉਹ ਸਾਨੂੰ ਜੋ ਪੁੱਛਣਾ ਆਪਣਾ ਪੁੱਛ। ਪਹਿਲਾ ਸਵਾਲ ਕਰੰਟ ਤੇ ਉਹਦੇ ਚ ਕੋਈ ਨਹੀਂ ਪਾਇਆ। ਅੱਛਾ, ਦੂਸਰਾ ਸਵਾਲ ਕੋਈ ਜ਼ਹਿਰੀਲੀ ਚੀਜ਼ ਨਹੀਂ ਪਾਈ? ਨਹੀਂ ਪਾਈ। ਠੀਕ ਹੋ ਗਿਆ। ਤੀਸਰਾ ਸਵਾਲ ਇਹ ਵਾ ਕਿ ਮਤਲਬ ਉੱਥੇ ਕੋਈ ਅੰਧੇਰਾ ਵਾ ਕਿ ਉਹਦੇ ਚ ਬੰਦਾ ਡਿੱਗ ਪੈਂਦਾ? ਨਹੀਂ ਨਹੀਂ ਨਹੀਂ, ਤੁਹਾਨੂੰ ਨਜ਼ਰ ਆਏਗਾ ਸਾਫ਼। ਬਸ ਆ 3-4 ਗੱਲਾਂ ਸੀ ਬਸ। ਜੀ ਜੀ, ਡਰਾਏਗਾ ਵੀ ਤੁਹਾਨੂੰ ਕੋਈ ਨਹੀਂ। ਬਸ ਸਹੀ ਬਈ, ਹੁੰਦਾ ਨਾ ਕਿ ਤੁਸੀਂ ਜਾ ਰਹੇ ਤੇ ਕੋਈ ਇੱਕਦਮ ਕੋਈ ਬੰਦੇ ਨੇ ਡਰਾਤਾ ਜਾਂ ਕੋਈ ਚੌਂਕਾਤਾ, ਯਾਨੀ ਕਿ ਤੁਹਾਨੂੰ ਇੱਕਦਮ ਕੋਈ ਚੀਜ਼ ਡਿੱਗੀ, ਕੋਈ ਉੱਤੋਂ ਕੋਈ ਆਈ, ਏਦਾਂ ਦਾ ਕੋਈ ਚੱਕਰ ਨਹੀਂ। ਤੁਸੀਂ ਜਦੋਂ ਉਹਦੇ ਤੇ ਪਹਿਲਾ ਪੈਰ ਰੱਖਣਾ ਨਾ, ਉਹ ਜੋ ਤੁਸੀਂ ਦੇਖ ਰਹੇ ਹੋਣਾ ਨਾ, ਮਤਲਬ ਕਿ ਉਹ ਪੁੱਲ ਤੇ ਸਾਹਮਣੇ ਸ਼ੀਸ਼ਾ ਜੋ ਤੁਸੀਂ ਦੇਖ ਰਹੇ ਹੋਣਾ, ਸਟਿਲ ਉਹੀ ਰਹਿਣਾ ਵਾਪਸੀ ਤੱਕ। ਉਹਦੇ ਚ ਕੋਈ ਚੇਂਜਿੰਗ ਹੋਵੇ ਭਾਵੇਂ ਮੈਂ ਹਾਰ ਗਿਆ। ਓਕੇ, ਔਰ ਤੈਨੂੰ ਉਸਤਾਦ ਜੀ ਨਾਲ ਲੈ ਕੇ ਜਾਣਗੇ, ਉਸ ਤੱਕ ਛੱਡਣਗੇ? ਨਹੀਂ ਨਹੀਂ ਨਹੀਂ, ਇਹ ਪਹਿਲੇ ਕੱਲਾ ਜਾਏਗਾ, ਵਾਪਸ ਆਏਗਾ, ਫਿਰ ਅਸੀਂ ਚੱਲ ਜਾਂਗੇ। ਨਹੀਂ ਨਹੀਂ, ਤੁਸੀਂ ਉਹਦੇ ਚ ਕੋਈ ਟੋਇਆ ਟਿੱਬਾ ਨਹੀਂ, ਕੋਈ ਵੀ ਪੁੱਲ ਮੈਂ ਤੁਹਾਨੂੰ ਕਹਿ ਦੇਵਾਂ ਜੀ, ਪੁੱਲ ਆ ਦੇ ਵਿੱਚ ਇੱਕ ਜਗ੍ਹਾ ਤੇ, ਇੰਨੀ ਕੁ ਜਗ੍ਹਾ ਤੇ ਪੁੱਲ ਨਾ ਹੋਵੇ ਤੇ ਤੇਰਾ ਪੈਰ ਸੱਟ ਲੱਗਣ ਦਾ ਕੋਈ ਚਾਂਸ ਨਹੀਂ। ਤੇਰੇ ਨਾਲ ਬਾਹਰੋਂ ਕੁਛ ਨਹੀਂ ਹੋਣਾ, ਤੂੰ ਅਗਰ ਨਾ ਆਇਆ ਤਾਂ ਤੂੰ ਆਪਣੀ ਵਜ੍ਹਾ ਤੋਂ ਨਹੀਂ ਆਉਣਾ, ਚੀਜ਼ ਤੈਨੂੰ ਕੋਈ ਕੁਛ ਨਹੀਂ ਕਹੇਗੀ। ਹਾਂ ਠੀਕ ਹੈ ਭੈਣ, ਸ਼ਰਤ ਲੱਗ ਗਈ। 5,000 ਰੁਪਇਆ ਮੇਰੀ ਤਨਖਾਹ ਥੋੜੀ ਘੱਟ ਦੇ ਦਿੱਤੀ ਉਸਤਾਦ ਜੀ ਨੇ, ਕੋਈ ਐਸੀ ਗੱਲ ਸਖੀ ਦਿਲ ਬੰਦਾ ਵਾ, ਲੇਕਿਨ ਤੂੰ ਨਹੀਂ ਮੈਂ ਤੂੰ ਕਿੰਨੀਆਂ ਸ਼ਰਤਾਂ ਘੁੱਟੀਆਂ ਵਾ, ਫਰੀਦ ਸਾਹਿਬ ਨੂੰ ਲੱਗਦਾ ਤੇਰੇ ਕੋਲ ਆਉਣਗੇ। ਮਿੱਠਾ ਜੀ ਅੱਜ ਤੱਕ ਸਾਬਤ ਕਰ ਦਿਓ ਕਿ ਉਸਤਾਦ ਜੀ ਨੇ, ਚਲੋ ਡਨ ਹੋ ਗਿਆ ਭਾਈ, ਓਕੇ ਕਰੋ। ਮੈਂ ਵਿਹਾਰ ਦਾ ਬੰਦਾ ਉਹ ਨਹੀਂ ਹੈਗਾ। ਚਲੋ ਭਾਈ ਓਕੇ ਕਰੋ, ਓਕੇ ਭਾਈ ਡਨ ਹੋ ਗਿਆ। ਸ਼ਰਤ ਲੱਗ ਗਈ, ਤੁਸੀਂ ਲਾਉਣੀ ਭਾਈ? ਨਹੀਂ ਭਾਜੀ, ਭੱਲੇ ਨਾਲ ਤੁਸੀਂ। ਹਾਂਜੀ ਤੁਸੀਂ? ਨਹੀਂ ਭਾਜੀ, ਮੈਂ ਉੱਤੋਂ ਲਾਣੀ ਆ ਉੱਤੋਂ। ਅੱਛਾ, ਉੱਤੋਂ ਮਤਲਬ ਤੁਸੀਂ ਦੋਵਾਂ ਨੇ? ਤੁਸੀਂ ਇਹਦੇ ਲਓ ਜਾਂ ਮੇਰੇ ਲੋਕ ਕਿਸੇ ਚੋਂ ਸ਼ਰਤ ਲਾਉਣੀ? ਮੈਂ ਤੁਹਾਡੇ ਤੇ, ਤੁਹਾਡੇ ਮੈਂ ਤੁਹਾਡੇ ਨਾਲ ਲਾਉਣੀ। ਤੁਸੀਂ? ਮੈਂ ਵੀ। ਤੁਸੀਂ? ਮੈਂ ਫਿਰ ਰਹਿਣ ਦਿੰਦਾ। ਨਹੀਂ ਤੂੰ ਇਹਦੇ ਨੂੰ ਲਾ ਨਾ, ਮੈਂ ਆ ਜਾਣਾ ਵਾ ਯਾਰ, ਕੁਛ ਵੀ ਨੀ ਈਜ਼ੀ ਆ। ਚੱਲ ਫਰੀ, ਕਿੱਦਾਂ ਕਰੀ 4,000 ਤੂੰ ਕਰ ਲਈ ਗਾ। ਓਕੇ ਸਾਹਿਬ, ਚਲੋ ਜੀ ਲਾ ਜੀ ਫਰੀ, ਜਨਵਰ 2,000 ਰੁਪਏ ਮੇਰਾ ਸਤਾ ਜੀ ਲੋ। ਆਪਣਾ ਜਿਹੜਾ ਬਜਟ ਬਣਾਉਣਾ ਹੁੰਦਾ ਨਾ ਘਰ ਦਾ, ਉਹਦੇ ਚੋਂ 5,000 ਕੱਟ। ਚਲੋ ਇੱਦਾਂ ਕਰੋ ਭੈਣ, ਡਬਲ ਡਬਲ ਦੇ ਨਾਲ ਖੇਡ ਲਓ, ਯਾਨੀ ਤੁਸੀਂ 10 ਦੇਣਾ ਮੈਂ 20 ਦੇਣਾ, 15 ਦੇਣਾ ਮੈਂ 30 ਦੇਣਾ, ਤੁਸੀਂ ਇਹਨਾਂ ਹੀ 5 ਨੂੰ 10 ਕਰ ਲਵੋ। ਨਹੀਂ ਨਹੀਂ ਇਹ ਨਹੀਂ ਨਾ, ਇਹ ਤਾਂ ਲੱਗ ਗਈ। ਮੈਂ ਆਪਣੀ ਔਕਾਤ ਤੋਂ ਵੱਧ ਕੇ ਨਹੀਂ ਖੇਡਦਾ ਹੁੰਦਾ ਕੋਈ ਵੀ ਚੀਜ਼। ਚਲੋ ਠੀਕ ਹੈ, ਚਲੋ 100 ਰੁਪਏ ਦੀ ਲਾ ਤੇ। ਯਾਰ ਜਦੋਂ ਤੂੰ 10 ਲਾਇਆ ਇੱਕ ਮਿਸਾਲ ਆ ਤੇ ਤੈਨੂੰ 20 ਮਿਲਿਆ, ਤੇ ਉਹ ਤੇਰੀ ਔਕਾਤ ਤੋਂ ਕਿੰਨਾ ਵੱਧ ਤੈਨੂੰ ਮਿਲਣਾ? ਉਹ ਤਾਂ ਠੀਕ ਹੈ, ਲੇਕਿਨ ਜੇ ਫਰਜ਼ ਕਰੋ 5 ਦੇ ਵਿੱਚ ਜੋ ਤੁਸੀਂ ਦੱਸਿਆ ਟਰਮ ਕੰਡੀਸ਼ਨ ਸਹੀ ਰਹੀ, ਜੇ ਉਹਦੇ ਚ ਕੋਈ ਐਸੀ ਗੱਲ ਨਾ ਹੋਈ, ਫਰਜ਼ ਕਰੋ ਮਤਲਬ ਮੈਨੂੰ ਕਿਤੇ ਕੋਈ ਐਸਾ ਹੁਣ ਹੋ ਹੀ ਜਾਂਦਾ, ਅੱਲਾ ਜਾਣੇ ਹੁਣ ਅੱਗੇ ਕੀ ਆ,
ਮੇਰੀ ਗੱਲ ਸੁਣ ਬਾਸ, ਮੈਸੇ ਨਹੀਂ ਜਿਹੜਾ ਸ਼ੀਸ਼ਾ ਹੀ ਆ, ਸ਼ੀਸ਼ੇ ਨੂੰ ਸ਼ੀਸ਼ਾ, ਹਾਂ ਸ਼ੀਸ਼ੇ ਚ, ਸ਼ੀਸ਼ਾ ਵੀ ਜੈਨੂਇਨ ਸ਼ੀਸ਼ਾ, ਜਿੱਦਾਂ ਆਹ ਸ਼ੀਸ਼ਾ ਇੱਥੇ ਹੁੰਦਾ ਇਹ ਸ਼ੀਸ਼ਾ, ਅਤੇ ਬਸ ਪੁੱਲ ਵੀ ਉਹ ਜਿਹੜਾ ਬਣਿਆ ਉਹ ਇੱਦਾਂ ਬਣਿਆ ਕਿ ਤੂੰ ਇਹ ਯਾਰ ਤੂੰ ਬਾਅਦ 'ਚ ਇਹ ਕਹਿ ਦੇਵੇ ਕਿ ਭਾਅ ਜੀ ਸ਼ੀਸ਼ਾ ਜਾਂ ਪੁੱਲ ਜਾਂ ਕੋਈ ਮਤਲਬ ਮੈਨੂੰ ਕਿਸੇ ਚੀਜ਼ ਨੇ ਡਰਾਇਆ ਵਾ ਜਾਂ ਮੈਨੂੰ ਕੋਈ ਝਟਕਾ ਲੱਗਾ ਜਾਂ ਮੈਨੂੰ ਕੋਈ ਅਰਥ ਲੱਗਾ। ਇੱਕ ਮਿਸਾਲ ਆ ਮੇਰੀ ਗੱਲ ਸੁਣ, ਤੂੰ ਕਹਿੰਦਾ ਉਹਦੇ 'ਚ ਅਰਥ ਤਾਂ ਨਹੀਂ ਹੁੰਦਾ, ਪਾਗਲ ਦੇ ਪੁੱਤਰ ਨੇ ਕਿ ਵੀ ਉਹਦੇ 'ਚ ਅਰਥ ਛੱਡ ਦੇਣ, ਉਹਦੇ 'ਚ ਅਰਥ ਆਵੇ ਤੇ ਉਹ ਤਾਂ ਬੰਦਾ ਵਾਪਸ ਹੀ ਦਿਲ ਕਰੇ ਨਾ, ਬੱਚੇ ਮਰਨ, ਅਰਥ ਕਿਉਂ ਲਾਉਣਾ, ਨਾਲੇ ਅਰਥ ਹੋਵੇ ਵੀ ਤੂੰ ਜੁੱਤੀ ਪਾਈ ਹੋਣੀ, ਜੁੱਤੀ ਪਾ ਕੇ ਤੂੰ ਆਰਾਮ ਨਾਲ ਜਾਣਾ, ਸ਼ੀਸ਼ੇ ਨੂੰ ਹੱਥ ਲਾਉਣਾ ਤੇ ਤੂੰ ਆ ਜਾਣਾ, ਹੱਥ ਵੀ ਨਾ ਲਾਈ ਭਾਵੇਂ ਸ਼ੀਸ਼ੇ ਨੂੰ, ਮਤਲਬ ਇੰਜ ਕੋਲ ਆ ਕੇ ਵਾਪਸ ਆ ਜੀ, ਉਹ 10 ਕਦਮ ਤੇ ਬੰਦਾ ਹੋਰ ਕੀ ਕਰਾ ਦੇਣਾ। ਲੋ ਜੀ ਬਸ, ਜਦੋਂ ਤੂੰ ਬਾਹਰ ਰਹਿਣਾ ਤਾਂ ਤੂੰ ਸ਼ਰਤ ਹਾਰਨੀ, ਉਹ ਤਾਂ ਫਿਰ 10,000 ਮੇਰੇ ਲੋ ਜੀ, 20,000 ਤੁਹਾਡੇ ਲੋ ਜੀ, ਡਨ ਹੋ ਗਿਆ, ਡਨ ਕਰੋ। ਲੇਕਿਨ ਫਰੀਦ ਮੈਂ ਤਾਂ ਤਵਾਸ ਨਹੀਂ ਹੱਥੇ ਤੇ, ਤੂੰ ਫੜਾ ਨਹੀਂ ਕਰਦੇ ਵਧਾਇਆ ਸਾਹ ਜੀ ਹਲ, ਉਹ ਸਾਡਾ ਨਾਲ ਹੀ 5, ਮੇਰਾ 5 ਦਾ 10, ਹਾਂਜੀ 10 ਜਿਹੜਾ ਉਹਦੇ ਵਿੱਚ ਕੀ ਕੀ ਬਣ ਕੇ, ਮੇਰਾ 2 ਤੁਹਾਡਾ, 2 ਤੇਰਾ, 6 ਮੇਰਾ, ਨਹੀਂ ਨਹੀਂ ਜਾਂ 25-2500 ਤੁਹਾਡਾ, ਓਕੇ ਹੋ ਗਿਆ, ਨਹੀਂ ਨਹੀਂ 20,000 ਦੇਣਾ ਨਾ ਅਸੀਂ, ਹਾਂਜੀ 5,000 ਤੁਹਾਡਾ, 10 ਮੇਰਾ, ਓਕੇ ਡਨ ਕਰੋ, ਤੁਸੀਂ ਵਧਾਓ, ਮੇਰਾ ਵੀ ਡਨ, 2,000 ਹੋ ਗਿਆ, 2,000 8 13 2 ਦਾ, ਮਜਬੂਰੀ ਕੋਈ ਨਹੀਂ ਸੁਣਨੀ, ਪੈਸੇ ਪਹਿਲੇ ਫੜ ਕੇ ਜਾਣਾ ਅਸੀਂ, ਹਾਂਜੀ ਹਾਂਜੀ, ਅਸੀਂ ਵੀ 5 ਪਹਿਲੇ ਹੀ ਫੜਾਵਾਂ, ਅਸੀਂ ਵੀ, ਅਸੀਂ ਤੈਨੂੰ ਫੜਾ ਲਾਂਗੇ ਭਾਈ, ਹੋਰ ਦੱਸ ਫਰੀਦ, ਅਸੀਂ ਮਜਬੂਰੀਆਂ ਨਹੀਂ ਸੁਣਨੀਆਂ ਕਿ ਮੈਂ ਕੋਈ ਇੰਜ ਹੋ ਗਿਆ, ਤਨਖਾਹ ਲੇਟ ਆ, ਆਹ ਸਾਵਾਂਗੇ ਯਾਰ, ਐਡੀ ਕਿਹੜੀ ਗੱਲ ਯਾਰ, ਉਹਨੂੰ ਕਰਨਾ ਯਾਰ, ਤੂੰ ਗੈਸ ਕਰ ਫਰੀਦ ਕਿ ਅਸੀਂ ਕਿਉਂ ਕਹਿ ਰਹੇ ਕਿ 20,000 ਲੈ ਲਈ, ਕਿਉਂ ਕੀ ਹੋਏਗਾ ਤੇਰੇ ਹਿਸਾਬ ਨਾਲ? ਮੇਰੇ ਹਿਸਾਬ ਨਾਲ ਉੱਥੇ ਤੁਸੀਂ ਯਾਨੀ ਇਹ ਹੋਏਗਾ ਕਿ ਕੋਈ ਉੱਥੇ ਚੱਕਰ ਚੁੱਕਰ ਆਉਣ ਦਾ ਜ਼ੇਨ ਹੋਏਗਾ ਵੀ ਬੰਦੇ ਨੂੰ ਚੱਕਰ ਆ ਜਾਂਦੇ ਆ ਉਸ ਬ੍ਰਿਜ ਤੇ ਜਾ ਕੇ ਤੇ ਉਹ ਬੰਦਾ ਡੋਲ ਜਾਂਦਾ, ਉਹ ਵੱਜ ਜਾਂਦਾ ਸਾਈਡ ਤੇ, ਇਹੀ ਤੁਸੀਂ ਕਹਿੰਦੇ? ਇਹਦਾ ਕੋਈ ਤੈਨੂੰ ਰੌਲਾ ਨਹੀਂ, ਇਹਦਾ ਨਹੀਂ ਮੈਨੂੰ ਚੱਕਰ, ਨਹੀਂ ਚੱਕਰ, ਚੱਕਰ ਉੱਥੇ ਕੀ ਆਉਣੇ ਚੱਕਰ, ਯਾਨੀ ਸਟਿਲ ਪੁੱਲ ਖੜਾ ਵਾ, ਹਿੱਲਣ ਨਹੀਂ ਦਿਆ, ਸਾਹਮਣੇ ਸ਼ੀਸ਼ਾ ਸਟਿਲ ਆ, ਉੱਥੇ ਕਿੱਦਾਂ ਤੁਹਾਨੂੰ ਚੱਕਰ ਆ ਜਾਣੇ, ਤੇਰੇ ਤੇ ਕੋਈ ਸਪਰੇਅ ਕਰ ਦੇਣੀ? ਨਹੀਂ ਨਹੀਂ, ਜਦੋਂ ਬੁਲੰਦੀ ਤੇ ਹੋਵੇ ਕੋਈ, ਨਹੀਂ ਬੁਲੰਦੀ ਵੀ ਨਹੀਂ, ਬੁਲੰਦੀ ਤੇ ਬਰਾਬਰ, ਬੁਲੰਦੀ ਵੀ ਨਹੀਂ ਤੇ ਫਿਰ ਯਾਰ ਬੁਲੰਦੀ ਇੱਥੇ ਫੈਸਲਾਬਾਦ ਚ ਸੀ, ਕਿਹੜੀ 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 ਬੁਲੰਦੀ ਹੈ ਜਿੱਥੇ ਇਦਾਂ ਦਾ ਕੰਮ ਹੋ? ਨਹੀਂ ਉਹ ਬਿਲਡਿੰਗਾਂ ਬੜੀ ਬੜੀ ਵੱਡੀ ਬਿਲਡਿੰਗ ਵਾ ਫੈਸਲਾਬਾਦ ਚ ਵੀ, ਉਹਦੇ ਤੇ ਹੋ ਸਕਦਾ ਵੀ ਵਿਚਕਾਰ ਕਿਤੇ ਬ੍ਰਿਜ ਹੋਵੇ, ਯਾਨੀ ਦੋ ਬਿਲਡਿੰਗਾਂ ਦੇ ਵਿਚਕਾਰ, ਅਗਰ ਉਹ ਵਿਚਕਾਰ ਬ੍ਰਿਜ ਹੋਏਗਾ ਤੇ ਉਹ ਕੋਈ ਰਸਤਾ ਹੀ ਹੋਏਗਾ ਨਾ ਬੰਦਿਆਂ ਦੇ ਲੰਘਣ ਦਾ, ਤੇ ਤੈਨੂੰ ਅਸੀਂ ਕਾਹਤੋਂ ਕਹਿੰਦੇ ਉੱਥੇ ਜਿੱਥੋਂ ਸਾਰੇ ਲੰਘਦੇ ਤੂੰ ਵੀ ਲੰਘ ਜੀ, ਅਸੀਂ ਤੈਨੂੰ ਕਾਹਤੋਂ 20,000 ਦੇਣਾ? ਇੱਕ ਮਿਸਾਲ ਆ, ਤੂੰ ਚਾਹ ਰਿਹਾ ਕਿ ਬਹੁਤ ਸਟੇਟ ਲਾਈਫ ਦੀ ਬਿਲਡਿੰਗ ਦੇ ਆਖਰੀ ਤੇ ਕੋਈ ਇੰਨੀ ਕੁ ਜਗ੍ਹਾ ਹੋਏਗੀ 10 ਕਦਮ ਦੀ ਜਿੱਥੇ ਥੱਲੇ ਕੁਛ ਨਹੀਂ ਹੋਣਾ ਤੇ ਉੱਥੇ ਸਿਰਫ ਬ੍ਰਿਜ ਆ, ਇੱਕ ਮਿਸਾਲ ਆ, ਤੇ ਉੱਥੇ ਤੂੰ ਇਕੱਲੇ ਨੇ ਲੰਘਣਾ, ਉੱਥੇ ਉਹਨਾਂ ਨੇ ਆਪਣੇ ਲੰਘਣ ਵਾਸਤੇ ਮੰਗਾਇਆ, 20 ਜਣੇ ਲੰਘਦੇ ਹੋਣਗੇ, ਨਹੀਂ ਨਹੀਂ ਸ਼ਾਇਦ ਸ਼ਰਤਾਂ ਲਾਉਣ ਲਈ ਬਣਾਇਆ ਹੋਣਾ ਵੀ ਇਸੇ ਕੰਮ ਲਈ, ਤੇ ਤੂੰ ਲੰਘ ਜੀ ਤੂੰ ਨਾ ਕਰੀ ਤੂੰ, ਤੇ ਮੈਂ ਉਹੀ ਕਹਿ ਦੇਣਾ ਵੀ ਮੈਨੂੰ ਤੁਸੀਂ ਪੁੱਛਿਆ ਵੀ ਤੇਰੇ ਹਿਸਾਬ ਨਾਲ ਕੀ, ਮੈਂ ਕਿਹਾ ਇਹ ਹੋਏਗਾ ਵੱਧ ਤੋਂ ਵੱਧ 10 ਕਦਮਾਂ ਦਾ ਬ੍ਰਿਜ ਵਾ ਫਰੀਦ, ਯਾਰ ਨਹੀਂ ਇਸ਼ੂ ਹੈ, ਤੁਸੀਂ ਇਹਦੇ 'ਚ ਆਪਣੀ ਕੋਈ ਚੇਂਜਿੰਗ ਨਹੀਂ ਕਰਨੀ, ਕੋਈ ਆਪਣੇ ਆਪਣੇ ਆਪ ਨੂੰ ਤੁਸੀਂ ਕੁਛ ਤੁਸੀਂ ਨਾਰਮਲ ਇੱਦਾਂ ਹੀ ਜਾਣਾ ਸੇਮ ਜਿੱਦਾਂ ਤੁਸੀਂ ਬਾਹਰ, ਟਰਮ ਕੰਡੀਸ਼ਨ ਇਹ ਵਾ ਕਿ ਤੁਸੀਂ ਬ੍ਰਿਜ ਦੇ ਜਿਹੜੀ ਇੰਨੇ ਜਗ੍ਹਾ ਵਾ ਉਹਦੇ ਸਾਈਡਾਂ ਤੇ ਲੱਗਣਾ, ਉਹੀ ਹੈ ਟਰਮ ਐਂਡ ਕੰਡੀਸ਼ਨ ਰਿਕਾਰਡ ਵੀ ਹੋ ਗਈ, ਅਗਰ ਕਰੋਲਾ ਵੀ ਤੁਸੀਂ ਬਾਹਰ ਸੁਣ ਲੈਣਾ, ਤੁਹਾਡੀ ਟਰਮ ਐਂਡ ਕੰਡੀਸ਼ਨ ਇਹ ਹੈ ਕਿ ਤੁਸੀਂ ਇਸੇ ਬਾਡੀ ਦੇ ਨਾਲ ਇੱਦਾਂ ਹੀ ਜਾਣਾ ਵਾ, ਇਸੇ ਬਾਡੀ ਨਾਲ ਹੀ ਜਾਣਾ, ਹਾਂ ਇੱਦਾਂ ਹੀ ਜਿੱਦਾਂ ਤੁਸੀਂ ਉਹਨਾਂ ਨਾਲ ਵੇਖ ਰਹੇ ਇੱਦਾਂ ਹੀ, ਹਾਂਜੀ ਹਾਂਜੀ, ਇਸ ਐਨਰਜੀ ਨਾਲ ਜਾਣਾ ਔਰ ਆਉਣਾ, 10 ਕਦਮ ਬੰਦਾ ਅੱਗ ਤੋਂ ਨਾ, ਇਸ ਐਨਰਜੀ ਨਾਲ ਮਤਲਬ ਉੱਥੇ ਜੇ ਮਤਲਬ ਮੈਨੂੰ ਸਲੋ ਵੀ ਕਿਤੇ ਜਾਣਾ ਪਿਆ, ਮੈਂ ਕਹਿੰਦਾ ਸਲੋ ਤੂੰ ਬਹਿ ਜਾਈ ਉੱਥੇ ਸਾਹ ਲੈ ਲਈ 5 ਮਿੰਟ, ਜਿਵੇਂ ਬਹਿ ਜਾਵੇ ਕੋਈ ਨਾ, ਹਾਂ ਬਹਿ ਜਾਵੇ, ਉੱਠਣਾ ਨੀ ਇਹਨੇ ਮੁੜ ਕੇ ਪੈਦਲ ਆਉਣਾ, ਇਹ ਪਹਿਲੇ ਅਸੀਂ ਗੱਲ ਕੀਤੀ ਕਿ ਜਾਣਾ ਵਾ 10 ਕਦਮ ਤੇ ਪੈਦਲ ਆਉਣਾ, ਨਾ 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 ਨਹੀਂ ਉਹ ਨੀ ਕੋਈ ਚੱਕਰ, ਖਲੋ ਕੇ ਪੈਦਲ ਆਉਣਾ, ਪੈਦਲ ਆਉਣਾ ਆਪਣੇ ਪੈਰਾਂ ਤੇ ਜਾਣਾ, ਆਪਣੇ ਪੈਰਾਂ ਤੇ ਆਉਣਾ ਯਾਰ, ਖਲੋ ਬ੍ਰਿਜ ਸਟਿਲ ਆ ਯਾਰ, ਉਹ ਥੱਲੋਂ ਤੈਨੂੰ ਫਿਕਸ ਦਿਖਾ ਦਾਂਗੇ ਕਾਬਲੇ, ਭਾਈ ਜਾਨ ਨੇ ਆਪ ਕਹੇਗਾ ਕਿ ਭਾਈ ਜਾਨ ਸਟਿਲ ਆ, ਹਾਂ ਉਹ ਪਹਿਲੇ ਕੋਈ ਬੰਦਾ ਇਦਾਂ ਗਿਆ ਹੱਥ ਲਾਉਣ ਤੋਂ ਬਗੈਰ ਉੱਥੇ,
ਹਾਂ ਅਸੀਂ ਗਏ, ਅਸੀਂ ਜਾ ਕੇ ਵਾਪਸ ਆਏ ਪੁਲਿਸ ਦੇ ਕੀ, ਮੈਂ 7 ਵਾਰੀ ਗਿਆ ਵਾਪਸ ਆਇਆ ਨੂੰ 7 ਵਾਰੀ ਜਿਹੜਾ 20 ਲਾਉਣ ਦੇ ਆ ਤੈਨੂੰ ਤੂੰ ਪਾਗਲ ਉਹ ਯਾਰ ਜੇ ਉਸਤਾਦ ਜੀ ਨੇ ਹੈਂਡਲ ਕਰ ਲਿਆ ਤੂੰ ਵੀ ਗਾਲੀ ਪੈਸੇ ਨਹੀਂ ਘਟਾ ਲੈਂਦੇ ਉਹਦੇ ਚ ਯਾਨੀ ਉਹਨੇ ਹੀ ਉਹਨਾਂ ਲਾ ਕੇ 7-8 ਕਰ ਲਈਏ ਜੇ ਕੋਤ 8 ਹੀ ਆ ਤੇਰਾ 2 ਤੇ ਉਹਦਾ ਨਹੀਂ ਉਹ 2 ਪਾਏ 5 ਯਾਰ ਉਹਨੇ ਜਿਹੜਾ 2 ਲਾਤਾ ਨਾ ਉਹ ਵੀ ਗਿਆ ਉੱਥੇ ਤਦੀ ਉਹਨੇ ਲਾਤਾ ਉਹਨੂੰ ਪਤਾ ਈਜ਼ੀ ਹੈ ਹਾਂਜੀ ਉਹ ਵੀ ਗਿਆ ਹੋਇਆ ਪਾਗਲ ਉਹਨੇ ਲਾਤਾ ਜਿਹੜਾ ਤੁਸੀਂ 20 ਲਾਇਆ ਉਹ ਏਡਾ ਈਜ਼ੀ ਨਹੀਂ ਹੈਗਾ ਉਹਦੀ ਵਜ੍ਹਾ ਵਾ ਉਹਦੇ ਵਿੱਚ ਇੱਕ ਮਤਲਬ ਤੈਨੂੰ ਬਾਅਦ ਚ ਸਮਝ ਆਉਣੀ ਜਦੋਂ ਦੂਜੀ ਵਾਰੀ ਤੂੰ ਕਹਿਣਾ ਨਾ ਉਦੋਂ ਤੂੰ ਜਿੱਤ ਜਾਣਾ ਅਸੀਂ ਮੈਂ ਤਾਂ 4 ਵਾਰੀ ਹੋਏ ਆ ਲੇਕਿਨ ਤੂੰ ਬਰੀਕ ਆਦਮੀ ਆ ਤੂੰ ਜਿੱਤ ਜਾਣਾ ਯਾਰ 5-5 ਵਾਰੀ ਅਸੀਂ ਹੋਏ ਆ ਤੇ ਜੇ ਮੈਂ ਹਾਰ ਗਿਆ ਤੇ ਪੈਸੇ 2 ਵਾਰੀ ਮਿੱਠਾ ਹੋ ਗਿਆ 2 ਵਾਰੀ ਮੈਂ ਹੋ ਗਿਆ ਹਾਂ ਜਦੋਂ ਜੇ ਹਾਰ ਗਿਆ ਤੇ ਫਿਰ ਹਾਰ ਗਿਆ ਤੇ ਫਿਰ ਤੂੰ ਪੈਸੇ ਦੇ ਦੀ ਜੇ ਹਾਰ ਗਿਆ ਤਾਂ ਤੂੰ ਅੱਗੋਂ ਪਾਰਟੀ ਪਸਾ ਲਈ ਕੋਈ ਤੂੰ 2-2 ਹਜ਼ਾਰ ਵਾਲੇ 20-25 ਮੁੰਡੇ ਪਸਾ ਕੇ ਰੋਜ਼ ਲੈ ਜਾ ਗਏ ਇਨਵੈਸਟਮੈਂਟ ਹੀ ਆ ਭਰੀ ਸਾਹਿਬ ਇਹ ਭਾਈ ਇਹ ਕਮਾਈ ਹੈ ਨਹੀਂ ਜੀ ਮੇਰੀ ਯਾਰ ਮੈਂ ਸਾਰਿਆਂ ਚੋਂ ਪੁੱਛਦੇ ਲਿਆ ਸਾਂ ਤੇ ਮੈਂ ਅਗਰ 2 ਵਾਰੀ ਜਾ ਸਕਦਾ ਆ ਸਕਦਾ ਈਜ਼ੀ ਉੱਥੇ ਮੈਂ ਇੰਜੋਏ ਵੀ ਕੀਤਾ ਡਾਂਸ ਵੀ ਕੀਤਾ ਮੈਂ ਤੂੰ ਗਿਆ ਨਹੀਂ ਤੂੰ ਇੰਗਲਿਸ਼ ਬੋਲਣ ਲੱਗ ਪਿਆ ਉੱਥੇ ਦੋ ਗਿਆ ਮੈਂ ਗਿਆ ਮੈਂ ਤਾਂ ਆਪੋ ਵੀ ਲੈ ਕੇ ਫਲ ਵੀ ਲੈ ਕੇ ਬੜਾ ਰਿਹਾ ਨਹੀਂ ਪਾਰਟੀ ਕੀਤੀ ਉੱਥੇ ਮੈਂ ਬਲਕਿ ਉੱਥੇ ਅਸੀਂ ਮੁਸਲਮਾਨ ਕੀਤਾ ਮਿੱਠੇ ਨੂੰ ਹਾਂ ਜੀ ਉਸੇ ਪੁੱਲ ਤੇ ਹੋਇਆ ਉਸੇ ਪੁੱਲ ਤੇ ਮੁਸਲਮਾਨ ਹੋਇਆ ਹੈ ਕਲਮੇ ਪੜੇ ਨੇ ਜੀ ਫੇਰ ਅੱਛਾ ਤੇ ਕਲਮੇ ਨਹੀਂ ਪੜੇ ਇੱਕੋ ਹੀ ਕਲਮਾ ਪੜਿਆ ਸਿਰਫ ਨਹੀਂ ਲੇਕਿਨ ਅਸੀਂ ਮੇਰਾ ਫਿਰ ਇਮਾਨ ਪੱਕਾ ਕਰਨਾ ਉੱਤੇ ਨਹੀਂ ਪਤਾ ਕੀ ਮੇਰਾ ਸਾਜੀ ਮੇਰਾ ਜ਼ਹਿਨ ਬਣਾ ਡਿਆ ਕਿ ਤੁਸੀਂ ਥੋੜਾ ਜਿਹਾ ਕੋਸ਼ਿਸ਼ ਕਰ ਲਓ ਇੱਕ ਮੈਨੂੰ ਵੈਸੇ ਫ੍ਰੀ ਯਾਨੀ ਆਪਾਂ ਸ਼ਰਤ ਤੋਂ ਇਲਾਵਾ ਗੇੜਾ ਲਾ ਕੇ ਲੈ ਇੱਕ ਤੋਂ ਬਾਅਦ ਦਾ ਭਲਾ ਇੰਜ ਹੁੰਦਾ ਭਲਾ ਤੂੰ ਮੈਨੂੰ ਇਹ ਡਰ ਆ ਕਿ ਤੂੰ ਮੈਨੂੰ 60% ਇਹ ਡਰ ਆ ਕਿ ਤੂੰ ਖਲੋਤੇ ਤੂੰ ਆਰਾਮ ਨਾਲ ਜਾ ਕੇ ਉਹ ਹਾਂ ਮੈਨੂੰ ਵੀ ਇਹ ਡਰ ਰਹੇ ਨੇ ਹਾਂਜੀ ਫੌਰਨ ਆਣਾ ਫੌਰਨ ਜਾਣਾ ਇਹਨੇ 20,000 ਦੀ ਦਿਹਾੜੀ ਲਾ ਲੈਣੀ ਆ ਅਸੀਂ ਗਏ ਨਹੀਂ ਫਰੀਦ ਨਾ ਬਰੀਕ ਆਦਮੀ ਉਸਤਾਦ ਜੀ ਦੀ ਗੱਲ ਸਹੀ ਇਹਨੇ ਬਰੀਕੀ ਸਮਝ ਜਿਹੜੀ ਬਰੀਕੀ ਵਾ ਕੁਛ ਵੀ ਨਹੀਂ ਆ ਸ਼ਰਤ ਲਾਉਣੀ ਆ ਤੈਨੂੰ ਇੱਕ ਜਗ੍ਹਾ ਤੇ ਖਲਾਰ ਲਾ ਸਿੰਪਲ ਤੂੰ ਖਲੋਤਾ ਬਸ ਜ਼ਮੀਨ ਆ ਯਾਨੀ ਸਟਿਲ ਜ਼ਮੀਨ ਆ ਉੱਥੇ ਤੂੰ ਖਲੋ ਗਿਆ ਖਲੋ ਕੇ ਤੂੰ ਇੰਜ ਕਰ ਲਾ ਇੰਜ ਜਿੱਦਾਂ ਮਰਜ਼ੀ ਖਲੋ ਜਾ ਤੈਨੂੰ ਇੱਕ ਹੈਲਮਟ ਪਾਉਣਾ ਠੀਕ ਹੈ ਜੀ ਹੈਲਮਟ ਤੈਨੂੰ ਪਾਉਣਾ ਵਾ ਅਤੇ ਤੂੰ 5 ਮਿੰਟ ਗਿਣਤੀ ਦੇ ਸਟਿਲ ਉੱਤੇ ਖੜੇ ਰਹਿਣਾ ਹਿੱਲਣਾ ਨਹੀਂ ਹੈਲਮਟ ਪਾਉਣ ਤੋਂ ਬਾਅਦ ਡਿੱਗਣਾ ਨਹੀਂ ਅਤੇ ਤੂੰ ਜਿੱਤ ਗਿਆ ਡੋਲਣਾ ਨਹੀਂ ਡਿੱਗਣਾ ਨਹੀਂ ਅੱਛਾ ਅੱਖਾਂ ਖੋਲ ਕੇ ਰੱਖਣੀਆਂ ਹਾਂ ਅੱਖਾਂ ਖੋਲ ਕੇ ਰੱਖਣੀਆਂ ਇਹ ਤਾਂ ਸਾਰੀ ਗੱਲ ਤੇਰੇ ਸਾਹਮਣੇ ਉੱਥੇ 20 ਬੰਦੇ ਪਾ ਕੇ ਖਲੋਤੇ ਹੋਣਗੇ ਦੂਜੀ ਸ਼ਰਟ ਆਹੋ ਇਹ ਨਾ ਉੱਤੋਂ ਇੰਜ ਇੰਜ ਨਾ ਹੋਵੇ ਤੂੰ ਇੰਜ ਡਿੱਗਣਾ ਨਹੀਂ ਸਟਿਲ ਖੜੇ ਰਹਿਣਾ ਤਾਂ ਮਤਲਬ ਤੂੰ ਕੱਲਾ ਪਾਗਲ ਹੈ ਖਲੋਤਾ ਇੰਨੇ ਨਹੀਂ ਡਿੱਗੀ ਜਾਵੇ ਤੇ ਉਹ ਬੇਵਕੂਫ ਲੱਗੇਗਾ ਖਲੋਤਾ ਯਾਰ ਕਿਹੜਾ ਹੈਲਮਟ ਨਹੀਂ ਉਹ ਤਾਂ ਭਾਵੇਂ ਦੋ ਦਿਨ ਖਲਾ ਲਓ ਇਹ ਸ਼ਰਤ ਲਾਓ ਇਹਦੇ ਕਿੰਨੇ ਪੈ ਕਿਉਂਕਿ ਇਹਦਾ ਵੀ 10 ਹੀ ਪਾ ਨਹੀਂ ਇਹ ਘੱਟ ਲਾਓ ਇਹ ਜ਼ਰਾ ਆਸਾਨ ਇਹ 10 ਜ਼ਰਾ ਉਹ ਬਸ ਬਸ ਇਹਦਾ ਇੱਥੇ ਮੈਂ ਪੈਸੇ ਨਹੀਂ ਲਾਉਣੇ ਕਿਉਂਕਿ ਇੱਥੇ ਤੇ ਰਿਕਸ ਹੈ ਹੀ ਨਹੀਂ ਜਿੱਤਣ ਵਾਲਾ ਉੱਧਰ ਤੇ ਹੈ ਇੱਧਰ ਨਹੀਂ ਹੈ ਭੈਣ ਉਹਨਾਂ ਨੇ ਪਾਇਆ ਹੈਲਮਟ ਤੇ ਉਹ ਜਿਸ ਬੰਦੇ ਨੇ ਪਾਇਆ ਨਾ ਜਿਹੜਾ ਉੱਥੇ ਦਾ ਮੇਨ ਸੀ ਉਹਨੇ ਹੈਲਮਟ ਪਾਇਆ ਤੇ ਭਾਏ ਨੂੰ ਨਹੀਂ ਖੜੇ ਨੇ ਤੇ ਉਹ ਹੈਲਮਟ ਪਾ ਕੇ ਇੰਜ ਖੜਾ ਤੇ ਭਾਏ ਨੂੰ ਨਹੀਂ ਉਹਦੇ ਉੱਤੇ ਡਿੱਗ ਪਏ ਨੇ ਖਲੋਤੇ ਖਲੋਤੇ ਪਿੱਛੇ ਜਾ ਕੇ ਉਹ ਖਿਲਾਰ ਲਿਆ ਭਾਏ ਨੂੰ ਨਹੀਂ ਫਿਰ ਡਿੱਗੀ ਜਾ ਰਹੇ ਉਸਤਾਦ ਜੀ ਉਹ ਤੁਸੀਂ ਘਰ ਗਏ ਨਾ ਮੈਂ ਤੇ ਕਿਹਾ ਉਸਤਾਦ ਜੀ ਖਲੋ ਗਏ ਮੈਂ ਕਿਹਾ ਹਾਂ ਤੇ ਮੈਂ ਦੇਖ ਕੈਸਾ ਖਲੋਦਾ ਰਿਹਾ ਈਜ਼ੀਲੀ ਤੇ ਨਹੀਂ ਮੇਰੇ ਨਾਲ ਲਾਓ ਇਹਦੀ ਲਾਓ ਕਿੰਨੇ ਹਾਂਜੀ ਇਹਦੇ ਦੱਸੋ ਕਿੰਨੇ ਨਹੀਂ ਤੁਸੀਂ ਪੁੱਛ ਲਓ ਕੋਈ
ਤੁਸੀਂ ਕੋਈ ਪੁੱਛਣਾ ਨਾ ਸਾਨੂੰ ਪੁੱਛ ਲਓ ਬਾਅਦ 'ਚ ਇਹਨਾਂ ਕਹਿਣਾ ਤੁਸੀਂ ਆਹ ਨਸ਼ੀ ਦੱਸਿਆ ਤੁਸੀਂ ਆਹ ਨਸ਼ੀ ਦੱਸ ਉਸ ਹੈਲਮਟ ਦੇ ਵਿੱਚ ਤੁਹਾਡੀ ਬਾਡੀ ਨੂੰ ਨੁਕਸਾਨ ਦੇਣ ਵਾਲੀ ਕੋਈ ਚੀਜ਼ ਨਹੀਂ, ਯਾਨੀ ਕਿ ਬਾਡੀ ਤੋਂ ਬਰਾ ਦੇ ਕਿ ਤੁਹਾਨੂੰ ਅੰਦਰੋਂ ਕੋਈ ਹੀਟ ਹੋਵੇ, ਤੁਹਾਨੂੰ ਅੰਦਰੋਂ ਕੋਈ ਸੂਈਆਂ ਚੁਬਣ, ਤੁਹਾਨੂੰ ਅੰਦਰੋਂ ਕੋਈ ਅਲਾਮਾ ਡਰਾਉਣੀਆਂ ਆਵਾਜ਼ਾਂ ਆਉਣ, ਹਾਂ ਜਾਂ ਕੋਈ ਧੱਕੇ ਦੇਵੇ ਤੁਹਾਨੂੰ, ਜਾਂ ਕੋਈ ਬੰਦਾ ਤੁਹਾਨੂੰ ਮਤਲਬ ਸਿੱਟੇ ਜਾਂ ਕੁਛ, ਇੰਝ ਤਾਂ ਕੁਛ ਨੀ, ਜੋ ਕੁਛ ਹੈ ਉਹ ਤੁਹਾਡੇ ਮਾਇੰਡ ਦੇ ਨਾਲ ਉਹਨਾਂ ਨੇ ਖੇਡਣ, ਤੁਹਾਡੇ ਮਾਇੰਡ ਦੀ ਗੇਮ, ਤੁਸੀਂ ਆਪਣੇ ਮਾਇੰਡ ਨੂੰ ਸਟਰੋਂਗ ਕਰ ਲਓ ਬਸ, ਠੀਕ, ਯਾਨੀ ਸਮਝ ਆ ਰਹੀ ਮੈਂ ਕੀ ਕਹਿ ਰਿਹਾ, ਤੁਹਾਡੇ ਮਾਇੰਡ ਦੀ ਗੇਮ ਆ, ਫਿਜ਼ੀਕਲੀ ਤੁਹਾਨੂੰ ਕੋਈ ਟੱਚ ਵੀ ਨਹੀਂ ਕਰੇਗਾ ਅੰਦਰੋਂ ਨਾ ਬਾਹਰੋਂ, ਦੋਨਾਂ ਗੇਮਾਂ ਚ, ਦੋਵਾਂ ਗੇਮਾਂ ਚ ਚਲਾਓ ਯਾਰ, ਚਲੋ ਦੋਵਾਂ ਦਾ ਇਕੱਠਾ ਸੌਦਾ ਮਾਰ, ਮਾਲ 25 ਲਾਟੀ ਪੂਰੀ 15,000 ਤੇ 30,000 ਹਾਂ ਦੋਵੇਂ 15,000 ਇੱਕੋ ਜਗ੍ਹਾ ਤੇ ਦੋਵੇਂ ਵਧਾ ਦੇ ਕਿੰਨੇ ਨਾਲ, ਓਏ ਉਹਦਾ ਕੋਈ ਵਧਾਈ ਜਾਂਦਾ 5 ਲਾ ਤੂੰ, ਲਓ ਜੀ 5 ਦੇ ਲਓ 10 ਮੇਰੇ ਲਓ 15 ਸਾਡਾ 30 ਸਾਡਾ 30 ਤੁਹਾਡਾ ਡਨ ਕਰੋ ਜੀ ਫਰੀ ਸਾਹਿਬ 7.5 ਤੇ 7.5 ਓਕੇ ਜੀ ਤੇ 15 ਮੇਰਾ ਡਨ ਕਰ, ਅਗਰ 30 ਮੇਰਾ ਕਹਿੰਦਾ ਮੇਰੇ ਕੱਲੇ 30 ਕਰ ਲਓ ਕੋਈ ਰੌਲਾ ਨਹੀਂ, ਤੁਸੀਂ ਜਿੰਨਾ ਮਰਜ਼ੀ ਨੂੰ ਬਰੀਕ ਕਹੀ ਜਾਓ ਨਹੀਂ ਉਹਦਾ ਫਿਰ ਦੱਸਦੇ ਮੈਨੂੰ ਮਿੱਠੇ ਕੀ ਗੱਲ ਹੈ ਪਤਾ ਕੀ, ਮੈਂ 6 ਵਾਰੀ ਉਹ ਕੀਤਾ ਪਾ ਕੇ ਮੈਨੂੰ ਤਾਂ ਕੁਛ ਨਹੀਂ ਹੋਇਆ, ਨਹੀਂ ਉਹ ਨਹੀਂ ਪਾਇਆ ਤਾਂ ਹੈਲਮਟ ਵਾਲਾ, ਉਹ ਤਾਂ ਪੱਕਾ ਕਰ ਗਿਆ ਨਹੀਂ, ਉਹਨੇ ਪਾਇਆ ਯਾਰ ਐਨਕ ਲਾ ਲਾ ਬੇਟਾ ਐਨਕ ਲਾ ਜੀ ਤਾਜੀ, ਉਹ ਨਹੀਂ ਉਹ ਫਰੀਦ ਦੇ ਹੈਲਮਟ ਪਾਇਆ ਲੈ ਕੇ ਫਰੀਦ, ਉਹ ਨਾ ਉਹਦੇ ਉੱਤੇ ਟਿੱਕੀ ਹੈ, ਉਹ ਉਹਦੇ ਤੇ ਮੇਰਾ ਕੋਈ ਪੈਸਾ ਨਹੀਂ ਉਹ ਲੱਗਾ, ਹਾਂ ਉਦਾਂ ਤੂੰ ਮੇਰੇ ਕੋਲ ਲੈ ਲਈ 1000 ਰੁਪਏ ਯਾਰ, ਬਾਈ ਐਨਕ ਲਾਣਾ ਜ਼ਰਾ ਕੋਈ ਟੈਨਸ਼ਨ ਨੀ ਆ, ਉਹ ਜਿਹੜਾ ਉਹ ਪਟੜੀ ਹੈ ਨਾ ਉਹ ਟਰੈਕ ਸਾਜ ਗਿਆ ਉੱਤੇ ਲਾ ਲਓ ਯਾਰ, 10 ਕਦੋਂ ਬੰਦਾ ਅੱਗ ਤੋਂ ਤੋੜ ਹੁੰਦਾ ਵਾ, ਬਸ 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 ਇਹਨੂੰ ਦੱਸ ਦੇਣਾ ਸਾਰਾ, ਅੱਛਾ ਭਾਜੀ ਨਾਜ਼ਰੀਨ ਯਾਰ ਮੇਰੀ ਗੱਲ ਸੁਣੋ ਯਾਰ, ਗੱਲ ਇਹ ਹੈ ਕਿ ਉਹ ਜਿਹੜਾ ਹੁਣ ਇਸ ਟਾਈਮ ਅਸੀਂ ਜਿਹੜਾ ਸ਼ੋ ਕਰਦੇ ਪਏ ਨਾ, ਇਹ ਤਰੀਕ ਹੈਗੀ ਅੱਜ 19 ਤਰੀਕ ਆ, 2021 ਨੂੰ, ਯਾਨੀ ਕਿ ਅਸੀਂ ਸ਼ੋ ਜਦੋਂ ਅਪਲੋਡ ਹੋਣਾ ਸੀ ਸ਼ੋ ਸ਼ੋ ਕਰ ਚੁੱਕੇ ਹੋਣਾ 21 ਤਰੀਕ ਵਾਲਾ ਜਿਹੜਾ ਸੀ ਜਿਹਦੇ 'ਚ ਤੁਸੀਂ ਉਹ ਭੇਜਿਆ ਸਾਰਾ, ਬਹੁਤ ਸਾਰੀਆਂ ਮੇਲਾਂ ਆਈਆਂ ਸੀ, ਮੇਲ ਵੀ ਲਿਆ ਹੋਣਾ ਇਸ ਟਾਈਮ, ਮੈਨੂੰ ਨਹੀਂ ਅੰਦਾਜ਼ਾ ਹੈਗਾ ਵੀ ਉਸ ਤੋਂ ਬਾਅਦ, ਲੇਕਿਨ ਬੜਾ ਅੱਛਾ ਸੈਟਅਪ ਹੋਇਆ ਹੋਣਾ ਮੇਰੇ ਹਿਸਾਬ ਨਾਲ, ਅਸੀਂ ਉਹ ਹੁਣ ਕਰ ਰਹੇ, ਮੈਂ ਮੇਲਾਂ ਪੜ੍ਹੀਆਂ ਨੇ ਪੜ੍ਹ ਕੇ ਅਤੇ ਮੈਂ ਸਾਰਾ, ਬਲਕਿ ਹੁਣ ਤਾਂ ਮਤਲਬ ਤੁਹਾਨੂੰ ਵੈਸੇ ਦੱਸ ਰਿਹਾ ਸੈਟਅਪ ਕਿ ਪੈਣਾ 19 ਤਰੀਕ ਆ ਅਤੇ ਮੈਂ ਉਹ ਮੇਲਾਂ ਪੜ੍ਹੀਆਂ ਨੇ, ਅਤੇ ਹੁਣ ਤੁਸੀਂ ਯਕੀਨਨ ਉਸ ਤੋਂ ਬਾਅਦ ਹੀ ਦੇਖ ਰਹੇ ਹੋਵੋਗੇ ਸਾਰਾ ਸੈਟਅਪ, ਠੀਕ ਹੈ ਨਾ, ਅੱਜ 19 ਆ 2021, ਹਾਂ ਅਗਰ ਅਸੀਂ ਇਹਨੂੰ ਕੱਲ੍ਹ ਐਡਿਟ ਕਰਕੇ ਚਲਾ ਦਈਏ ਤਾਂ ਹੋ ਸਕਦਾ 21 ਵਾਲੇ ਦਿਨੇ ਚੱਲ ਵੀ ਜਾਵੇ, ਕੋਸ਼ਿਸ਼ ਕਰਾਂਗਾ ਪਹਿਲੇ ਚੱਲ ਜਾਵੇ ਅਤੇ ਫਿਰ ਅਗਰ ਚੱਲ ਗਿਆ ਤਾਂ ਫਿਰ ਇਹ ਅੱਜ ਰਾਤ ਨੂੰ ਹੀ ਆ ਸੈਟਅਪ ਸਾਰਾ, ਤਾਂ ਨੰਬਰ ਵੀ ਆਪਣਾ ਲਿਖ ਦਿਆ ਕਰੋ ਪਾਏ, ਜਦੋਂ ਮੈਂ ਇੱਦਾਂ ਦੀ ਕੋਈ ਗੱਲ ਕਰਾਂ ਨਾ ਕਿ ਤੁਸੀਂ ਮੈਨੂੰ ਦੱਸੋ ਵਿਆ ਤਾਂ ਉਦੋਂ ਆਪਣਾ ਕੰਟੈਕਟ ਨੰਬਰ 'ਤੇ ਲਿਖਿਆ ਕਰੋ ਯਾਰ, ਅੱਲਾ ਦਿਓ ਬੰਦੇ ਹੋ, ਰਾਬਤਾ ਤਾਂ ਆਹੋ ਲਿਖੋ ਯਾਰ, ਨੰਬਰ ਲਾਜ਼ਮੀ ਲਿਖਿਆ ਕਰੋ ਯਾਰ ਆਪਣਾ, ਕਿ ਸਾਡੇ ਦਿਨ 'ਚ ਕੋਈ ਐਸੀ ਗੱਲ ਆਈਂਦੀ ਕੋਈ ਅਤੇ ਉਹ ਅਸੀਂ ਤੁਹਾਨੂੰ ਫਿਰ ਰਾਬਤਾ ਕਰ ਲਿਆ ਕਰੀਏ, ਨੰਬਰ ਤੁਸੀਂ ਆਈ ਡੀ ਕਾਰਡਾਂ ਦੇ ਆਈ ਡੀ ਕਾਰਡ ਲਿਖੇ ਨੇ ਅਤੇ ਤੁਸੀਂ ਨਾਲ ਨੰਬਰ ਵੀ ਲਾਜ਼ਮੀ ਲਿਖਿਆ ਕਰੋ, ਸਰ ਜੀ ਸਾਰੀਆਂ ਗੱਲਾਂ ਹੋ ਗਈਆਂ ਨੇ, ਸ਼ਰਤ ਵੀ ਲੱਗ ਗਈ ਆ, ਲੱਗ ਗਈ ਸ਼ਰਤ, ਬੇਫਿਕਰੀ ਦੇ ਵਿੱਚੋਂ ਮੈਂ ਤੁਹਾਨੂੰ ਇੱਕ ਫਿਕਰ ਪਾਣੀ ਚਾਹੁੰਦਾ ਹਾਂ, ਹਾਂਜੀ, ਕਿ ਦੁਨੀਆ ਦਾ ਮਾਹੌਲ ਬੜਾ ਗਲਤ ਹੋ ਗਿਆ ਸਰ ਜੀ, ਕਿਉਂ, ਜੰਗ ਜਿਹੜੀ ਹੈ ਇੱਥੋਂ ਬਸ ਸ਼ੇਖੂਪੁਰੇ ਜਿੰਨੀ ਦੂਰ ਰਹਿ ਗਈ ਆ ਜੀ, ਫਰੀਦ ਸਾਹਿਬ ਇਹ ਗੱਲ ਸਹੀ ਹੈ, ਹਾਂਜੀ ਜੀ, ਦੱਸ ਹਰ ਸਾਲ 2012 ਚ ਇੱਕ ਬੰਦੇ ਨੇ ਤਹਿਕੀਕ ਕੀਤੀ, ਕਹਿੰਦਾ ਜੀ ਦੁਨੀਆ ਖਤਮ ਹੋ ਜਾਣੀ 2012 ਚ ਤੇ ਐਂਡ ਹੋ ਜਾਣਾ ਵਾ ਤੇ ਮੇਰਾ ਚੈਨਲ ਸਬਸਕ੍ਰਾਈਬ ਕਰ, ਹੁਣ ਹੁਣ 25 ਦੀ ਗੱਲ ਆਈ ਹੈ ਕਿ 2025 ਤੱਕ ਸਾਰੇ, ਲੇਕਿਨ 25 ਤੱਕ ਭੈਣ ਚਾਂਸ ਬਹੁਤ ਜ਼ਿਆਦਾ ਨੇ ਭਾਜੀ, ਮੁਲਕ ਛੁਰੀਆਂ ਤਿੱਖੀਆਂ ਕਰਾਉਂਦੇ, ਆਪਣੇ ਆਪਣੇ ਜ਼ਾਰ ਜ਼ੋਰ ਸੈੱਟ ਕਰ ਰਹੇ ਆ, ਮਜ਼ਾਇਲ ਕੱਢ ਰਹੇ ਅਖਬਾਰਾਂ ਚੋਂ, ਕਿੱਡਾ ਸੋਹਣਾ ਹੱਸ ਖੇਡ ਰਹੇ ਸੀ ਯਾਰ ਵਿੱਚੋਂ ਜੰਗ ਦੀ ਕਿੱਥੋਂ ਲਿਆਉਂਦੀ ਕਿਤੇ, ਬੜੀਆਂ ਸੋਹਣੀਆਂ ਸ਼ਰਤਾਂ ਲੱਗਣੀਆਂ ਕਿ ਇੰਜੋਏ ਕਰੋ ਲਾਈਫ ਦਾ ਮਜ਼ਾ ਲਓ, ਮਾਵਾਂ ਭੈਣਾਂ ਨੂੰ ਇੱਦਾਂ ਦਿਓ ਫਿਰ ਤੁਰ ਕੇ ਆਓ,
ਤੁਸੀਂ ਕਿਹੜੇ ਪਾਸੇ, ਕਿੱਥੋਂ ਆ ਗਈ? ਉਹ ਯਾਰ ਇੰਜੋਏ ਕਰੋ ਲਾਈਫ ਨੂੰ, ਜਿਹੜਾ ਫਲ ਆਉਂਦਾ ਨਵਾਂ ਉਹਨੂੰ ਖਾਓ, ਚੌਂਸੇ ਚੁਪੋ, ਘਰ ਤੋਂ ਛਾਪਰ ਲਾ ਲਾ ਕੇ ਅੱਗੇ ਕਰੀ ਜਾਂਦੇ ਰੇੜੀਆਂ ਭਰ ਭਰ ਕੇ। ਤੁਹਾਡਾ ਜਜ਼ਬਾ ਕੀ ਆ? ਫਰਜ਼ ਕਰੋ ਤੁਹਾਨੂੰ ਮੁਲਕ ਦੀ, ਮੁਲਕ ਨੂੰ ਤੁਹਾਡੀ ਜ਼ਰੂਰਤ ਪੈ ਜਾਵੇ, ਸਜਾਦ ਜਾਨੀ ਕਿੱਥੇ ਆ ਉਹਨੂੰ ਬੁਲਾਓ, ਤੁਸੀਂ ਕੀ ਕਰੋਗੇ? ਪਾਕਿਸਤਾਨ ਦੇ ਜਿੱਦਣ ਜੰਗ ਹੋਣੀ, ਇਹਨਾਂ ਨੇ ਟਿਕਟ ਕਰਾ ਲੈਣੀ ਤਾਂ ਪਹਿਲਾਂ। ਮੇਰੀ ਗੱਲ ਸੁਣੋ, ਦੇਖੋ ਜਦੋਂ ਕਿਸੇ ਘਰ ਦੇ ਉੱਪਰ ਮੁਸੀਬਤ ਆਉਂਦੀ ਆ, ਤੇਰੇ ਘਰ ਦੇ ਕੋਈ ਮੁਸੀਬਤ ਆਵੇ, ਸਭ ਤੋਂ ਪਹਿਲੇ ਅੱਗੇ ਕਿਹਨੇ ਹੋਣਾ? ਤੂੰ ਹੋਣਾ, ਤੇਰੇ ਪਿੱਛੇ ਅਸੀਂ ਹੋਵਾਂਗੇ, ਤੇਰੇ ਬੱਚੇ ਹੋਣਗੇ, ਤੇਰੇ ਸਹੁਰੇ ਹੋਣਗੇ, ਲੇਕਿਨ ਜਦੋਂ ਤੇਰੇ ਘਰ ਤੇ ਪ੍ਰੋਬਲਮ ਆਈ, ਸਭ ਤੋਂ ਪਹਿਲੇ ਕਿਹਨੇ ਫੇਸ ਕਰਨੀ? ਤੂੰ। ਹਾਲਾਂਕਿ ਓਨਾ ਹੀ ਘਰ ਤੇਰੀ ਬੁੱਢੀ ਦਾ ਵੀ ਆ, ਤੇਰੇ ਬੱਚਿਆਂ ਦਾ ਵੀ ਆ, ਤੇਰੀ ਮਾਂ ਦਾ ਵੀ ਆ, ਤੇਰੇ ਪਿਓ ਦਾ ਵੀ, ਉਹੀ ਘਰ ਓਨਾ ਹੀ, ਠੀਕ ਆ? ਲੇਕਿਨ ਅੱਗੇ ਕਿਹਨੇ ਖਲੋਣਾ? ਕਿਉਂਕਿ ਤੂੰ ਉਹਦਾ ਕਰਤਾ ਧਰਤਾ ਵਾ, ਤੂੰ ਚਲਾ ਰਿਹਾ, ਤੂੰ ਉਹਦਾ ਮੇਨ ਲੱਗਾ। ਮੈਂ 20 ਵਾਰੀ ਇਸ ਮੁਲਕ ਵਾਸਤੇ ਕੁਰਬਾਨੀ ਦਿਆਂਗਾ, ਲੇਕਿਨ ਮੇਰੇ ਨਾਲ ਮੇਰੇ ਹੁਕਮਰਾਨ ਅੱਗੇ ਤੁਰਨ। ਵੈਰੀ ਗੁੱਡ। ਮਤਲਬ ਉਹ ਬੈਠੇ ਹੋਣ ਸਾਰੇ ਏਸੀਆਂ 'ਚ, ਤਾਂ ਮੈਂ ਉੱਥੇ ਗੋਲੀਆਂ ਖਾਂਦਾ ਹਾਂ? ਨਹੀਂ ਤੇ ਹੁਕਮਰਾਨ ਆਪ ਸ਼ੂਗਰ ਦੀ ਇਨਸੂਲਿਨ ਲਾਉਣ ਦੇ ਤੇ ਉਹ, ਮੈਂ ਵੀ ਤੇ ਹੁਣ ਖਾ ਹੀ ਰਿਹਾ ਨਾ। ਮਕਸਦ ਇਹ ਹੈ ਕਿ ਮੈਨੂੰ ਕਾਹਤੋਂ, ਆਵਾਮ ਨੂੰ ਕਾਹਤੋਂ ਤੂੰ ਕਹਿੰਦੇ ਸਾਨੂੰ ਕੀ ਕਰੋਗੇ ਤੁਸੀਂ? ਸਾਜੀ ਉਹ ਤੇ ਸਾਰੇ ਦੂਸਰੇ ਮੁਲਕਾਂ ਦੇ ਵਿੱਚ। ਨਹੀਂ ਨਹੀਂ, ਤੂੰ ਫਿਰ ਮੈਨੂੰ ਕਿਉਂ ਪੁੱਛਿਆ ਕਿ ਵੀ ਜੰਗ ਹੋਈ ਤੇ ਕੀ ਕਰੋਗੇ? ਤੇ ਤੁਸੀਂ ਇੱਥੇ ਰਹਿੰਦੇ, ਤੁਹਾਡਾ ਆਪਣਾ ਦੇਸ਼ ਕੀ ਕਰਾਂਗਾ ਮੈਂ? ਮੇਰੇ ਨਾਲ ਕਿਹੜਾ ਫਿਜ਼ੀਕਲ ਆ ਕੇ ਲੜਨਾ ਵੀ ਗੋਰੇ ਨੇ ਆ ਕੇ ਕਹਿਣਾ ਓਹ ਵਾਚ ਆਈ ਐਮ ਫਾਈਟ ਵਿਦ ਯੂ, ਆ ਮੁਲਕੀ ਲੜਾਈ ਹੋ ਰਹੀ ਯਾਰ, ਗੋਰਾ ਇੱਦਾਂ ਕਿ ਤੇ ਮੁਲਕੀ ਲੜਾਈ ਹੋ ਰਹੀ। ਸਾਜੀ ਇੱਥੇ ਬੰਬ ਬੰਨ ਕੇ ਨਾ ਇੱਥੇ ਤੁਸੀਂ ਟੈਂਕ ਦੇ ਥੱਲੇ ਲੰਮੇ ਪੈਣਾ ਵੀ ਗੋਰਾ ਆ ਕੇ ਮੈਨੂੰ ਕਹੇ ਭਾਜੀ ਤੁਹਾਡੀ ਸਾਡੀ ਜੰਗ ਲੱਗੀ, ਉਸੇ ਸਿਰ ਥੱਲੇ ਚਾਦਰ ਹੋਇਆ ਪਾਣੀ ਦਾ ਗਲਾਸ ਫੜਿਓ ਬੱਚੇ ਵੀ ਕਿਸੇ, ਪਾਣੀ ਪੀ ਕੇ ਕਹਿੰਦਾ ਤੇਰੇ ਨਾਲ ਸਜਾ ਕਹਿੰਦਾ ਪਾਕਿਸਤਾਨੀ ਗੋਰੇ ਨੇ, ਮੈਂ ਪਾਗਲਾ ਨੂੰ ਪਾਣੀ ਪਿਆ ਵਾ, ਮੈਨੂੰ ਨੀ ਪਤਾ ਹੋਣਾ ਜੰਗ ਲੱਗੀ। ਨਹੀਂ ਸਤਾਰ ਜੀ ਨੂੰ ਗੋਰੇ ਨੇ ਵੇਖਣ, ਓਏ ਸਜਾ ਜਾ ਦੇ। ਤੁਹਾਡੀ ਪੈਦਾਇਸ਼ ਤੇ ਹੁਕਮਰਾਨਾਂ ਮੁਲਕ ਨੂੰ ਸੰਭਾਲਣਾ ਵਾ, ਉਹਨਾਂ ਨੇ ਤਾਂ ਸਾਰਾ ਭਾਜਨ, ਸਾਰਿਆਂ ਨੇ ਨੀ ਨਾ ਸੰਭਾਲਣਾ, ਸਾਰਿਆਂ ਨੇ ਨੀ ਨਾ ਸੰਭਾਲਣਾ, ਇੱਕ ਤਾਂ ਸੰਭਾਲ ਲਵੇ ਬਾਕੀ ਮੇਰੇ ਨਾਲ ਚੱਲ ਜਾਣ। ਉਹ ਭਾਜੀ ਹੁਣ ਉਹ ਜੰਗਾਂ, ਨਾਲੇ ਹੁਣ ਉਹ ਜੰਗਾਂ ਨਹੀਂ ਗੀਆਂ ਵੀ ਤੁਸੀਂ ਮੁਲਕ ਵਾਸਤੇ ਕੀ ਕਰੋਗੇ, ਮੈਂ ਜਾ ਕੇ ਘੁਲਾੜੀਆਂ ਤਲਵਾਰਾਂ ਨਾ ਵੀ ਇਹ ਏਅਰ ਫੋਰਸ ਲਹਿਦਾ ਆ ਰਹੀ ਆ, ਜ਼ਮੀਨੀ ਫੌਜ ਲਹਿਦਾ ਆ ਰਹੀ ਆ, ਬਹਿਰੀ ਫੌਜ ਲਹਿਦਾ ਆ ਰਹੀ ਆ, ਹਰ ਜਗ੍ਹਾ ਦੇ ਆਪਣੇ ਆਪਣੇ ਲੜਨ ਦੇ, ਇਹ ਉਹ ਨਹੀਂ। ਹੁਣ ਤਾਂ ਅਗਲੇ ਇੰਜ ਕਰਕੇ ਲੈਪਟੋਪ ਇੰਜ ਕਰਨਾ ਵਾ, ਬੰਬਾਂ ਦਾ ਫੋਲਡਰ ਖੋਲ੍ਹਣਾ ਵਾ, ਪਾਓ ਪਾਓ ਐਟਮੀ ਫੋਲਡਰ 2 ਉਹਨਾਂ ਨੇ ਖੋਲ੍ਹਣਾ ਵਾ, ਖੋਲ੍ਹ ਕੇ ਉਹਨਾਂ ਨੇ ਉੱਥੇ ਲੋਕੇਸ਼ਨ ਦੇਣੀ ਆ, ਉਹਨਾਂ ਨੇ ਕਿਹਾ ਹਾਂ ਵੀ ਆ ਇੱਧਰ ਸਿੱਟ ਦਿਓ, ਇੱਧਰ ਸਿੱਟ ਦਿਓ, ਇੱਧਰ ਸਿੱਟ ਦਿਓ। ਸਹੀ ਗੱਲ, ਵਜ਼ੀਰੇ ਦਫਾ ਨੇ ਪੁੱਛਿਆ ਕਰਨਾ ਬੰਬਾਂ ਵਾਲਾ ਫੋਲਡਰ ਕਿੰਨੇ ਹਾਈਡ ਕੀਤਾ, ਇੱਥੇ ਮੇਰਾ ਬੰਬਾਂ ਵਾਲਾ ਫੋਲਡਰ ਸੀ। ਉਸਤਾਦ ਜੀ ਨੇ ਇਹ ਸਾਜੀ ਇੰਡੀ ਖਤਰਨਾਕ ਤਰੀਨ ਜੰਗ ਹੋਈ ਗਈ ਭਾਈ ਜਾਨ, ਮੇਰੀ ਗੱਲ ਸੁਣੋ, ਲੋਹਾ ਕਿੰਨੀ ਹੀਟ ਤੇ ਪਿਘਲਦਾ ਭਲਾ, ਇੱਕ ਮਿਸਾਲ ਆ ਜਿੱਦਾਂ ਏਸੀ ਆ, ਕੂਲਿੰਗ 16-18 ਦੀ ਹਾਂ, ਤੇ ਏਦਾਂ ਇੱਕ ਮਿਸਾਲ ਲੋਹਾ, ਇੱਕ ਮਿਸਾਲ ਦਿੰਦੇ ਕਿੰਨੇ ਤੇ ਪਿਘਲਦਾ, 400-500 ਚਲੋ ਜੀ, ਇੱਕ ਮਿਸਾਲ 400 ਤੇ ਪਿਘਲਦਾ, ਹੀਟ ਆ ਨਾ 1-2-3-4, ਜਦੋਂ 400 ਤੇ ਜਾਂਦੀ ਹੈ ਨਾ ਉਦੋਂ ਲੋਹਾ ਜਿਹੜਾ ਪਿਘਲਣਾ ਸ਼ੁਰੂ ਹੋ ਜਾਂਦਾ, ਲੋਹਾ ਇਹ 1400 ਹੋਣਾ ਵਾ,
ਇਹ ਬੰਬ ਦੀ ਜਿਹੜੀ ਉਹ ਹਰ ਸ਼ੈਪ ਹੋਣਾ ਮਿੱਟੀ ਯਾਨੀ ਫਰੀਦ ਸਾਬਰੀ ਦੇ ਕੋਲੋਂ ਇੰਜ ਲੰਘਿਆ ਫਰੀਦ ਸਾਬਰੀ ਪਾਣੀ ਮਲ ਕੇ ਥੱਲੇ ਕਰਕੇ ਸੁੱਕ ਸੁੱਕ ਵੀ ਗਿਆ ਉਹ ਕਿੰਨਾ ਕੁ ਮਾਫੀ ਦੇ ਦਿਓ ਉਹ ਇੱਥੇ ਬੰਦਾ ਸ਼ੇਖਪੁਰੇ ਇੱਕ ਬੰਦਾ ਵਾ ਉਹਦਾ ਕੋਲ ਮਾਮੂ ਨਹੀਂ ਇਹ ਸੁਲਾ ਸਫਾਈ ਨਹੀਂ ਰਹਿ ਸਕਦੇ ਨਹੀਂ ਜੰਗ ਲੱਗਦੀ ਨਹੀਂ ਉਸਤਾਦ ਜੀ ਤੁਸੀਂ ਆਪਣਾ ਦੱਸੋ ਮੈਂ ਕੀ ਕਰਾਉਣਾ ਮੇਰੇ ਕੋਲ ਉਹਨਾਂ ਨੇ ਕੀ ਕਰਨਾ ਸੈੱਟ ਪੁੱਟ ਕੇ ਬੇਸਮੈਂਟ ਚ ਲੈ ਜਾਣਾ ਵਾ ਸਾਰੀ ਦੁਨੀਆ ਤੇ ਜੰਗ ਲੱਗੀ ਬੇਸਮੈਂਟ ਵੀ ਜਿੱਥੇ ਇੰਨੀ ਦੁਨੀਆ ਪਿਘਲ ਜਾਣੀ ਉਹਨਾਂ ਨੇ ਜ਼ਮੀਨ ਹੀ ਸਾਰੀ ਭਾਜਨ ਏਦਾਂ ਵੀ ਹੋਇਆ ਵਾ ਅੱਜ ਵੀ ਦੁਨੀਆ ਦੇ ਇੱਕ ਮੁਲਕ ਪਤਾ ਨੀ ਕਿਹੜਾ ਐਸਾ ਵਾ ਉਹਨਾਂ ਨੇ ਪੂਰਾ ਮੁਲਕ ਬੇਸਮੈਂਟ ਚ ਚਲਾ ਗਿਆ ਸੀ ਥੱਲੇ ਬਣਾਤਾ ਸੀ ਉੱਤੇ ਜੰਗ ਜੁੰਗ ਲੱਗ ਕੇ ਫਾਰਗ ਹੋ ਗਏ ਉਹ ਅੱਜ ਵੀ ਬੇਸਮੈਂਟਾਂ ਬਣੀਆਂ ਨੇ ਕੋਈ ਮੁਲਕ ਹੈਗਾ ਤੇ ਨਾਦਰੀ ਦੱਸਣਗੇ ਤੈਨੂੰ ਨਹੀਂ ਸਤਾਜੀ ਕਰ ਉਹ ਥੱਲੇ ਬੇਸਮੈਂਟ ਚਲੇ ਗਏ ਸੀ ਸਾਰੇ ਉਹਨਾਂ ਨੂੰ ਖਤਰਾ ਸੀ ਤੇ ਉਹਨਾਂ ਨੇ ਨਾ ਪਹਿਲੇ ਹੀ ਉਹ ਫਿਰ 18-17 ਜਾਣੇ ਦਾ ਮੁਲਕ ਹੋਣਾ ਵਾ ਨਹੀਂ 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 ਯਾਰ ਉਹ ਮਤਲਬ ਉਹਨਾਂ ਨੂੰ ਖਤਰਾ ਸੀ ਨਾ ਜਿਵੇਂ ਅੱਜ ਸਾਨੂੰ ਖਤਰਾ ਵਾ ਜਾਂ ਕੋਈ ਹੋਵੇ ਅਸੀਂ ਸ਼ੁਰੂ ਕਰ ਦਈਏ ਕਿਉਂਕਿ ਸਾਰੇ ਸਾਡੇ ਵਰਗੇ ਤਾਂ ਨਹੀਂ ਨਾ ਹੁੰਦੇ ਵੀ ਸੋਚ ਹੀ ਜਾਣ ਅਗਲੇ ਨੇ ਵਰਕਿੰਗ ਸ਼ੁਰੂ ਕਰਤੀ ਉਹਨਾਂ ਨੇ ਬਣਾ ਲਿਆ ਅੱਧੇ ਨਾਲ ਬਹੁਤਾ ਮੁਲਕ ਥੱਲੇ ਬਣਾ ਲਿਆ ਉਹਨਾਂ ਨੇ ਬੇਸਮੈਂਟ ਔਰ ਉਹਦੇ 'ਚ ਬਣੇ ਵੀ ਨਹੀਂ ਉਹ ਜਿਹਨਾਂ ਨੇ ਜੰਗ ਲੜਨੀ ਹੈ ਜਿਹਨਾਂ ਨਾਲ ਲੜਨੀ ਹੈ ਉਹ ਦੋਨੇ ਤਿਆਰੀਆਂ ਕਰਨ ਦੇ ਐਟਮ ਬੰਬ ਸੁੱਟਣਗੇ ਤੇ ਆਪਾਂ ਨਰਾਲ ਕਗਾਨ ਪਹਾੜੀ ਇਲਾਕਾ ਨੇ ਸਾਰਾ ਉੱਥੇ ਲੁਕ ਜਾਵਾਂਗੇ ਉੱਥੇ ਬੰਬ ਆਊਗਾ ਹੀ ਨਹੀਂ ਸਲਾਬੇ ਜਾਣਗੇ ਸਿੱਲੇ ਸਿੱਲੇ ਹੋ ਕੇ ਡਿੱਗੀ ਜਾਣਗੇ ਉਹਦਾ ਫੀਤਾ ਗਲ ਜੂ ਉਹਨਾਂ ਨਾਲ ਬੰਬ ਦਾ ਫੀਤਾ ਗਲ ਜੂ ਜਾਂ ਬੰਬਾਂ ਦਾ ਨਾ ਆਪਾਂ ਠੰਡ ਮਰਵਾਵਾਂਗੇ ਸਰਗੋਧੇ ਚੱਲ ਜਾਵਾਂਗੇ ਉੱਥੇ ਵੀ ਬੰਬ ਹੈ ਉਹ ਜਦੋਂ ਬੰਬ ਚ ਬੰਬ ਵੱਜਣਾ ਅੱਲਾ ਤਾਲਾ ਮਾਫ ਕਰੇ ਉਸਤਾਦ ਜੀ ਫਿਰ ਇੰਨਾ ਨੇਵੀ ਫੌਜ ਤੇ ਫਲਾਣੀ ਫੌਜ ਤੇ ਫਲਾਣੀ ਇਹ ਫਿਰ ਇਹਨਾਂ ਦਾ ਕੀ ਫਾਇਦਾ ਵੀ ਜਿਹੜੇ ਜਹਾਜ਼ਾਂ ਦੀ ਆਪਸ ਚ ਜਹਾਜ਼ਾਂ ਨਾਲ ਲੜਾਈ ਹੁੰਦੀ ਹੈ ਬਹਿਰੀ ਜਹਾਜ਼ਾਂ ਵਾਲੇ ਬਹਿਰੀ ਜਹਾਜ਼ਾਂ ਦੀ ਫੌਜ ਨੂੰ ਮਾਰਦੇ ਹੁੰਦੇ ਉਧਰੋਂ ਗੋਲੇ ਸੁੱਟ ਰਹੇ ਫੋਲਡਰ ਖੋਲ ਖੋਲ ਕੇ ਉੱਤੋਂ ਹਮਲੇ ਹੋ ਰਹੇ ਮਤਲਬ ਯਾਨੀ ਇੱਕ ਦੂਸਰੇ ਨੂੰ ਮੈਸੇਜ ਕਰਦੇ ਨੇ ਕਿ ਯਾਰ ਆਇਓ ਲੜਾਈ ਕਰਨੀ ਆਪਾਂ ਜ਼ਰਾ ਥੋੜ੍ਹਾ ਆਇਓ ਹੈ ਏਦਾਂ ਹੁੰਦਾ ਵਾ ਵੀ ਉਹ ਯਾਰ ਜਦੋਂ ਆਹ ਦੱਸਣ ਦੇ ਵੀ ਇੱਕ ਵਾਰੀ ਇੰਜ ਹਰ ਸ਼ਹਿ ਮਿਲੀ ਹੈ ਮੀਟ ਤੇ ਉਹਦੇ ਵਿੱਚ ਤੁਹਾਨੂੰ ਕੀ ਜੋ ਉੱਥੇ ਸਾਰੇ ਯਾਰ ਸ਼ੁਰੂ ਤੇ ਇੰਜ ਹੀ ਹੋਣੀ ਨਾ ਫਰੀਦ ਮਾੜੀ ਤਾਂ ਜੀ ਤੁਸੀਂ ਕੀ ਕਰੋਗੇ ਜਦੋਂ ਜੋ 65 ਦੇ ਵਿੱਚ ਲੋਕਾਂ ਨੇ ਆਪਣਾ ਟੈਂਕਾਂ ਦੇ ਥੱਲੇ ਤੁਸੀਂ ਬੁੱਢਿਆਂ ਬੰਦਿਆਂ ਨੇ ਗਏ ਸਾਰੇ ਬੰਬ ਬੰਨੇ ਇਹਨਾਂ ਨੇ ਕੀ ਕਰਨਾ ਤੁਸੀਂ ਵੀ ਬੰਨ ਲੈਣਾ ਬੱਟ ਤੇ ਖਲੋ ਕੇ ਇਹੀ ਕਹੀ ਜਾਂਦੇ ਬੱਟ ਤੇ ਪੱਟੀ ਮੈਂ ਕੀਤੀ ਆ ਬੱਟ ਤੇ ਪੱਟੀ ਮੈਂ ਕੀਤੀ ਇਹਨਾਂ ਨੇ ਹੋਰ ਨਹੀਂ ਕੀਤਾ ਪਹਿਲਾਂ ਦਰਦ ਵਾਲਾ ਬੈਲਟ ਖੋਲਣਾ ਫੇਰ ਬੰਬ ਬੰਨਣਾ ਯਾਰ ਦਿਲ ਕਰ ਟੈਂਕਾਂ ਦੇ ਥੱਲੇ ਵੜਨਾ ਵਾ ਹਾਂਜੀ ਨਹੀਂ ਨਹੀਂ ਉਹ ਅੱਲਾ ਖੈਰ ਕਰੇ ਉਹ ਮਿੱਠੇ ਆਪਾਂ ਮੋਟਾ ਸੂਟ ਪਾ ਲੈਣਾ ਜੰਗ ਜਦੋਂ ਲੱਗੀ ਨਾ ਫੁੱਲ ਖੱਦਰ ਟੈਪ ਉਹਨਾਂ ਕੀ ਹੋਏਗਾ ਉਹਦੇ ਨਾਲ ਕੁਛ ਵੀ ਨੀ ਹੋਏਗਾ ਬੰਬ ਅਸਰ ਹੀ ਨੀ ਕਰਦਾ ਅੱਛਾ ਅੱਛਾ ਉਹ ਫਿਰ 2-4 ਸਵਾਲ ਆ ਯਾਰ ਮੈਨੂੰ ਵੀ ਸਵਾ ਦੇ ਦੋ ਰਫੇਟੇ ਬਾਮਰੇ ਤੇ ਅਸਰ ਨਹੀਂ ਕਰਦਾ ਤੁਹਾਨੂੰ ਖੁਰਕ ਪੈਣੀ ਮੋਟਾ ਸੂਟ ਪਾ ਕੇ ਹਾਂਜੀ ਇਹਦੇ ਨਾਲ ਮੱਛਰਦਾਨੀ ਚ ਸੌਂ ਜਿਹਦੇ ਚੋਂ ਮੱਛਰ ਨਹੀਂ ਲੰਘ ਸਕਦਾ ਬੰਬ ਕੀ ਤੁਹਾਨੂੰ ਨਹੀਂ ਇਹ ਵੱਡੀ ਗੱਲ ਹੈ ਯਾਰ ਬੰਦਾ ਸਤਾਰ ਜੀ ਜਿਲਤ ਕਰਾ ਲਿਆ ਆਪਣਾ ਜਿਸਮ ਐਕਸਰਾ ਜਿਲਤ ਨਹੀਂ ਨਹੀਂ ਸਤਾਰ ਜੀ ਵੈਸੇ ਬੰਬ ਤੁਹਾਡੇ ਲਈ ਇਹ ਸ਼ੁਗਰ ਲਾ ਇਹ ਤੇ ਯਾਰ ਜਦੋਂ ਗੱਲ ਤੁਹਾਡੀ ਗੱਲ ਤੋਂ ਡਰ ਰਿਹਾ ਫਰੀ ਦਾ ਮੈਨੂੰ ਸਰਦੀਆਂ ਕਢਾ ਦੇ ਤੁਸੀਂ ਫਿਲਮ ਵੇਖੋ ਨਾ 2012 ਵੀ ਆ ਹਾਂਜੀ ਐਂਡ ਆਫ ਦਾ ਵਰਲਡ ਜਿਹੜੀ ਵਿਖਾਈ ਨਾ ਉਹ ਵੇਖ ਕੇ ਤੁਹਾਨੂੰ 2 ਦਿਨ ਨੀਂਦ ਨਹੀਂ ਆਉਣੀ ਕਿਉਂ ਸਾਜੀ ਦੁਨੀਆ ਤਬਾਹ ਹੁੰਦੇ ਆ ਉਹਦੇ ਚ ਇੱਕੋ ਫੈਮਿਲੀ ਜਿਹੜੀ ਹੈ ਨਾ ਉਹ ਓਏ ਮੈਨੂੰ ਪਤਾ ਜਿਹੜਾ ਐਂਡ ਤੇ ਜਹਾਜ਼ ਤੇ ਬਹਿੰਦੇ ਆ ਤੇ ਉਹ ਕੈਸਾ ਪਿੱਕ ਪੁਣਾ ਵਾ ਵੀ ਉਹ ਇਕੱਲਾ ਹੀ ਬਚੀ ਜਾ ਰਿਹਾ ਦੱਸ ਖੁਦਾ ਦੇ ਬੰਦੇ ਆ ਕੋ ਕਰੀ ਸਿੰਪਸਨ ਕਾਰਟੂਨ ਪਾ ਦਿੰਦੇ ਤੁਸੀਂ ਕਦੇ ਸਿੰਪਸਨ ਅੱਧੀ ਦੁਨੀਆ ਦਾੜਤੀ ਹੁਣ ਤੂੰ ਵਾਰ ਪਾਤੀ ਆ
ਕਿਤੇ ਕੋਈ ਸੁੱਖ ਦਾ ਸਾਹ ਲਓ ਇੱਥੇ ਹੁਣ ਇਸ ਤੋਂ ਬਾਅਦ ਤਾਂ ਕੋਈ ਸੁੱਖ ਜੀ ਤੁਸੀਂ ਟੈਂਕ ਥੱਲੇ ਚੱਲ ਜਾਓਗੇ ਬੰਬ ਬੰਨ ਕੇ ਨਹੀਂ ਮੈਂ ਥੱਲੇ ਜਾ ਕੇ ਨਟ ਖੋਲਦਾ ਹੋਵਾਂ ਏਟੀਪੀ ਕਿਹੜੀ ਕਿਤੇ ਮੇਰੇ ਤੇ ਆ ਕੇ ਬੰਬ ਬੰਨ ਕੇ ਕਹਿ ਰਿਹਾ ਨਹੀਂ ਬਾਬਾ ਮੈਂ ਬੰਬ ਚਲਾਉਣਾ ਹੀ ਨਹੀਂ ਦੇਰ ਬਾਅਦ ਬਾਬਾ ਗੱਲ ਜਾਣਾ ਅਗਲੀ ਸਾਈਡ ਤੇ ਇੱਥੇ ਬੰਬ ਬੰਨਣਾ ਨਹੀਂ ਪਿੱਛੇ ਟੰਗ ਦੇਣਾ ਕਿ ਇਹਨੂੰ ਪਤਾ ਨਾ ਲੱਗੇ ਮੇਰੀ ਸੁਣੋ ਗੱਲ ਮੇਰਾ ਵੀਜ਼ਾ ਲਓ ਜਦੋਂ ਦੁਬਈ ਨਾਲ ਤਾਂ ਕੋਈ ਹਾਲਾਤ ਨਹੀਂ ਮਾੜੇ ਇਹਨਾਂ ਦੇ ਲਓ ਜੀ ਐ ਐ ਪਾਕਿਸਤਾਨੀ ਜੇ ਤੁਸੀਂ ਮੈਨੂੰ ਕਹਿ ਰਹੇ ਸੀ ਨਾਲ ਨਹੀਂ ਬੰਨ ਤੇ ਸਾਜੀ ਕਹਿੰਦਾ ਮੇਰਾ ਮੋਹਰਿਆਂ ਦਾ ਮਸਲਾ ਮੈਨੂੰ ਵੈਸੇ ਪੜਾ ਦੇ ਸ਼ਾਪਰ ਡਬਲ ਕਰਕੇ ਪੜਾ ਤੇ ਘਮਾਉਂਦਾ ਲੈ ਜਾ ਰਿਹਾ ਮੇਰੀ ਵਾਲਦਾ ਮੇਰਾ ਬੇਟਾ ਮੇਰੀ ਬੇਗਮ ਇਹਨਾਂ ਦਾ ਵੀਜ਼ਾ ਲਓ ਤੇ ਮੇਰਾ ਚਾਰਾ ਤੇ ਭਰਾ ਹੋਰ ਦੀ ਸੱਚੀ ਬਣਨ ਦਿਓ ਪਰ ਇਹ ਕਿਤੇ ਬਣ ਦਿਓ ਤਾਂ ਸੀ ਕਬਾਬ ਉਹਨੂੰ ਨੀ ਪਤਾ ਮੁਲਕ ਦੀ ਕੁਛ ਕਰਨਾ ਜੀ ਹਮੇਸ਼ਾ ਅੱਛਾ ਤੂੰ ਮੁਲਕ ਲਈ ਇਹ ਕਰਨਾ ਵਾ ਵੀ ਤੂੰ ਲੈ ਕੇ ਬੱਚੇ ਨਿਕਲ ਜਾਣਾ ਦਵਾਈਆ ਮੈਂ ਦੁਆ ਕਰਾਂਗਾ ਯਾਰ ਮੇਰੇ ਮੁਲਕ ਦੀ ਖੈਰ ਹੋਵੇ ਮੈਂ ਵੀ ਕੁਤਰਾਨਾ ਕੱਢ ਦੂੰਗਾ ਮੈਂ ਲਓ ਜੀ ਗੱਲ ਇਹ ਹੈ ਜੰਗ ਲੱਗੇ ਕਿਸੇ ਵੀ ਮੁਲਕ ਨਾਲ ਟੈਂਕ ਆਉਣ ਆਪਾਂ ਸਾਰੇ ਬੰਬ ਬੰਨ ਕੇ ਸਜਾਜ ਜਾਨੀ ਟੀਮ ਲਾਈਵ ਦੁਸ਼ਮਣਾਂ ਦੁਸ਼ਮਣ ਛੋਟਾ ਕੀਰਾ ਹੁੰਦਾ ਪਰ ਦੁਸ਼ਮਣ ਚੜ੍ਹ ਜਾਣਾ ਉਸਤਾਦ ਜੀ ਨੇ ਕਹਿਣਾ ਚਲੋ ਯਾਰ ਕੱਟ ਲਓ ਨਹੀਂ ਵੈਸੇ ਨਹੀਂ ਮੈਂ ਤੁਹਾਨੂੰ ਵਾਰੀ ਵਾਰੀ ਪਹਿਲੇ ਸਾਰਿਆਂ ਨੂੰ ਚੱਲ ਬਈ ਫਰੀਦ ਵੀ ਉਹ ਵੀ ਉਹ ਵੀ ਛੇ ਕੁ ਜਣੇ ਅੱਛੇ ਤਰ੍ਹਾਂ ਕਹਿ ਇਹਨਾਂ ਨੂੰ ਸ਼ਹਾਦਤ ਦਾ ਰੁਤਬਾ ਦਵਾ ਕੇ ਵਾਪਸ ਆ ਕੇ ਟੀਮ ਹੋਰ ਲੱਭ ਲੈਣੀ ਮੈਂ ਦੁਬਾਰਾ ਜੰਗ ਲੱਗ ਗਈ ਤੇ ਮੈਂ ਅੱਗੋਂ ਨੀ ਤਿਆਰ ਕਰਨੇ ਉਸਤਾਦ ਨੇ ਨਾ ਜਿਹਦੇ ਜਿਹਦੇ ਫੈਰ ਵੱਜੀ ਜਾਣਾ ਨੇ ਕਹਿਣਾ ਸ਼ਰਾਬ ਕੱਟ ਲਾ ਕੇ ਇਹਨੂੰ ਕੱਟ ਦੇਈ ਦਿਲ ਕਰੇ ਉੱਥੇ ਬੇਚਾਰੇ ਤੜਫ ਰਹੇ ਹੁਣ ਦਰਦ ਨਾ ਉੱਥੇ ਡਬਿੰਗ ਕਰੀ ਜਾਂਦੇ ਲੈ ਲਿਆ ਨੀ ਕੀਤੀ ਉੱਥੇ ਸ਼ੁਰੂ ਕਰ ਦੋ ਰੈਮ ਮੰਗੋ ਬਹੁਤ ਸਾਰੀਆਂ ਜੰਗਾਂ ਦੇ ਵਿੱਚ ਜਿਹੜੀ ਪਖਤੂਨ ਕੌਮ ਆ ਸਾਡੀ ਇਹ ਇਸ ਤਰ੍ਹਾਂ ਯਾਨੀ ਸੋਸ਼ਲੀ ਜਿਹੜੇ ਆ ਜਿਹੜੇ ਲੋਕ ਹੁੰਦੇ ਲੋਕਲ ਲੋਕ ਇਹਨਾਂ ਨੇ ਜਾ ਕੇ ਬਕਾਇਦਾ ਜੰਗ ਜਿਹੜੀ ਲੜੀ ਆ ਉਹਨਾਂ ਤਰ੍ਹਾਂ ਫੌਜੀਆਂ ਲੇਕਿਨ ਯਾਰ ਹਾਂਜੀ ਏਦਾਂ ਵੀ ਹੈਗੇ ਨਾ ਕਈ ਐਸੇ ਜਿਹੜੇ ਸੀ ਜਨਰਲ ਉਹਨਾਂ ਨੇ ਆਪ ਵੀ ਲੜੀ ਉਹਦੇ ਤੇ ਵੀ ਸੀ ਤੇ ਰਾਤ ਨੂੰ ਲੜਦੇ ਵੀ ਹੁੰਦੇ ਸੀ ਉਹ ਵੀ ਲੋਕ ਹੈ ਲੇਕਿਨ ਉਂਝ ਤਾਂ ਮੈਂ ਕਹਿ ਰਿਹਾ ਨਾ ਉਂਝ ਤੇ ਅਸੀਂ ਭਾਈ ਨਾਲ ਆ ਹੁਣ ਇਹ ਤਾਂ ਨੀ ਸਾਰੇ ਜਣੇ ਇੱਧਰ ਉੱਧਰ ਨਿਕਲ ਜਾਣ ਕਿਤੇ ਗੈਪ ਹੋ ਜਾਣ ਕਿਤੇ ਲੋਕ ਯਾਰ ਉਹਨਾਂ ਮੁਲਕ ਦਾ ਸਾਰਾ ਹਿਸਾਬ ਕਿਤਾਬ ਵੇਖਣਾ ਹੁੰਦਾ ਵਾ ਉਹਨਾਂ ਨੇ ਲਾਈਟਾਂ ਬੰਦ ਕਰਨੀਆਂ ਉਹ ਯਾਰ ਹਿਸਾਬ ਕਿਤਾਬ ਏਡਾ ਕਿਹੜਾ ਮੁਨਸ਼ੀ ਨੇ ਮੁਲਕ ਦੇ ਵੀ ਉਹਨਾਂ ਨੇ ਹਿਸਾਬ ਕਿਤਾਬ ਜਦੋਂ ਜੰਗ ਹੀ ਲੱਗੀ ਉਦੋਂ ਕਾਹਦਾ ਹਿਸਾਬ ਕਿਤਾਬ ਉਦੋਂ ਯਾਰ ਹੀ ਆ ਪਾਰ ਉਹ ਤਾਂ ਫਿਰ ਬਾਅਦ ਚ ਹਿਸਾਬ ਕਰਾਂਗੇ ਵੀ ਕੌਣ ਬਚਿਆ ਕੌਣ ਮਰਿਆ ਵੀ ਇਹਦੀ ਕਬਰ ਕਿੱਥੇ ਬਣਾਉਣੀ ਇਹਦੀ ਕਿੱਥੇ ਬਣਾਉਣੀ ਇਹ ਤੇ ਬਾਅਦ ਦੀ ਗੱਲ ਸਿਆਸਤਦਾਨ ਬੇਸਿਕਲੀ ਸਿਰਫ ਔਰ ਸਿਰਫ ਤੁਹਾਡੀ ਮੈਨੇਜਮੈਂਟ ਕਰ ਦਿੰਦੇ ਪਾਕਿਸਤਾਨੀ ਨੂੰ ਪਾਕਿਸਤਾਨੀ ਹੈ ਕਿ ਨਹੀਂ ਹਾਂਜੀ ਪਾਕਿਸਤਾਨੀ ਸ਼ਹਿਰੀ ਤੇ ਹੈ ਨਾ ਹਾਂਜੀ ਬੇਸਿਕਲੀ ਨੈਸ਼ਨਲ ਜਿਹੜੀ ਨਾ ਨੈਸ਼ਨੈਲਿਟੀ ਜਿਹੜੀ ਤੁਹਾਡੀ ਜੰਮ ਪਲਮ ਉਹ ਪਾਕਿਸਤਾਨੀ ਹੋ ਤੁਸੀਂ ਹਾਂਜੀ ਤੁਸੀਂ ਇੱਧਰ ਮੇਰੀ ਗੱਲ ਸੁਣੋ ਨਾ ਤੁਸੀਂ ਕੈਨੇਡਾ ਜਾਓ ਉੱਥੇ ਇੱਕ ਤੁਸੀਂ ਬੰਦੇ ਨੂੰ ਦੇਖੋ ਉਹ ਭਾਜੀ ਤੁਹਾਡੇ ਕੋਲ ਕਿਉਂਕਿ ਜੀ ਮੇਰੇ ਕੋਲ ਨੈਸ਼ਨੈਲਿਟੀ ਹੈ ਇੱਥੇ ਦੀ ਮੇਰੇ ਕੋਲ ਇੱਥੇ ਦਾ ਪਾਸਪੋਰਟ ਆ ਮੇਰਾ ਇੱਥੇ ਹੀ ਆ ਜਿੱਦਾਂ ਗੋਰੇ ਨੇ ਉੱਦਾਂ ਹੀ ਮੈਂ ਵਾਂ ਸਾਰਾ ਕੁਝ ਭਾਜੀ ਤੁਸੀਂ ਵੈਸੇ ਬੇਸਿਕਲੀ ਕਿੱਥੋਂ ਦੇ ਕੌਣ ਹੋ ਉਹਨੇ ਕਹਿਣਾ ਮੈਂ ਪਾਕਿਸਤਾਨੀ ਉਹ ਫਿਰ ਕਿਉਂ ਕਹਿੰਦਾ ਮੈਂ ਪਾਕਿਸਤਾਨੀ ਰਹਿਣਾ ਪਾਕਿਸਤਾਨੀ ਆ ਜਦੋਂ ਇਲਾਜ ਅਸੀਂ ਬਾਹਰ ਜਾ ਕੇ ਕਰਾਉਣਾ ਯਾਰ ਥੋੜਾ 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 ਵਿੱਚ ਰੋਜ਼ ਮਾਰੀ ਨਾ ਇੱਕੋ ਵਾਰੀ ਮਰ ਜਾਂਗੇ
ਮੈਂ ਤਾਂ ਕਹਿੰਦਾ ਥੋੜਾ ਥੋੜਾ ਜਿਹਾ ਮਰਨ ਨੇ, ਇਹ ਕਿਹਦੇ ਲਈ ਮਰਨ ਨੇ? ਅਸੀਂ ਯੂਨਾਨ ਵਾਸਤੇ ਮਰਨ ਨੇ? ਇਹ ਵੀ ਪਾਕਿਸਤਾਨ ਦੇ ਆ, ਜਾ ਕੇ ਬਾਹਰ ਹਾਲਾਤ ਵੇਖ ਕੀ ਹੋਏ ਪਏ, ਜਾਂ ਦੇਖਿਆ ਭੱਜ ਕੇ ਪੂਰਾ ਸੀਜ਼ਨ ਲੰਘਿਆ ਅੰਬ ਨਹੀਂ ਖਾਤੇ, ਅੰਬਾਂ ਤੋਂ ਬਗੈਰ ਅਨਵਲ ਦੇ ਟੋਲ ਮੈਂ ਜਿਹੜੇ ਸਾਲ ਨਾ ਖਾਵਾਂ ਮੇਰਾ ਸਾਲ ਹੀ ਨਹੀਂ ਲੰਘਦਾ। ਲੈ ਪਹਿਲੀ ਵਾਰੀ ਜ਼ਿੰਦਗੀ 'ਚ ਮੇਰਾ ਸਾਲ ਲੰਘਿਆ ਕਿ ਮੈਂ ਅਨਵਲ ਦੇ ਟੋਲ ਅੰਬ ਨਹੀਂ ਖਾਧਾ। ਰਾਤੀ ਮੈਂ ਸਿਰਫ ਫੋਨ ਕੀਤਾ ਵਾ ਇੱਕ ਬੰਦੇ ਨੂੰ, ਉਹਨੇ ਕਿਹਾ ਜੀ ਅਨਵਰ ਟੋਲ ਵੀ ਮੁੱਕ ਗਿਆ, ਤੁਸੀਂ ਪਤਾ ਨਹੀਂ ਕਿੱਥੇ ਸੀ, ਫਲਾਣਾ ਵੀ ਮੁੱਕ ਗਿਆ, ਆਹ ਪਤਾ ਨਹੀਂ ਕਿਹੜੇ ਹੁੰਦੇ ਇੱਕ ਅਨਵਰ ਟੋਲ ਹੋਰ ਹੁੰਦਾ ਵਾ, ਉਹ ਲੈ ਉਹ ਲੈਂਦਾ ਵਾ, ਬਸ ਉਹ ਟੈਪ ਆ ਕੁਛ। ਤੁਸੀਂ ਨਾ ਇਹਨਾਂ ਚੀਜ਼ਾਂ ਨੂੰ ਛੱਡੋ, ਇਹ ਤੇ ਚਸਕੇ ਨੇ ਜ਼ਿੰਦਗੀ ਦੇ। ਉਹ ਜਿਹੜੀ ਗੱਲ ਕੀਤੀ ਉਹਦੇ ਨੀ ਸਮਝ ਆਉਂਦੇ ਕਿ ਤੁਸੀਂ ਕੱਲ ਨੂੰ ਬੰਬ ਬੰਨਣੇ, ਹੁਣ ਤੁਸੀਂ ਅੰਬ ਖਾਣ ਡੇ ਜੀ। ਓਏ ਭਰਾਵਾ ਯਾਰ ਲਿਆ ਯਾਰ ਬੰਬ ਲਿਆ ਵੀ ਬੰਨੀਏ, ਓਏ ਆ ਪੇਟੀਆਂ ਫੜ ਕੇ ਲਿਆਇਆ ਇੱਥੇ, ਮੈਂ ਲੈਦਾ ਕਰਾਂ ਯਾਰ, ਸਾਡੇ ਨਾਪ ਦਾ ਬਣਾਤਾ ਲੋ ਜੀ, ਨਾਰਿੰਦਰਾ ਜਾਂਦੀਆਂ 12 ਦੇ ਜੀ ਲਿਆ ਯਾਰ, ਉਹਨਾਂ ਇਕੱਲੇ ਮਿੱਠੇ ਲਈ ਜੰਗ ਲਾਉਣੀ। ਹਾਂ ਵੀ ਤੂੰ ਮੈਨੂੰ ਵੈਸੇ ਛੁਰੀ ਮਾਰਦੇ ਯਾਰ, ਵੀ ਮੈਂ ਜਹਾਜ਼ ਮਿੱਠੇ ਕੁਛ ਨਹੀਂ ਹੁੰਦਾ ਹੁੰਦਾ ਵਾ, ਸਾੜ ਬੱਜ ਜਾਏਗਾ ਉਹ ਗੋਲੀ, ਉਹ ਠਹਿਰ ਜਾ ਭਾਈ, ਸਾੜ ਪਾ, ਉਹ ਭਾਈ ਠਹਿਰ ਜਾ, ਸਾੜ ਪੈਂਦਾ ਠਹਿਰ ਜਾ, ਤੂੰ ਨਾ ਕਰ, ਉਸ ਤੋਂ ਬਾਅਦ ਬਚ ਕਿੰਨੇ ਕੁ ਸਾਲ ਬਚ ਜਾਏ ਯਾਰ, ਮੇਰੇ ਸਿਰ ਹੀ ਹੋਏ, ਐਕਸੀਡੈਂਟ ਹੋ ਜਾਏ ਤੇਰਾ ਯਾਰ, ਨਹੀਂ ਗੱਲ ਆ ਨਾ ਅਟੈਕ ਹੋ ਜਾਏ ਤੈਨੂੰ, ਉਹ ਮੈਂ ਦੁਸ਼ਮਣ ਦੀ ਕੋਈ ਚੁਗਲੀ ਕੀਤੀ ਤੁਹਾਡੇ ਲਾਗੇ, ਭਾਜੀ ਮੈਂ ਦੁਸ਼ਮਣ ਦੀ ਗੱਲ, ਮੈਂ ਕਹਿ ਰਿਹਾ ਤੂੰ ਬਾਅਦ ਚ ਜ਼ਿੰਦਾ ਕਿੰਨਾ ਕੁ ਰਹਿ ਲੇਗਾ, ਉਹ ਭਾਜੀ ਹੁਣ ਐਂਡ ਕੀ ਕਰੇਗਾ, ਅੱਬਾ ਕਿੱਥੇ ਤੇਰਾ, ਉਹ ਇੰਨੇ ਨੇ ਲੋਥਲੇ ਲੱਭਣ ਨਾਲ ਪੂਰਾ ਤਾਂ ਰਹੂੰਗਾ, ਅੱਬਾ ਕਿੱਥੇ ਤੇਰਾ, ਆਪਾਂ ਜੀ ਜਨਰਲ ਉਹਦਾ ਅੱਬਾ ਕਿੱਥੇ, ਉਹਦਾ ਅੱਬਾ ਕਿੱਥੇ, ਉਹਦਾ ਸਾਰੇ ਅੱਬੇ ਕਿੱਥੇ ਤੇਰੇ, ਉਹ ਤੋਂ ਆਪਣਾ ਕੋਈ ਵੀ ਨਹੀਂ ਉੜਿਆ, ਆਪਣੀ ਆਪਣੀ ਤੁਰਬਤ ਚ ਨੇ ਅਗਲੇ, ਹੁਣ ਮਿੱਠੇ ਦਾ ਲੱਤ ਯੂਨਾਨ ਚ ਪਈ ਹੋਵੇ, ਸੁਣ ਲੈਣਾ ਲੈ ਲੱਤ ਯੂਨਾਨ ਚ, ਐਡਾ ਕਿਤੇ ਅੱਲਾ ਮਾਫੀ ਦੇਵੇ ਤੈਨੂੰ, ਬੇ ਉਹਨਾਂ ਨੇ ਤੈਨੂੰ ਜਹਾਜ਼ ਚ ਲੱਦ ਲੈਣਾ ਵਾ, ਤੇ ਇੱਕ ਇੱਕ ਮੁਲਕ ਚ ਰਹਿ ਕੇ ਜੀ ਸਿਟੀ ਜਾਣੀ ਉਹਨੇ, ਇੰਜ ਤੈਨੂੰ ਕਰਨਾ ਨਾਲੇ, ਮੈਂ ਦੱਸਦਾ ਜੀ ਇਹਨਾਂ ਦਾ ਕੋਈ ਵੱਡਾ ਨਹੀਂ ਮਰਿਆ, ਤੂੰ ਤੂੰ ਟ੍ਰੈਂਡ ਨਵਾਂ ਚੇਂਜ ਕਰ, ਕੋਈ ਇਹਨਾਂ ਨੂੰ ਵੈਰਾਈਟੀ ਦੇ, ਨਹੀਂ ਮੈਂ ਦੱਸਦਾ ਦੇਖ, ਅੱਲਾ ਅੱਲਾ ਮਾਫੀ ਅੱਲਾ ਮਾਫੀ, ਇੱਕ ਜਾਨ ਨਿਕਲਨੀ ਕਿ ਵੀ ਨਿਕਲੀ ਜਾ ਰਹੀ ਹੋਸ਼ੋ ਵਾਸ ਸਾਰੀ, ਇੱਕ ਤੂੰ ਡਾ ਪਤਾ ਨਹੀਂ ਕਿੱਧਰ ਗਿਆ, ਖਲੋਤਾ ਵਾ ਤੂੰ ਕਿਹੜਾ ਜੀ, ਤੇ ਚੁੱਪ ਕਰਕੇ ਤੂੰ ਇੱਧਰ ਉੱਧਰ ਕੰਧਾਂ ਤੇ ਲਾ ਕੇ, ਤਕਲੀਫ ਨੀ ਹੋਣੀ, ਸ਼ਹੀਦ ਰਹਿਣਾ ਮੇਰੀ ਖੁਦੋ ਫਿਲਰ ਜਾਣੀ, ਮੇਰੀਆਂ ਟਾਕੀਆਂ ਨੀ ਲੱਭਣੀਆਂ, ਮਿੱਠੇ ਨੂੰ ਫਿਆਰ ਵਜਣਾ, ਇਹਨੇ ਕਹਿਣਾ ਉਹ ਮੇਰੀ ਲੁਗੀ ਬੋਲਦੀ, ਹੁਣ ਇਹਨੇ ਗੱਲ ਕੀਤੀ ਨਾ, ਹੁਣ ਰਾਤ ਨੂੰ ਬੰਬ ਚੱਲੇ ਨੇ, ਕਹਿਣਾ ਉਹ ਦਿਨ ਅੰਬ ਅੱਗੇ ਰਾਤ ਨੂੰ ਬੰਬ ਅੱਗੇ, ਨਹੀਂ ਇਹ ਮਜ਼ੇ ਲੈਂਦੇ ਕਰਕੇ ਮੋਬਾਈਲਾਂ ਕੀਤੇ ਨੇ ਭਾਜੀ, ਜਿਹੜੇ ਹੁੰਦੇ ਨੇ ਨਾ ਦੂਸਰੇ ਮੁਲਕ, ਇਹਨਾਂ ਦਾ ਸਭ ਤੋਂ ਵੱਡਾ ਜਿਹੜਾ ਜੰਗ ਦਾ ਸੂਲ ਹੁੰਦਾ ਵਾ, ਜਿਹੜੇ ਮੇਨ ਸ਼ਹਿਰ ਤੋਂ ਥੋੜੇ ਸੈਡਾ ਸੈਡਾ ਦੇ ਇਲਾਕੇ ਹੁੰਦੇ ਨਾ ਮਾੜੇ, ਸਭ ਤੋਂ ਪਹਿਲੇ ਉਹ ਟਾਰਗੇਟ ਕਰ, ਸਾਰੀਆਂ ਪੇਟੀਆਂ ਲੈ ਸਾਰੀਆਂ ਦਾ ਫਟਾ ਲਾਉਣ ਲੱਗੇ ਹੋ, ਇਹ ਜੀ ਮਸਹਿਰੀ ਆ, ਲਓ ਜੀ ਮਸਹਿਰੀ, ਲੜੀ ਬਾਹਰ ਆ ਗਈ ਵਿੱਚੋਂ, ਜੰਗ ਦੀ ਟੈਨਸ਼ਨ ਨਾ ਲੈ, ਗਰਮ ਹੁੰਦਾ ਤੂੰ ਨਾਰਦਾ ਨਾ ਖਾ ਲਈ, ਉੱਤੋਂ ਕੱਚੀ ਲੱਸੀ ਦੇਖੀ, ਨਹੀਂ ਨਹੀਂ ਹਲੀ ਕੱਪੜ ਦੀ ਬੱਬ ਦੀ, ਆ ਜਿਹੜਾ ਐਟਮ ਬੰਬ ਆ ਇਹਦੇ ਮਸਾਲੇ ਦੀ ਉਚਾਈ ਕਿੰਨੀ, ਮਸਾਲੇ ਦੀ ਉਚਾਈ ਮਸਾਲਾ ਮੇਰੀ ਛਟਾ ਕਿੰਨੀ, ਉਹ ਲੱਭਣਾ ਹੀ ਨਹੀਂ ਹੈਗਾ, ਨਹੀਂ ਮੈਂ ਹਲੀਕਾਪਟਰ ਚ ਇੱਕ ਬੰਦਾ ਜਹਾਜ਼ ਚ ਜਾ ਰਿਹਾ, ਹਜ਼ਾਰ 40,000 ਦੀ ਬੁਲੰਦੀ ਤੇ ਮਸਾਲਾ ਉੱਥੇ ਤਾਂ ਨਹੀਂ ਆ ਸਕਦਾ,
ਕਿਹੜਾ ਮਸਾਲਾ ਸਾਲਿਆਂ ਨਾਲੇ ਮਸਾਲਾ ਸਿੱਟਣਾ ਤੇ ਪਟਾਸ ਪਟੂਸ ਜਿਹੜੀ ਬਾਬਾ ਜੀ ਸਤਾਰ ਜੀ ਉਹਨੇ ਇੰਜ ਡਿੱਗਣਾ ਵਾ ਤੇ ਇੰਜ ਫੈਲ ਜਾਣਾ ਹਰ ਪਾਸੇ ਇਹ ਸਿਰਫ ਮੇਰਾ ਕਰਕੇ ਫੈਲਣਾ ਵਾਲੇ ਚੋ ਉਸ ਬਿਲਕੁਲ ਸਹੀ ਸੀ ਹਾਏ ਹਾਏ ਸੁਭਾਨ ਅੱਲਾ ਪਹਿਲੇ ਦਾਦਾ ਭੂ ਕੱਢੋ ਅੰਬਾਂ ਦਾ ਜਿਹਨੇ ਸਾਰੀ ਪੇਟੀ ਘੇਰੀ ਹੋਈ ਹੈ ਇਹ ਲਾਈਫ ਇਹ ਮਜ਼ੇ ਲਵੋ ਨਾ ਇਹਨੂੰ ਹੁਣ ਅੱਛੇ ਤਰੀਕੇ ਨਾਲ ਧੋ ਧੋਈਆ ਕਰਕੇ ਠੰਡੇ ਕਰਕੇ ਹੈ ਕਿਤੇ ਨਿਕਲਦੇ ਆ ਪੌਦਾਬਾਜ਼ੀ ਦੇ ਵਿੱਚ ਜਾ ਕੇ ਬਹਿ ਕੇ ਖਾਂਦੇ ਓਏ ਚਾਰ ਦਿਨ ਕਰ ਲੈ ਜਿੰਨੇ ਕਰਨੇ ਓ ਯਾਰ ਬੜ ਪਰੇ ਮੇਰਾ ਸਹੀ ਤੂੰ ਮੈਨੂੰ ਬੰਬ ਵੈਸੇ ਮੈਨੂੰ ਦੇ ਦੇ ਕੇ ਤਾਂ ਬੰਬ ਗਿਫਟ ਕਰਦੇ ਫਰੀਦ ਨੇ ਵੀ ਭਾਈ ਉਹ ਛਾਲ ਮਾਰੀ ਬੰਬ ਬੰਨ ਕੇ ਉਹ ਟੈਂਕ ਦੇ ਥੱਲੇ ਉਹ ਬੰਬ ਚੱਲਿਆ ਨਹੀਂ ਇਹ ਉਹਦੇ ਥੱਲੇ ਆ ਸੱਟਾਂ ਨਾਲ ਮਰ ਗਏ ਅਬਾਸ ਦਿੰਦੇ ਨਾ ਇੱਥੇ ਬੰਬ ਬਣ ਕੇ ਨਾ ਛਾਲ ਮਾਰੀ ਬਾਅਦ ਚੋਂ ਲੱਗਦਾ ਬੰਬ ਬਣੇ ਰੋਟੀ ਬਣੇ ਜਾਂਦੇ ਨੇ ਘੁੱਗੂ ਕਰਕੇ ਖਾਣ ਮਿੱਠਾ ਜੀ ਬਾਰਾਂ ਰੌਲਾ ਕੋਈ ਨਹੀਂ ਹੈਗਾ ਹਿੰਮਤ ਕਰੋ ਨਹੀਂ ਆ ਵੇਖੋ ਮੈਂ ਡਰਦਾ ਮੈਂ ਯਾਰ ਇੱਕਾ ਦੀ ਗੱਲ ਆ ਮਿੱਠੇ ਮੈਂ ਬੋਤ ਨੇ ਲਾਉਂ ਤੇਰੇ ਦਾਦੇ ਪੜਦਾਦੇ ਸਾਰੇ ਤਵੇ ਹੀ ਮੌਤ ਮਰੇ ਨਾ ਉਹ ਭਾਈ ਉਹ ਸਹੀ ਰਹਿ ਗਏ ਹੈ ਸਹੀ ਰਹਿ ਗਏ ਉਹਨੂੰ ਪਤਾ ਹੁੰਦਾ ਮੈਂ ਜਾਣ ਕੇ ਤਵੇ ਹੀ ਮਾਰ ਦੇਣੇ ਸੀ ਮੈਂ ਚੰਗੀ ਮਰਨੇ ਮੈਂ ਬੁਲਦ ਨੇ ਲਾਹੌਰ ਹੋਇਆ ਛੱਡ ਦੇ ਤੂੰ ਪੁਰ ਕਰਾ ਦੇ ਮੈਂ ਮਿਸਟਰ ਬੁਲਦਲਾ ਤੂੰ ਮੈਨੂੰ ਰੰਤ ਪਾ ਬਿੱਤੇ ਕਹਿੰਦਾ ਮੈਂ ਬੁਲਦ ਨੇ ਲਾਹੌਰ ਹੋਇਆ ਲੇਕਿਨ ਸਤਾਰ ਜੀ ਜਦੋਂ ਸਿਰ ਤੇ ਪੈ ਜਾਂਦੀ ਉਦੋਂ ਫਿਰ ਕਰਨਾ ਹੀ ਪੈਂਦਾ ਵਾ ਲੱਗ ਲੱਤ ਮੇਰੇ ਕੱਲੇ ਤੇ ਪਾ ਦੇ ਸਾਰੀ ਯਾਰ ਕੀ ਤੁਹਾਡੇ ਮੈਂ ਤੈਨੂੰ ਗੱਲ ਦੱਸਾਂ ਅਸੀਂ ਵੀ ਆਪਣੇ ਹਿਸਾਬ ਨਾਲ ਜਿਹੜਾ ਨਾ ਦਿਲ ਦੇ ਵਿੱਚ ਗੱਲ ਹੈ ਮੈਂ ਕਹਿੰਦਾ ਮੈਂ ਜਾਣ ਦੇ ਦਿਆਂਗਾ ਯਾਰ ਮੈਰੋ ਨੇ ਕਿਹਾ ਸੀ ਪੁੱਤਰ ਹਟਾ ਦੇ ਨਹੀਂ ਵੇਖਦੇ ਮੈਨੂੰ ਕੱਢ ਕੇ ਕਿਹਾ ਸੀ ਮੈਂ ਵੇਖ ਜਾਂਦਾ ਵਾ ਮੈਂ ਓਕੇ ਆ ਨਹੀਂ ਪਲੀਜ਼ ਮੈਨੂੰ ਤੇਰੇ ਤੇ ਭਰੋਸਾ ਤੂੰ ਜਾਨ ਵੀ ਦੇ ਜਾ ਤੂੰ ਜਾਨ ਜੀ ਵੀ ਦੇ ਦੇ ਜੀ ਜਾ ਨਾਲੇ ਉੱਥੇ ਬੀਕੋ ਤੋਂ ਲਾਈਵ ਵੀ ਆ ਜੀ ਪਿੱਛੇ ਬੰਬ ਡੈਗ ਤੇ ਹੁਣ ਉੱਥੇ ਡਰੈਗਨ ਤੇ ਲਾਈਵ ਡਰੈਗਨ ਬਚਣਗੇ ਸੱਚੀ ਮੁੱਛੀ ਆ ਸੱਚੀ ਮੁੱਛੀ ਵੱਡੇ ਮਸੈਲ ਬਚ ਕੇ ਤੂੰ ਉਹਨੂੰ ਕਹੀਂ ਕੁਛ ਬੜਾ ਮਾਰੋ ਕੁਛ ਬੜਾ ਮਾਰੋ ਦੇਖੀ ਵਲ ਪਿੱਛੋਂ ਡੜਾ ਆਟਾ ਕਾਮੇਡੀ ਕਰ ਰਿਹਾ ਨਾ ਹੁਣ ਮਿੱਠਾ ਲੇਕਿਨ ਇਸ ਦੇ ਅੰਦਰ ਉਹ ਜਜ਼ਬਾ ਵਾ ਜਿੰਨੇ ਸੀਨੇ ਤਾਣ ਕੇ ਕਹਿਣਾ ਕਿ ਇੱਥੇ ਬਾਰੋ ਬਾਬਾ ਓਏ ਇੱਥੇ ਤੁਸੀਂ ਰੌਂਗ ਹੋ ਇੱਥੇ ਤੁਸੀਂ ਬਹੁਤ ਰੌਂਗ ਹੋ ਤਾਂ ਇੱਧਰ ਕੋ ਕੇ ਪੰਜਾਬੀ ਤੇ ਤੂੰ ਆ ਵੇ ਇਹ ਢੇਰੀ ਲੱਗ ਗਈ ਕਿੰਨੀ ਖਾਣੀ ਆਪਾਂ ਹੀ ਖਾਣੀ ਆ ਇਹ ਢੇਰੀਆਂ ਨੂੰ ਵੇਖ ਕੇ ਸਬਕ ਸਿੱਖ ਇਹਨੇ ਮਿੱਠੀਆਂ ਢੇਰੀਆਂ ਦੇ ਲੱਭਦਾ ਫਿਰੇਗਾ ਚੰਨਾ ਅੰਬਾਂ ਦੀਆਂ ਢੇਰੀਆਂ ਇਹਦੀ ਖੁਸ਼ਬੂ ਲੈ ਤੁਸੀਂ ਕਿਤੇ ਮੈਂ ਤੇ ਗੌਰੀ ਪਾਉਣ ਦਾ ਕਿਤੇ ਸ਼ੀਨ ਨਹੀਂ ਆਉਣ ਨਹੀਂ ਹੈਗਾ ਅੰਬ ਸਾਰਾ ਹੀ ਨੰਗਿਆ ਸੀ ਸਰ ਲਟੋਰ ਵਰਗਾ ਅੰਬ ਨਹੀਂ ਹੋਣਾ ਸਾਈਕਲ ਲਵੋ ਮਜ਼ੇ ਲਵੋ ਚਲੋ ਇਹਦੀ ਭਰਤੀ ਪਾ ਆ ਦੋ ਜ਼ਰਾ ਥੋੜੇ ਜਿਹਾ ਉਹ ਤਾਂ ਇਹ ਮਿੱਠਾ ਨਹੀਂ ਦੇ ਦੇ ਚਾਹੀਦੇ ਉਹਨੂੰ ਠੀਕ ਹੈ ਜੀ ਬਾਕੀ ਵਿੱਚ ਰੱਖੋ ਬਾਕੀ ਆ ਨਹੀਂ ਉਹ ਲਿਆਉਣੇ ਨਾ ਬਰਫ ਸ਼ਰ ਪਾ ਕੇ ਨੂੰ ਫਿਰ ਧੋ ਕੇ ਜ਼ਰਾ ਇਹਨਾਂ ਨੂੰ ਜ਼ਰਾ ਉੱਪਰ ਵਾਲੇ ਖਾਣੇ 'ਚ ਰੱਖ ਕੇ ਨਾ ਰੱਖਣ ਦੇ ਕਰਾ ਕੇ ਪੂਰੀ ਮਜ਼ੇ ਘਰ ਬਰਫ ਵਾਵੇ ਹੁੰਦੀ ਸਾਡੇ ਉਦੋਂ ਦੇ ਦੇ ਉਦੋਂ ਯਾਰ ਇੱਕ ਇੱਕ ਪੇਟੀ ਘਰ ਵਾਸਤੇ ਹੀ ਆਈ ਹੈ ਜਿਹੜੀ ਇੱਥੇ ਫ੍ਰੀ ਤੁਸੀਂ ਉਹੀ ਭੁੱਖਾ ਪਾਨੀ ਯਾਰ ਫਿਰ ਉਹ ਜਿਹੜੀਆਂ ਪੇਟੀਆਂ ਅੰਦਰ ਪਈਆਂ ਉਹ ਅਸੀਂ ਲਿਜਾਣੀਆਂ ਲੈ ਲੈ ਕੇ ਜਾਈ ਹੈ ਉਸਤਾਦ ਜੀ ਤੈਨੂੰ ਪਤਾ ਚੈਨ ਨਹੀਂ ਆਉਂਦਾ ਜਦੋਂ ਤੱਕ ਸਾਨੂੰ ਨਾ ਰਜਾਵੇ ਬਸ ਕਵਰ ਵੀ ਨਹੀਂ ਹੁੰਦਾ ਇਹ ਪੇਟੀਆਂ ਜੰਗ ਵਾਸਤੇ ਰੱਖ ਲਓ ਖਾਣ ਵਾਸਤੇ ਨਵੀਆਂ ਮੰਗਾ ਲਓ ਨਹੀਂ ਨਹੀਂ ਲਓ ਜੀ ਇਹ ਅੰਬ ਚੱਲ ਵੀ ਸ਼ਗਣਾਂ ਦੇ ਅੰਬ ਇਹ ਅੰਬ ਲਿਆ ਕੀਰਾ ਰੇ ਅੰਬ ਲੈ ਕੀਰਾ ਰੇ ਚੱਲ ਚੱਲ ਜਾ ਧੋ ਇਹਨਾਂ ਨੂੰ ਮਜ਼ੈਲ ਆਵੇ ਇੰਜ ਕਰਕੇ ਮਿੱਠੇ ਦੇ ਪੈਰਾਂ ਚ ਡਿੱਗੇ ਆ ਜਾ ਆ ਜਾ ਰੱਖ ਕੇ ਆ ਜਾ ਉਸਤਾਦ ਜੀ ਮੈਂ ਜਹਾਜ਼ ਤੇ ਪੈ ਜਾਗਾ ਉਹ ਯਾਰ ਤੈਨੂੰ ਕੁਛ ਨੀ ਹੁੰਦਾ ਕਾਹਦਾ ਸਾਫ ਪਾ ਲਿਆ ਤੂੰ ਕੁਛ ਨੀ ਹੈਗਾ ਯਾਰ ਆਹੋ ਇਹਨੇ ਕਿੱਥੇ ਜਾਣ ਦੇਣੀ ਇਹਨਾਂ ਨੇ ਮੁਲਾਕਾਤ ਸਿਰਫ ਇੱਥੇ ਖਾਣ ਵਾਸਤੇ ਨੇ ਸਾਰੀ ਜ਼ਿੰਦਗੀ ਇੱਥੇ ਜੰਮੇ ਇੱਥੇ ਪਲੇ ਇੱਥੇ ਦੀਆਂ ਸੜਕਾਂ ਤੇ ਖੇਲੇ ਅੱਜ ਤੂੰ ਇੱਥੇ ਬੈਠਾ ਸਾਰੀ ਦਿਹਾੜੀ ਤੇਰੇ ਘਰ ਵਾਲ ਕੋਈ ਵੇਖ ਨੀ ਸਕਦਾ
ਇਹਨੂੰ ਕਹਿੰਦੇ ਆਜ਼ਾਦੀ ਬੇਟੇ। ਉਹ ਮੇਰੀ ਗੱਲ ਤੇ ਸੁਣੋ, ਹਲੇ ਤਾਂ ਮੈਂ ਜੇ ਮੈਂ ਇੰਨਾ ਹੀ ਜ਼ਿਆਦਾ ਮੈਂ ਪਾਕਿਸਤਾਨ ਦੀਆਂ ਸਾਰੀਆਂ ਡਿਸ਼ਾਂ ਨਹੀਂ ਖਾਧੀਆਂ, ਮੈਨੂੰ ਹੈ ਮੈਂ ਹਲੇ ਪਾਕਿਸਤਾਨੀ ਪੂਰੀ ਸਬਜ਼ੀਆਂ ਨਹੀਂ ਖਾ ਸਕਿਆ, ਹੁਣੇ ਪੰਬ ਖਾ ਲਈ ਮੈਂ। ਅੱਛਾ ਠਹਿਰ ਜਾ ਇੱਕ ਮਿੰਟ, ਠਹਿਰ ਜਾ। ਉਮਰਾ ਕਰ ਰਿਹਾ ਅਲਹਮਦੁਲਿਲਾ ਜੀ। ਉਹ ਜਿਹੜੇ ਬੰਦੇ ਨੇ ਜ਼ਿੰਦਗੀ 'ਚ ਕਦੀ ਇੱਥੇ ਦੀ ਡਿਸ਼ ਨਹੀਂ ਖਾਧੀਆਂ, ਗੋਸ਼ਤ ਹੀ ਕਿੱਦਾਂ, ਉਹ ਉਮਰਾ ਕਿੱਦਾਂ ਕਰ ਆਉਂਦਾ, ਉਮਰਾ ਕਿੱਦਾਂ ਕਰ ਆਉਂਦਾ ਯਾਰ। ਇੰਜ ਤੇ ਪਾਕਿਸਤਾਨ ਦਾ ਕੋਈ ਐਸਾ ਅਰਬਾਪਤੀ ਬੰਦਾ ਬਣੀ ਹੁੰਦਾ ਵੀ ਜਿਹੜਾ ਕੋਈ ਮੈਂ ਸਾਰੀਆਂ ਡਿਸ਼ਾਂ ਖਾਧੀਆਂ, ਡਿਸ਼ਾਂ ਜ਼ਿਆਦਾ ਖਾਣਾ ਅਮੀਰੀ ਹੁੰਦੀ ਹੈ। ਉਹ ਯਾਨੀ ਕਿ ਫੇਰਾ ਤੋਂ ਉਹਨੇ ਕੀਤਾ ਹਲੇ ਲਾਕੇ ਨਹੀਂ ਫਿਰੇ। ਨਹੀਂ ਨਹੀਂ ਲਾਕੇ, ਅੱਛਾ ਲਾਕੇ ਫਿਰਨਾ ਅਮੀਰੀ ਹੁੰਦੀ ਹੈ ਭਾਜੀ, ਇੰਜੋਏ ਕਰਨਾ ਅਮੀਰੀ ਹੁੰਦੀ ਹੈ, ਮੁਹੱਬਤ ਨਹੀਂ ਹੁੰਦੀ। ਜੇ ਤੂੰ ਪਾਕਿਸਤਾਨੀ ਤਾਂ ਹੋਵੇ ਵੀ ਤੈਨੂੰ ਪਾਕਿਸਤਾਨ ਦੇ ਚੱਪੇ ਚੱਪੇ ਦਾ ਪਤਾ ਹੋਵੇ, ਤੂੰ ਪਾਕਿਸਤਾਨੀ ਉਦੋਂ ਨਾ ਜਦੋਂ ਪਾਕਿਸਤਾਨ ਦੀ ਹਰ ਡਿਸ਼ ਤੂੰ ਖਾ ਲੈਣੀ ਹੈ। ਉਹ ਯਾਰ ਕਿਤੇ ਉਸਤਾਦ ਜੀ ਕਿਤੇ ਅਜਾਇਸ਼ੀ ਵੀ ਹੁੰਦੀ ਭਾਜੀ, ਤੁਸੀਂ ਹਾਲੇ 15-20 ਦਿਨ ਮਹੀਨਾ 2 ਮਹੀਨੇ ਲੱਗ ਜਾਣੇ, ਤੁਸੀਂ ਉਨੀ ਦੇਰ ਕਰ ਲਓ। ਜੰਗੀ ਜਹਾਜ਼ ਆ ਕੇ ਤੈਨੂੰ ਉੱਥੇ ਤਬਾਹ ਕਰ ਦੇ, ਫਿਰ ਮੈਂ ਦੁਬਈ ਚਲ ਜਾਵਾਂਗਾ ਤੇ ਦੁਬਈ ਜੇ ਆ ਕੇ ਤੈਨੂੰ ਉੱਥੇ ਮਾਰ ਦਿੱਤਾ ਕਿਸੇ ਇੰਟੈਲੀਜੈਂਸ ਨੇ, ਫਿਰ ਯਾਰ ਚਾਈਨਾ ਚਲ ਜਾਊਂਗਾ। ਨਹੀਂ 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 ਨਹੀਂ, ਦੇਖੇ ਚਾਈਨਾ ਟ੍ਰੈਫਿਕ ਇੰਨੀ ਹੈ ਤਾਂ ਗੱਡੀ ਤੇ ਲਿਆ ਕੇ ਸਟੀਕਰ ਬਣ ਜਾ ਕੇ ਫਿਰ ਸਿਰਫ ਦੋ ਤਿੰਨ ਬੰਦੇ ਭੇਜੇ, ਉਹਨਾਂ ਨੇ ਕਹਿਣਾ ਸਿਰਫ ਪਾਕਿਸਤਾਨ ਚ ਇਹਨੂੰ ਮਾਰ ਤੇ ਉਹਨਾਂ ਉੱਤੇ ਜਾ ਕੇ ਝੰਡਾ ਲਹਿਰਾ ਦੇਣਾ ਸੀ ਜੰਗ ਦੇ ਜਿਹੜੇ ਅੰਬ ਵਾ ਇੱਥੇ ਪੈ ਰਹੇ ਲੇਕਿਨ ਸਾਜੀ ਦੇਖੋ ਵੇਖੋ ਮੈਂ ਇਹਦਾ ਜਜ਼ਬਾ ਸੁਣੋ, ਮੈਨੂੰ ਭੇਜੋ ਤੁਸੀਂ ਸ਼ਹਾਦਤ ਦੀ ਮੌਤ ਤੇ ਬੰਦਾ ਚਾਹੁੰਦਾ ਜਿਸਮ ਭਲਾ ਮੇਰਾ ਥੋੜਾ ਕੰਮ ਦੇਖੋ, ਸ਼ਹਾਦਤ ਦੀ ਮੌਤ ਐਕਸੀਡੈਂਟ ਨਾਲ ਜਿਹੜੇ ਮਰ ਜਾਂਦੇ ਉਹ ਵੀ ਇੱਕ ਸ਼ਹਾਦਤ, ਤਾਜੀ ਉਹ ਨਹੀਂ ਗੱਲ ਮੇਰੀ ਸੁਣ ਲਾ ਮੁੱਕੀ ਮੇਰੀ ਗੱਲ। ਚਲੋ ਹਾਂਜੀ ਦੱਸੋ, ਤੁਹਾਡਾ ਜਿਹੜਾ ਐਕਸੀਡੈਂਟ ਨਾ ਨੀ ਫੌਤ ਹੁੰਦਾ, ਹਾਂਜੀ ਜਦੋਂ ਇੱਥੋਂ ਬਾਹਰ ਨਿਕਲ ਲੱਗੋ ਨਿਜ਼ਾਮ ਹੋ ਜੇ, ਹਾਂਜੀ ਠੀਕ ਹੈ, ਉਹ ਵੀ ਇੱਕ ਸ਼ਹਾਦਤ ਦਾ ਇੱਕ ਰੁਤਬਾ ਵਾ, ਦਰਜਾ ਇੱਕ ਦਰਜਾ ਵਾ, ਸੋਰੀ ਦਰਜਾ ਵਾ। ਅੱਛਾ ਲੇਕਿਨ ਜਿਹੜਾ ਪਿਓਰ ਨੀਅਤਨ ਮੁਲਕ ਦੀ ਖਾਤਰ ਸ਼ਹੀਦ ਹੋਣਾ, ਹਾਂਜੀ ਮਰਨ ਵਾਲਾ ਨਹੀਂ, ਜਾਂ ਪਿਓਰ ਤੁਸੀਂ ਆਪਣੇ ਧਰਮ ਦੀ ਖਾਤਰ ਸ਼ਹੀਦ ਹੋਣਾ, ਜਾਂ ਪਿਓਰ ਤੁਸੀਂ ਆਪਣੇ ਘਰਦਿਆਂ ਦੇ ਮਾਂ ਪਿਓ ਦੇ ਫੈਮਿਲੀ ਵਾਸਤੇ, ਹਾਂਜੀ ਇਹ ਵੀ ਸ਼ਹਾਦਤ ਆ ਹਲਕੀ ਹਲਕੀ, ਜਿਹੜਾ ਮਰ ਰਹੇ ਤੁਸੀਂ ਸਵੇਰ ਤੋਂ ਰਾਤ ਤੱਕ, ਇਹ ਵੀ ਕਹਿ ਵੀ ਨਹੀਂ ਇਹਦੇ ਕਿੰਨਾ ਕਿੰਨਾ ਜਿੰਨੇ ਆਪਣੇ ਘਰਦਿਆਂ ਨੂੰ ਮਿਹਨਤ ਕਰਕੇ ਹਲਾਲ ਰੋਜੀ ਖਵਾਈ ਹੈ ਸਾਜ, ਉਹਦਾ ਵੀ ਰੁਤਬਾ ਚੈੱਕ ਕਰੋ। ਮੈਂ ਤੁਹਾਨੂੰ ਸਮਝਾਉਣਾ ਚਾਹ ਰਿਹਾ ਵੀ ਲਾਜ਼ਮੀ ਨਹੀਂ ਚਿੱਥੜੇ ਉੱਡਣ ਫੇਰ ਹੀ ਆ, ਨਹੀਂ 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 ਚਿੱਥੜੇ ਉੱਡਣੇ ਵੀ, ਲੇਕਿਨ ਚਿੱਥੜੇ ਉੱਡਣ ਦੀ ਕਿਤੇ ਲੋੜ ਪੈ ਯਾਰ, ਬਹੁਤ ਖੁਸ਼ਕਿਸਮਤੀ ਵਾਲੀ ਮੌਤ ਆ ਉਹ। ਅੱਛਾ ਯਾਨੀ ਕਿ ਉਹਨੇ ਮੇਲ ਕੀਤੀ ਵੀ 22 ਕਰੋੜ ਵਾਂਗ ਜੋ ਮਿਠਾਈ ਚਾਹੀਦਾ, ਇਹਦੇ ਚਿੱਥੜੇ ਉਡਾਉਣੇ। ਅੱਛਾ ਠਹਿਰ ਜਾਓ ਭਾਜੀ ਇੱਕ ਮਿੰਟ, ਠਹਿਰ ਜਾਓ। ਰੋਜ਼ ਮੋਟਰਸਾਈਕਲ ਤੇ ਆਉਣਾ ਜਾਣਾ ਆਉਣਾ ਜਾਣਾ, ਕੋਈ ਖੁਦਾ ਨਾ ਖਾਸਾ ਹਾਸਾ ਹੋ ਜਾਂਦਾ, ਇੱਕ ਹੋ ਗਿਆ। ਦੂਜਾ ਇਹ ਆ ਕਿ ਵੀ ਘਰ ਦੇ ਵਿੱਚ ਤਬੀਅਤ ਖਰਾਬ ਹੋਈ, ਸਾਰਿਆਂ ਨੇ ਖਿਦਮਤ ਵੀ ਕਰ ਲਈ, ਉੱਤੇ ਵੀ ਦਿਨ ਲੰਘ ਗਏ, ਵਿੱਚੋਂ ਕਈ ਵੱਜਣ ਵੀ ਹੋ ਗਏ ਕਿ ਪਤਾ ਨਹੀਂ ਕੀ ਗੱਲ ਆ ਇੰਨੀ ਦੇਰ ਹੋ ਗਈ, ਉਹ ਕਦੀ ਤੇ ਇੱਕ ਇਹ ਆ ਕਿ ਇੰਝ ਕਰਕੇ ਗਿਆ ਵਾ, ਇੰਝ ਕਰਕੇ ਆਇਆ, ਇੰਝ ਕਰਕੇ ਅਗਲੇ ਦਿਨ, ਇੰਝ ਕਰਕੇ ਕੁੱਲ ਫਾਰਗ ਆ, ਕਿਆ ਮੌਤ। ਮੌਤ ਦੇ ਵੀ ਦਰਜੇ ਹੁੰਦੇ ਨੇ, ਇੱਕ ਐਸੀ ਖੂਬਸੂਰਤ ਮੌਤ ਆਈ ਕਦੀ ਸੁਣੀ, ਕਿੱਡਾ ਅੱਛਾ ਲੈਣ ਆ ਯਾਰ, ਕਿੱਡੀ
ਖੂਬਸੂਰਤ ਮੌਤ ਆਈ। ਮੈਂ ਦੁਆ ਕਰਦਾ ਮੌਤ ਦੇ ਨਾਲ ਖੂਬਸੂਰਤੀ ਦਾ ਲਫ਼ਜ਼ ਦੇਖ ਕੇ ਕਿੱਡੀ ਵੱਡੀ ਗੱਲ ਆ ਲਾਉਣਾ ਉਸਤਾਦ ਜੀ। ਅੱਲਾ ਮੈਨੂੰ ਸ਼ਹਾਦਤ ਦੀ ਮੌਤ ਦੇਵੇ, ਮੈਂ ਮੁਲਕ ਦੀ ਖਾਤਰ ਜਾਨ ਦੇਵਾਂ। ਉਹ ਕੋਈ ਟਾਈਮ ਹੁੰਦਾ ਵਾ, ਤੁਸੀਂ ਮਿੰਟ ਚ ਕਿਹਾ ਆਇਆ ਗਿਆ ਪਟਾਕਾ ਕਿਤਾਬ ਲਿਖਣ ਡਿਆ ਵੀ ਤੇਰੀ ਅੱਧੀ ਰਹਿ ਜਾਣੀ, ਤੂੰ ਮਰ ਜਾ ਕੀ ਆ ਉਹ ਡੇਢ ਮਿੰਟ ਚ। ਅੱਛਾ ਤੂੰ ਕੀ ਕਹਿ ਰਿਹਾ ਮੁਲਕ ਦੀ ਖਾਤਰ ਢਾਈ ਤਿੰਨ ਪੰਜ ਸਾਲ ਤੋਂ ਲੱਗਾ ਰਹੇ ਕਿਤੇ ਸਾਰੀ ਜੰਗ ਮੁੱਕ ਜਾਵੇ, ਤੂੰ ਬਕਾਇਆ ਰਹਿ ਜੇ ਉਹਨਾਂ ਲਿਖ ਬਸ। ਉਹਨਾਂ ਲਿਖਿਆ ਵੀ ਅਸੀਂ ਸਾਰੀ ਜੰਗ ਜਿੱਤ ਗਏ, ਇੱਕ ਮਿੱਠਾ ਬਕਾਇਆ ਵਾ, ਉਹਨੂੰ ਪੁੱਛ ਲਓ ਹੁਣ ਅੱਜ ਮਰਨਾ ਕੱਲ ਮਰਨਾ, ਇੰਜ ਕਰਨ ਦੁਸ਼ਮਣ ਯਾਰ। ਕੋਈ ਸੈਟਿੰਗ ਹੁੰਦੀ ਹੈ, ਕੋਈ ਤਰਤੀਬ ਹੁੰਦੀ ਹੈ, ਕੋਈ ਸੈਟਿੰਗ ਤੇਰੇ ਲਈ ਮਸਹਿਰੀ ਲਾਉਣ ਵੀ ਤੂੰ ਹੁਣ ਮਰਨਾ ਵਾ ਤੇ ਤੈਨੂੰ ਇੱਥੇ ਦਫ਼ਨ ਕਰਨਾ ਤੇ ਸਾਰਾ ਕੁਝ ਕਰਕੇ ਤੈਨੂੰ ਵਟਸਐਪ ਤੇ ਮੈਸੇਜ ਕਰਿਆ ਕਰ ਬੇਟਾ ਜੀ ਤੁਸੀਂ 15 ਦਿਨ ਬਾਅਦ ਦਾ ਗਿਆ ਸੀ ਮਾਰ ਦੇਣਾ ਗੋਲੀ, ਅੱਜ 20 ਦਿਨ ਹੋ ਗਏ। ਐਂਡ ਉਹਨਾਂ ਨੇ ਕਹਿਣਾ ਸਾਡੇ ਨਾਲ ਇੱਕ ਜ਼ਬਾਨ ਕਰ ਕਦੋਂ ਮਰਨੇ। ਆਹੋ ਅੱਗਾ ਅੱਛਾ ਇੱਕ ਮਿਸਾਲ ਆ, ਮੈਂ ਪਹਾੜੀ ਇਲਾਕੇ 'ਚ ਥੱਲੇ ਕਰਕੇ ਗਾਰਜੀ ਕੱਢ ਕੇ ਲੁਕ ਜਾਂਦਾ। ਹਾਂਜੀ ਉੱਥੇ ਠੂਏ ਸੱਪ, ਹਾਂਜੀ ਬਾਹਰੋਂ ਤੈਨੂੰ ਉਸ ਤੋਂ ਪਹਿਲੇ ਤੈਨੂੰ ਡਾਵਾ ਕਰਨਾ ਉਹਨੇ ਨੀਲਾ ਹੋ ਕੇ ਮਰਨਾ ਤੂੰ। ਅੱਬਾ ਜੀ ਘਰ ਮਰੇ ਨੇ, ਅੱਬਾ ਜੀ ਹਸਪਤਾਲ ਫੌਤ ਹੋਏ ਨੇ, ਅਸੀਂ ਉਹਨਾਂ ਨੂੰ ਕਹਿ ਦਾਂਗੇ ਭਾਜੀ ਘਰ ਆ ਕੇ ਮਾਰ ਆ ਕੇ ਮਾਰਦੇ। ਚਲੋ ਇੱਦਾਂ ਯਾਰ ਹੋਮ ਡਿਲੀਵਰੀ ਦੀ ਵੀ ਸਹੂਲਤ ਉਹਨਾਂ ਕੋਲ ਦੀ। ਦੁਸ਼ਮਣ ਦੀ ਤੋਪ ਦੇ ਅੱਗੇ ਖਲੋ ਕਵੇ ਕੋਈ ਚਲਾ ਹੋਏ ਤੇ ਤੇਰੇ ਵਿੱਚੋਂ ਲੰਘ ਜੇ ਤੇ ਤੂੰ ਉੱਥੇ ਖੜਾ ਰਵੇ। ਨਹੀਂ ਨਹੀਂ ਇੱਕ ਹੋਰ ਗੱਲ ਸਾਜੀ, ਇੰਨਾ ਕਿ ਤੇਰੇ ਲੱਕ ਦਾ ਟੋਟਾ ਲਾ ਕੇ ਨਿਕਲ ਜੇ ਪਿੱਛੇ ਨੂੰ, ਤੂੰ ਉੱਥੇ ਧੋਣਾ ਫਸਾ ਕੇ ਬਾਕੀ ਜ਼ਿੰਦਗੀ ਕੱਢੇ। ਬਹੁਤ ਅੱਛੇ ਯਾਰ, ਕੈਸਾ ਪੀਜ਼ਾ ਲਵਾਲੀ ਅੱਗੇ ਪਿੱਛੇ ਪੀਜ਼ੇ ਲਵਾ ਕੇ ਤੇ ਨਾਲ ਚਾਬੀ ਵੀ ਲਾ ਲਈ ਖੋਲ ਲਿਆ ਤੇ। ਅੱਲਾ ਮਾਫੀ ਦੇਵੇ ਮਜ਼ਾਕ ਨਹੀਂ ਕਹਿੰਦਾ, ਲੇਕਿਨ ਮਿੱਠਾ ਜੀ ਗੱਲ ਇਹ ਜਦੋਂ ਫਿਰ ਬਣਦੀ ਹੈ ਨਾ ਜਾਣ ਤੇ ਉਹ, ਮੈਂ ਤੈਨੂੰ ਗੱਲ ਦੱਸਾਂ ਸਾਈਕੀ ਇਹ ਸਾਜੀ ਇੱਕ ਜਜ਼ਬਾ ਹੁੰਦਾ ਵਾ, ਮਤਲਬ ਤੂੰ ਹੁਣ ਬੁੱਝਦਾ ਨਾ ਜਾਂ ਮੈਂ ਬੁੱਝਦਾ ਨਹੀਂ, ਮੈਂ ਡਰ ਰਿਹਾ। ਇੱਕ ਪੁਆਇੰਟ ਐਸਾ ਆ ਜਾਂਦਾ ਜਦੋਂ ਤੁਹਾਡੀ ਇਹ ਚੀਜ਼ ਦੇ ਉੱਤੇ ਤੁਹਾਡੇ ਜਜ਼ਬਾਤ ਹੈਵੀ ਹੋ ਜਾਂਦੇ, ਤੁਸੀਂ ਘਰ ਗੁਜ਼ਰਦੇ ਹੋ ਕੁਛ। ਸੱਤ ਸਾਲ ਡਾਇਲਿਸਿਸ ਕਰਾ ਕਰਾ ਮਰਨਾ। ਜਜ਼ਬਾ ਕਹਿੰਦੇ 32 ਇੰਚ ਦੇ ਸੀਨੇ ਦੇ ਵਿੱਚ ਜਜ਼ਬਾ ਫਿੱਟ ਹੁੰਦਾ ਵਾ, ਤੇਰਾ ਸੀਨਾ ਦੇਖਤਾ ਜਜ਼ਬੇ ਵਾਲਾ ਹੈਗਾ ਵਾ। ਵੈਸੇ ਇੱਕ ਮਿੰਟ ਗੱਲ ਸੁਣ, ਮੈਂ ਉਸਤਾਦ ਜੀ ਨੇ ਦੱਸਿਆ ਦੇਖੋ ਤੂੰ ਖਲੋਤਾ ਵਾ ਇੱਕਦਮ ਯਕਦਮ ਤੈਨੂੰ ਇਧਰੋਂ ਇੱਕ ਚੀਜ਼ ਤੇਰੇ ਦਿਮਾਗ ਚ ਇਧਰੋਂ ਦੀ ਵੜੀ ਇਧਰੋਂ ਦੀ ਨਿਕਲ ਗਈ ਸ਼ੂ, ਠੀਕ ਹੈ ਸ਼ੂ, ਉਹਨੇ ਇਧਰੋਂ ਪਾੜ ਬਹੁਤਾ ਪਾਉਣਾ ਇਧਰੋਂ ਥੋੜਾ, ਕਿਉਂਕਿ AK-47 ਜਿਹੜੀ ਉਹ ਇਧਰੋਂ ਵੱਜਦੀ ਨਾ ਤੇ ਇਧਰੋਂ ਕਰ ਉਹ ਇੰਜ ਨਿਕਲਦੀ, ਤੇਰਾ ਪਤਾ ਹੀ ਨੀ ਲੱਗਣਾ ਇੱਕ ਮਿੰਟ ਦੇ ਵਿੱਚ ਸੁਣਨ ਹੋ ਜਾਣੀ ਅਰਸ਼ ਯਾਰ। ਨਾ ਮੇਰੇ ਕੋ ਉਹਦਾ ਨਾ ਮੇਰੇ ਕੋ ਫੁੱਲ ਲੱਗਾ ਨਾ ਮੈਂ ਉਹਨੂੰ ਉਹਦਾ ਹੈਗਾ ਤੇਰੇ ਕੋ ਤੈਨੂੰ ਨਾ ਹੈਗਾ ਤੂੰ ਪਾਕਿਸਤਾਨੀ ਆ, ਉਹ ਮੈਂ ਹੋਰ ਵੀਡੂ ਵੀਜ਼ਾ ਲੈ ਦੋ ਮੈਨੂੰ ਕਿਤੇ ਹੋਰ ਦੀ ਨੈਸ਼ਨਲਟੀ ਲੈ ਦਿਓ, ਪਰ ਬੰਬ ਮੇਰੇ ਸਿਰ ਹੀ ਹੋਇਆ, ਉਹ ਤੇ ਮੇਰੀ ਪੱਟੀ ਲਿਖੀ ਮੈਂ ਮਿੱਠੇ ਨੂੰ ਜਾ ਕੇ ਵੱਜ ਜਾ ਜਾ ਫਿਰ ਮੁੜ ਕੇ ਘਰ ਆ ਜੀ, ਮੈਂ ਕਿਸੇ ਨੂੰ ਗੱਲ ਹੀ ਨਹੀਂ ਕਰਦਾ। ਏਦਾਂ ਜੇ ਇੱਕਦਮ ਬੰਬ ਵੱਜੇ ਇਹਦੇ ਚੀਥੜੇ ਉੜ ਜਾਏ ਇਹਦੀ ਰੂਹ ਵਿਚਾਰੀ ਇੱਕਦਮ ਕਵੇ ਉਹ ਆ ਕੀ ਹੋਇਆ, ਇਹਦੀ ਰੂਹ ਇੱਕਦਮ ਜਿਸਮ ਉੱਡੇ ਡਰ ਰੂਹ ਕਵੇ ਉਹ ਆ ਕੀ ਕਿੱਧਰ ਗਿਆ ਕਿੱਧਰ ਗਿਆ। ਮੈਂ ਹੈਰਾਨ ਅੱਲਾ ਨੇ ਨੇਮਤਾਂ ਵੀ ਪੂਰੀਆਂ ਦਿੱਤੀਆਂ ਫਿਰ ਵੀ ਸ਼ਹਾਦਤ ਦੀ ਮੋਹਰ ਨਹੀਂ। ਸਭ ਤੋਂ ਵੱਡੀ ਨੇਮਤ ਅੰਦਰ ਜਿਹੜਾ ਜਜ਼ਬਾ ਮੁਲਕ ਆਸਮ ਉਹ ਦਿੱਤੀ ਨੀ ਰੱਬ ਨੇ, ਇਸ ਤੋਂ ਵੱਡੀ ਕਿਹੜੀ ਬਦਕਿਸਮਤੀ। ਬਿੱਲਾ ਦਾ ਜਜ਼ਬਾ ਮਾਰਤਾ ਵਾ
ਪੂਰੀ ਕੌਮ ਭਾਜਨ ਫਰੀਦ ਸਾਹਿਬ ਇਸ ਟਾਈਮ ਲੜ ਰਹੀ ਆ, ਕੁਰਬਾਨੀ ਦੇ ਰਹੀ ਆ। ਜਿਹੜਾ ਸਵੇਰ ਨੂੰ ਪਿਓ ਘਰੋਂ ਨਿਕਲਦਾ, ਤਿਆਰ ਬੱਚੇ ਮਕਾਨ ਕਿਰਾਏ ਦਾ, ਉਹ ਦੇਖਦਾ ਰਾਤ ਨੂੰ ਕੀ ਬਣਨਾ, ਉਹਦੀ ਜਿੱਦਾਂ ਦਿਹਾੜੀ ਲੰਘਦੀ ਹੈ ਉਹ ਸਲੋਲੀ ਸਲੋਲੀ ਮਰ ਰਿਹਾ। ਸਹੀ ਗੱਲ ਫਰੀਦ ਸਾਹਿਬ, ਸਰਦੀਆਂ ਨੂੰ ਦੇਸੀ ਮੁਰਗਾ ਕਾਲੀ ਮਿਰਚ ਪਾ ਕੇ ਛੋਰਾ ਪੀਣਾ, ਇਸ ਗੱਲੋਂ ਇਹਨੇ ਮਰਨਾ ਜੇ। ਉਹਨਾਂ ਨੇ ਕਹਿਣਾ ਯਾਰ ਜਿਹੜੇ ਸਾਰੇ, ਅੱਛਾ ਦੇਸੀ ਮੁਰਗਾ ਛੋਰਾ ਪਿਆ ਕੇ ਬਾਅਦ ਚ ਮਾਰ ਦੇਣ, ਠੀਕ ਆ। ਓਏ ਹੋਏ ਹੋਏ, ਉਹ ਹੁਣ 15 ਸਾਲ ਪੀਵਾ ਹੀ ਨਾ, ਵੀ ਛੋੜ ਤੋਂ ਬਾਅਦ ਚੱਲ ਤੈਨੂੰ ਮਾਲਮ ਜੱਬਾ ਫਰਾ ਲੈਣਾ, ਫਿਰ ਬਾਅਦ ਚ ਮਾਰ ਦੇਣ। ਯਾਰ ਫਰੀਦ ਵੇਖ ਕਿੱਡਾ ਪਿਆਰਾ ਲੱਗਿਆ, ਕਿਉਂਕਿ ਮਜ਼ਾਇਲ ਦੀ ਚੁੰਝ ਤੇ ਲੱਗਾ, ਮਿੱਠਾ ਤੇ ਜਾ ਰਿਹਾ, ਉੱਤੇ ਜਾ ਕੇ ਫਟਿਆ। ਚਲੋ ਜੀ ਇੱਕ ਕੰਮ ਕਰਦੇ ਆ, ਦੁਸ਼ਮਣਾਂ ਦੇ ਨਾਲ ਬਹਿ ਕੇ ਭਾਜੀ ਗੱਲ ਆ, ਤੁਸੀਂ ਠੀਕ ਆ, ਜੰਗ ਲੱਗੀ ਆ, ਇਹ ਸਾਡਾ ਵੀਰ ਆ, ਇਹਨੂੰ ਨਾਲ ਲੈ ਜਾਓ, ਇਹਨੂੰ ਫੜਾ ਉਤਰਾਓ, ਜਿੱਥੇ ਇਹਦਾ ਇਲਾਕਾ ਇਹਦਾ ਦਿਲ ਕਰੇ ਨਾ ਉੱਥੇ ਇਹਨੂੰ ਮਾਰ ਦੇਣਾ, ਜਿੱਥੇ ਕਸ਼ਮੀਰ ਵਾਲੀ ਸਾਈਡ ਤੇ ਚੱਲ ਜੀ। ਇਹ ਕਿੱਡਾ ਤੁਸੀਂ ਮੇਰੀ ਸਿਫਾਰਿਸ਼ ਹੀ ਫੜੀ ਆ, ਕਿੱਡਾ ਤੁਸੀਂ ਮੇਰੇ ਤੋਂ ਦੁਖੀ ਹੋਏ ਆ, ਇਹ ਮੇਰਾ ਕਰਕੇ ਉਹ ਸਾਰੇ ਲੱਗੇ ਹੋਏ ਆ, ਬਾੜਾ ਬੂੜਾ ਮੇਰਾ ਕਰਕੇ ਲੱਗਿਆ। ਨਹੀਂ, ਉਹਨੇ ਸਭ ਤੋਂ ਪਹਿਲੇ ਕਿਹਾ ਤੁਸੀਂ ਮੁਲਾਕਾਤ ਤੇ ਕੀ ਕਰੋਗੇ, ਮੈਂ ਕਿਹਾ ਭਾਈ ਸਾਰੇ ਅੱਗੇ ਲੱਗਣਗੇ, ਮੈਂ ਵੀ ਲੱਗ ਜਾਗਾ, ਤੇ ਫਿਰ ਮੈਂ ਵਿੱਚ ਤੇ ਰਹਿਣ ਡਿਆ ਮੇਰੇ ਇਲਾਕੇ। ਨਹੀਂ, ਤੂੰ ਤੇ ਉੱਧਰ ਵੀ ਨਹੀਂ ਆ ਰਿਹਾ, ਤੂੰ ਤੇ ਕਹਿ ਰਿਹਾ ਮੈਨੂੰ ਵੀਜ਼ਾ ਲਵਾਓ, ਮੈਨੂੰ ਬ੍ਰੇਕ ਚ ਤੂੰ ਕਹਿ ਜੀ ਸਾਜੀ ਮੈਨੂੰ ਉੱਥੇ ਸ਼ਿਫਟ ਕਰ ਦਿਓ, ਉੱਥੇ ਕਰ ਦਿਓ, ਮੈਂ ਤੇ ਇਸ ਤੋਂ ਤੈਨੂੰ ਕਹਿ ਰਿਹਾ। ਤੁਸੀਂ ਵੀ ਤਾਂ ਉਹਨਾਂ ਦਾ ਕੌਣ ਹੀ ਕੋਈ ਸਾਰੀ ਮੇਰੇ ਤੇ ਪਾਈ ਜਾਂਦੇ ਵੀ ਮੈਂ ਕਿਤੇ ਗੰਦੀਆਂ ਗਾਲਾਂ ਕੱਢਣ ਡਿਆ। ਅੱਛਾ ਠਹਿਰ ਜਾ, ਲਾਜ਼ਮੀ ਵੀ ਉਹਨਾਂ ਨੇ ਤੈਨੂੰ ਮਾਰਨਾ, ਤੂੰ ਬਹਾਦਰ ਲੜੀ ਤੂੰ ਮਾਰ ਲਈ ਉਹਨੂੰ, ਇਹ ਵੀ ਤੇ ਆਪਸ਼ਨ ਹੈਗਾ ਨਾ, ਇਹ ਮਾਰ ਦੇਵੇ ਜੱਟਾਂ ਤੂੰ, ਤੁਹਾਡਾ ਤੇ ਅੱਲਾ ਜੱਟਾਂ ਦਾ ਤੇ ਯਾਰ, ਇਹ ਜਦੋਂ ਇਹਨਾਂ ਦੇ ਸਿਰ ਤੇ ਪਵੇ ਤੇ ਪਤਾ ਨਹੀਂ। ਕਸਮੇ ਸਾਡੀ ਗਲੀ ਜੀ ਕੁੱਤਾ ਵਾ, 1 ਵਜੇ ਪੈਂਦਾ ਵਾ, ਮੈਂ ਉਸ ਕੁੱਤੇ ਦਾ ਕਰਕੇ 3 ਗਲੀਆਂ ਉੱਤੋਂ ਦੀ ਘਰ ਜਾਣਾ, ਮੈਨੂੰ ਪੈ ਨਾ ਜਾਵੇ। ਉਹ ਕੁੱਤਾ ਵੀ ਤੇਰੀ ਵਜ੍ਹਾ ਤੋਂ 3 ਗਲੀਆਂ ਫਿਰਦਾ ਜਜ਼ਬਾਤ ਹਾਵੀ ਹੋ ਜਾਂਦੇ ਨੇ ਨਾ ਮਿੱਠਾ ਜੀ, ਨਹੀਂ ਹੁੰਦੇ। ਫਿਰ ਵੇਖ ਮੇਰੀ ਗੱਲ ਸੁਣ, ਮੈਂ ਤੈਨੂੰ ਦੱਸਦਾ, ਖੁਸ਼ੀ ਵੀ ਗਮੀ ਵੀ, ਤੁਸੀਂ ਕਦੀ ਢੋਲ ਤੇ ਧਮਾਲ ਪੈਂਦੀ ਵੇਖੀ? ਹਾਂਜੀ, ਦੇਖੀ। ਜਦੋਂ ਢੋਲ ਹੁੰਦਾ ਨਾ ਬੰਦਾ ਉਹਦੇ ਉਹਦੇ ਚ ਆ ਜਾਂਦਾ ਚੰਗਾ ਭਲਾ, ਸਿਆਣਾ ਪੈਣਾ ਬੰਦਾ, ਬਾਲ ਬੱਚਿਆਂ ਦਾ ਦਾੜੀਆਂ ਰੱਖੀਆਂ ਕਈਆਂ ਨੇ, ਉੱਠ ਕੇ ਭੰਗੜਾ ਪਾਉਣਾ ਸ਼ੁਰੂ ਕਰ ਦਿੰਦੇ, ਕਈ ਵਜਤ ਚ ਆ ਜਾਂਦੇ ਉਹਨਾਂ ਦਾ ਸਾਹ, ਏਦਾਂ ਹੀ ਜਜ਼ਬਾਤ ਨੇ, ਠੀਕ ਹੈ ਜੀ। ਉਹ ਮੇਰੀ ਤਕਦੀਰ ਹੈ, ਉਹ ਹਾਲ ਹੁੰਦਾ ਖੁਸ਼ੀ ਦਾ, ਉਹ ਕਿ ਯਾਰ ਨੂੰ ਘੁੰਗਰੂ ਪਾ ਕੇ ਮਨਾਉਣ ਡੇ ਹੁੰਦੇ, ਹੁਣ ਘੁੰਗਰੂ ਪਾ ਕੇ ਮਜ਼ਾਕ ਖਾ ਲੈਣ, ਉਹ ਵੀ ਐਂ ਕਰਕੇ ਮਜ਼ਾਕ ਮਾਰ। ਦੇਖ ਮੇਰੀ ਗੱਲ ਸੁਣ, ਕਦੀ ਢੋਲ ਤੇ ਸ਼ਹੀਨ ਉਹਦਾ ਦੇਖਿਆ ਵਾ? ਤੇਰੀ ਜੇਬ 'ਚ ਪੈਸੇ ਹੋਣ, ਬਿੱਲ ਵੀ ਨਾਲ ਹੋਵੇ, ਤੂੰ ਲੰਘਦਾ ਹੋਵੇ ਇੱਕ ਵਾਜਿਆਂ ਦਾ ਇਸ ਕਿਸਮ ਦੀ ਕਲਾਣ ਵਜਾ ਰਿਹਾ ਵੇ, ਤੂੰ ਪਾਗਲ ਹੋ ਜਾ, ਤੂੰ ਬਿੱਲ ਵਾਲੇ ਪੈਸੇ ਕੱਢ ਕੇ ਉਹਨੂੰ ਵੇਲਾ ਕਰਾਉਣੀਆਂ ਸ਼ੁਰੂ ਕਰਦਾ, ਇਹ ਵਜਦ ਆ ਜਾਂਦਾ ਯਾਰ, ਉਹਨੂੰ ਦੱਸ ਉਹਨੂੰ ਯਾਰ ਢੋਲ ਤੇ ਧਮਾਲ ਚ ਪੈ ਜਾਂਦੀ ਆ, ਤੇ ਕਲਾਣ ਦੇ ਪੈਸੇ ਵੀ ਨਿਕਲ ਆਉਂਦੇ। ਗੱਲ ਇਹ ਆ ਸਤਾਜੀ, ਇੱਕ ਬੰਦਾ ਇਹਨੂੰ ਜੋ ਉਹ ਖਿਲਾਰ ਲੈਣ, ਉਹ ਕਹਿਣ ਸ਼ੂਟ ਸ਼ੂਟ ਦਾ ਆਰਡਰ ਦੇ ਦੇਣ, ਇਹ ਫੜਿਆ ਜਾਵੇ ਕਿਤੇ। ਉਹ ਮੇਰੇ ਕੋਲ ਟੀ ਟਾਈਮ ਗੱਲ ਹੋ ਗਈ ਉਹਨਾਂ ਨੂੰ ਯਾਰ, ਮੇਰੇ ਨੂੰ ਪੈਣਾ ਹੁਣ, ਮੈਂ ਫਰੀ ਬੱਚਿਆਂ ਦੀ ਲੜਾਈ ਚ ਨਹੀਂ ਛੜਾਈ ਕਦੀ, ਵੀ ਨਾ ਮੇਰੇ ਕੋਲ ਛੱਟ ਪੈਣ ਲੱਗ ਜੂ। ਓਏ ਉਦੋਂ ਜਜ਼ਬਾਤ ਹਾਵੀ ਹੋ ਜਾਂਦੇ ਨੇ, ਉਦੋਂ ਜਜ਼ਬਾਤ ਇੰਜ ਪੇਟ ਸਾਰੇ, ਆਹੋ, ਤੇ ਹਰ ਭਰਾ ਦਾ ਬਹਾਦਰੀ ਦਾ ਲੈਵਲ ਲੈਦਾ ਲੈਦਾ, ਸਭ ਤੋਂ ਨੀਚ ਜਿਹਦਾ ਲੈਵਲ ਆ ਉਹ ਇਹ ਆ, ਬਾਕੀ ਸਾਰੇ ਬਹਾਦਰ ਨੇ। ਇੱਕ ਭਰਾ ਏਦਾਂ ਦਾ ਵਾ, ਉਹ ਗੱਲ ਬਾਅਦ ਚ ਕਰਦਾ, ਲੜ ਪਹਿਲੇ ਪੈਂਦਾ। ਆਪਣੇ ਕਿਸੇ ਭਰਾ ਨੂੰ ਕਹਿ ਦੇ ਚੱਲ ਉਹ ਤੇਰੀ ਜਗ੍ਹਾ ਤੇ, ਉਹ ਭਾਈ ਆਪਣਾ। ਅੱਛਾ ਜੀ, ਇਹਨਾਂ ਕੋਲ ਪੁੱਛੋ ਉਸਤਾਦ ਜੀ। ਹਾਂਜੀ ਭੈਣ, ਪੁੱਛਣਾ ਕੀ ਉਸਤਾਦ ਜੀ, ਮੈਨੂੰ ਭੇਜੋ ਇੰਨਾ ਜੁੱਸਾ ਤੇਰਾ, ਰੋਟੀਆਂ ਖਾਣਾ ਜੀ, ਸਿਹਤ ਘੱਟ ਆ ਉਹਨਾਂ ਦੇ, 3-4 ਮੈਂ
ਸੋਫਾ ਬਣ ਜਾਣਾ ਤੇਰਾ ਜਾਂ ਐਲਸੀਡੀ ਬਣ ਜਾਣੀ ਕੀ ਹੋਣਾ ਜਾਣਾ ਵੀ ਆ ਲੇਕਿਨ ਹੱਕ ਤੇ ਜਾਓ ਖੁਸ਼ਕਿਸਮਤੀ ਹਾਂਜੀ ਆਹਾ ਕਿਹੜੀ ਮੈਂ ਤਾਂ ਕਹਿੰਦਾ ਯਾਰ ਕਿੱਡੀ ਕਿੱਡੀ ਨਾ ਇਹਨੇ ਬਦਸੂਰਤ ਜ਼ਿੰਦਗੀ ਗੁਜ਼ਾਰੀ ਕਿੱਡੀ ਇਹਨੇ ਬੁਰੀ ਜ਼ਿੰਦਗੀ ਵਿਚਾਰੇ ਨੇ ਗੁਜ਼ਾਰੀ ਤੇ ਇੱਕ ਪਾਸੇ ਕਹਿੰਦੇ ਯਾਰ ਇਹਦੀ ਕਿੰਨੀ ਖੂਬਸੂਰਤ ਮੌਤ ਆਈ ਯਾਨੀ ਦੇਖਦਾ ਦੋਵੇਂ ਹਾਲਾਂਕਿ ਯਾਰ ਜ਼ਿੰਦਗੀ ਖੂਬਸੂਰਤ ਹੈ ਜ਼ਿੰਦਗੀ ਕਿੱਡੀ ਲੇਕਿਨ ਕਿਸੇ ਜਗ੍ਹਾ ਤੇ ਇੱਦਾਂ ਕਹਿੰਦੇ ਨੇ ਕਿ ਕਿੱਡੀ ਖੂਬਸੂਰਤ ਮੌਤ ਆਈ ਕਿਸੇ ਜਗ੍ਹਾ ਤੇ ਕਹਿੰਦੇ ਨੇ ਕਿ ਯਾਰ ਕਿੱਡੀ ਵਿਚਾਰੇ ਨੇ ਤੰਗ ਜ਼ਿੰਦਗੀ ਗੁਜ਼ਾਰੀ ਉਸਤਾਦ ਜੀ ਹਰ ਚੀਜ਼ ਦਾ ਤੇ ਤੈਨੂੰ ਖੂਬਸੂਰਤ ਮੌਤ ਮਿਲ ਰਹੀ ਤੂੰ ਅਕਸੈਪਟ ਨਹੀਂ ਕਰ ਰਿਹਾ ਮੈਂ ਸ਼ਹਾਦਤ ਦਾ ਰੁਤਬਾ ਚਾਹੁੰਦਾ ਵਾ ਅੱਲਾ ਦੇ ਬੰਦੇ ਕਮੇਟੀਆਂ ਚੱਲਣ ਡਈਆਂ ਵਾ ਆਪ ਦੇਣ ਲੈਣੇ ਨੇ ਓ ਯਾਰ ਤੂੰ ਪਹਿਲਾਂ ਕਮੇਟੀਆਂ ਦੇ ਲੈ ਫਿਰ ਸਾਨੂੰ ਡੇਟ ਦੱਸ ਦੇ ਸੋ ਹਿਸਾਬ ਨਾਲ ਕਰ ਲਈਏ ਤੈਨੂੰ ਪਤਾ ਅਟੈਕ ਕੀ ਹੁੰਦਾ ਹਾਰਟ ਅਟੈਕ ਕੀ ਓ ਯਾਰ ਮਾਫੀ ਦੇ ਦੇ ਉਹਨੂੰ ਸਾਰਾ ਪਤਾ ਅਟੈਕ ਦਾ ਮੌਕਾ ਵੀ ਨਹੀਂ ਦਿੰਦਾ ਮੈਂ ਜਿੰਨਾ ਦੁਨੀਆ ਦੇ ਅਟੈਕ ਤੋਂ ਡਰਦਾ ਮੈਂ ਕਿਤੇ ਸ਼ਾਇਦ ਤੋਂ ਨਹੀਂ ਡਰਦਾ ਕਿੰਨਾ ਅੱਛਾ ਕਿੱਥੇ ਭੱਜ ਲੈਣਾ ਮਿੱਠੇ ਜਾਂ ਭੱਜ ਕੇ ਦਿਖਾ ਜਾਂ ਮੌਤ ਤੋਂ ਭੱਜ ਕੇ ਦਿਖਾ ਮੈਨੂੰ ਉਹਦਾ ਨੰਬਰ ਦਿਓ ਜਿਹੜਾ ਜੰਗ ਲਾਉਂਦਾ ਵਾ ਮੈਂ ਚੱਲਾਂ ਉਹਦੇ ਕੋਲ ਮੈਂ ਸ਼ਾਮ ਨੂੰ ਬੰਬ ਖਾ ਕੇ ਆਊਂਗਾ ਤੁਹਾਡੇ ਕੋਲ ਆ ਮੇਰੇ ਆਪ ਮੇਰੇ ਘਰ ਦੇ ਦੇਣਾ ਇਹ ਹਰਾਮ ਆ ਤੁਹਾਡੇ ਆਪ ਨੂੰ ਮੈਂ ਹੱਥ ਲਾਜਮਾ ਤੁਸੀਂ ਸਿਰ ਅੰਬਾਂ ਦਾ ਕਰਕੇ ਤੇ ਅੰਬ ਨਾ ਖਾਲ ਪਏ ਇਹਨੂੰ ਮੌਤ ਆ ਜਾਵੇ ਕਿਸੇ ਪਾਸੇ ਮੋਟਰਸਾਈਕਲ ਜੋ ਤੂੰ ਅੰਡਰਪਾਸ ਸੁੱਟ ਲਿਆ ਉਹ ਤੋਂ ਵੱਡਾ ਟਰਾਲਾ ਲੰਘਦੇ ਫਿਰ ਵੀ ਤੇ ਫੌਤ ਹੋਣਾ ਭਾਈ ਮੇਰੇ ਨਾਲ ਤੁਸੀਂ ਪਹਿਲੇ ਕਿਤੇ ਪਾਸੇ ਚੱਕਾ ਦੇਖ ਚੁੱਕੇ ਹੋ ਜੋ ਹਾਲਾਤ ਹੋਏ ਹਾਂਜੀ ਤੁਸੀਂ ਕਿਹਾ ਸਭ ਤੋਂ ਘਟੀਆ ਲੈਵਲ ਆ ਐਕਸੀਡੈਂਟ ਦਾ ਸ਼ਾਦ ਘਟੀਆ ਨਹੀਂ ਮੈਂ ਮਤਲਬ ਸਭ ਤੋਂ ਥੱਲੇ ਆ ਘਟੀਆ ਨਹੀਂ ਮਤਲਬ ਸਭ ਤੋਂ ਥੱਲੇ ਆ ਮਤਲਬ ਐਕਸੀਡੈਂਟ ਵੀ ਨੀ ਇਹਦਾ ਅੱਛਾ ਇਹਨੂੰ ਵੀ ਜਾ ਕੇ ਫੌਜੀਆਂ ਨੂੰ ਕਹਿਣਾ ਕਿ ਭਾਜੀ ਮੈਂ ਸ਼ਹਾਦਤ ਦੇ ਮੌਤ ਉਹਨੂੰ ਕਹਿਣਾ ਤੂੰ ਈਜ਼ੀ ਰਹਿ ਫਿਰ ਹਾਲੇ ਨਾ ਹਿਸਾਬ ਦਾ ਉਹਨਾਂ ਨੇ ਕਹਿਣਾ ਤੂੰ ਸ਼ਹਾਦਤ ਦੀ ਜ਼ਿੰਦਗੀ ਜੀ ਯਾਰ ਇਹਨੇ ਸ਼ਹਾਦਤ ਉਹਨੇ ਕਿਹਾ ਆਪਣੀ ਕਲਨਵੇਲ ਮਰ ਜਾ ਤੂੰ ਕਿਹੜਾ ਡੈਮ ਬਣਾਉਣ ਡਿਆ ਵਾ ਤੂੰ ਵੀ ਸਾਡਾ ਇਹੋ ਹੀ ਸਿਰ ਖਪਾਉਣ ਡਿਆ ਵਾ ਉੱਥੇ ਜਾ ਕੇ ਯਾਰ ਇੱਕ ਸ਼ਹਾਦਤ ਦੀ ਮੌਤ ਤੇਰੇ ਲਈ ਤੇ ਤੈਨੂੰ ਤੇ ਪਤਾ ਨੀ ਕਿੱਡਾ ਵੱਡਾ ਇਨਾਮ ਮਿਲਣਾ ਤੁਸੀਂ ਦੱਸੋ ਭੈਣ ਆਪਣੇ ਸੋਚ ਜੀ ਮੈਂ ਤੇ ਬਿਲਕੁਲ ਤਿਆਰ ਹਾਂ ਮੈਂ ਕਹਿੰਦਾ ਵਾ ਕਿ ਇਸ ਜਿਹੜਾ ਤਰੀਖੀ ਕੰਮ ਹੋਣਾ ਨਾ ਅਸੀਂ ਉਹਦੇ ਸਗੋਂ ਸ਼ਾਮਿਲ ਹੋਈਏ ਮੁਕਾਬਲਾ ਕਰੀਏ ਨਾ ਸਿਰਫ ਸ਼ਹੀਦ ਹੋਈਏ ਲੜ ਕੇ ਫਿਰ ਮਰੀਏ ਐ ਗੁੱਜਰ ਇਹਦੇ ਚ ਬੰਬ ਵੱਜਿਆ ਨਾ ਸਿਰਫ ਟਨ ਦੀ ਆਵਾਜ਼ ਆਉਣੀ ਨਾ ਬੰਬ ਦਾ ਕੁਛ ਜਾਣਾ ਨਾ ਇਹਦਾ ਕੁਛ ਜਾਣਾ ਇਹਨੇ ਸਿਰਫ ਕੱਪੜੇ ਝਾੜਨੇ ਘਰ ਆ ਜਾਣਾ ਲੇਕਿਨ ਇਹ ਫੁਲਾਦੀ ਬੱਚਾ ਆਤਿਸ਼ ਬੱਚਾ ਵਾ ਇਹਨੂੰ ਬੰਬ ਮਾਰ ਕੇ ਉਹਨਾਂ ਕਹਿਣਾ ਯਾਰ ਇਹਨੂੰ ਨਾ ਹੀ ਮਾਰ ਦੇ ਚੰਗਾ ਸੀ ਯਾਰ ਉਹਨਾਂ ਨੇ ਇਹਨੂੰ ਬੰਬ ਮਾਰਨ ਲੱਗਣਾ ਨਾ ਤੇ ਉਹਨਾਂ ਕਹਿਣਾ ਓਏ ਉਰੇ ਆ ਬੰਬ ਫੜ ਤੈਨੂੰ ਅਗਲੀ ਗੱਲ ਦੱਸਾਂ ਇਸ ਟਾਈਮ ਵੀ ਦੁਨੀਆ ਚ ਬਹੁਤ ਜਗ੍ਹਾ ਤੇ ਗੁੱਜਰ ਹੀ ਲੜ ਰਹੇ ਔਰ ਗੁੱਜਰਾਂ ਦੀ ਤਾਰੀਖ ਜਿਹੜੀ ਨਾ ਜੰਗਾਂ ਚ ਬਹੁਤ ਔਰ ਗੁੱਜਰ ਦੇ ਮਗਰ ਅੱਧੀ ਦੁਨੀਆ ਵਾ ਅੱਗੇ ਇੱਕ ਬੰਦੇ ਨੇ ਮੇਲ ਕੀਤੀ ਆ ਉਹਨੇ ਕਿਹਾ ਭਾਜੀ ਮਿੱਠੇ ਨੂੰ ਸਮਝਾ ਲਓ ਮੈਂ ਦਾਣਾ ਦੂਣਾ ਕੱਢ ਦੇਣੀ ਸੱਚੀ ਮੁੱਚੀ
ਕੀੜਾ ਖਾ ਗਏ। ਨਹੀਂ ਉਹਨੇ ਕਿਹਾ ਜੀ ਇਹ ਕਾਲੂ ਨੂੰ ਜਿਹੜਾ ਕਹਿੰਦਾ ਨਾ ਕਾਲੂ ਨੂੰ, ਕਾਲੂ ਸਾਡਾ ਜਿੰਦ ਜਾਣਾ, ਕਾਲੂ ਨੇ ਗੱਲ ਕੋਈ ਨਾ ਕਰੇ, ਇਹਦਾ ਕਾਲੂ ਨੂੰ ਕਹਿੰਦਾ ਤੇਰਾ ਡੇਲਾ ਡਾਊਨ ਕਰ ਦਿਆਂਗਾ ਮੈਂ, ਫਲਾਂ ਕਰਦਾ ਕਿਤੇ ਕਹਿੰਦਾ, ਇਹਨੂੰ ਕਹਿੰਦਾ ਇਹਨੂੰ ਸਮਝਾ ਲਓ। ਤੇ ਨਾਲ ਉਹਨੇ ਉਹਨੇ ਮੈਨੂੰ ਵੀ ਬੜੇ ਪਿਆਰ ਦੇ ਨਾਲ ਉਹਨੇ ਕਿਹਾ, ਉਹਨੇ ਕਿਹਾ ਤੁਸੀਂ ਵੀ ਨਾਲ ਹੀ ਉਹਦੇ। ਉਹ ਭਾਜੀ ਪਤਾ ਕੀ ਬਾਹਰ ਪਤਾ ਨੀ ਹੈਗਾ ਉਹਨਾਂ ਦਾ ਰੌਲਾ ਵੀ, ਚੱਲ ਕੰਨ ਫੜ ਲਾਜੀ। ਰਾਈਆਂ ਦੀ ਤਾਰੀਖ ਵੀ, ਗੁਜਰਾਂ ਦੀ ਤਾਰੀਖ ਵੀ, ਜੰਗਾਂ ਦੇ ਵਿੱਚ ਬੜੇ ਹੀ ਇਹਨਾਂ ਦੇ ਅਹਿਮ ਕਿਰਦਾਰ ਰਹੇ ਨੇ ਭਾਜੀ। ਮੈਂ ਬਹਾਦਰੀ ਮੇਰੇ ਹਿਸਾਬ ਨਾਲ ਬਹਾਦਰੀ ਬੁਜ਼ਦਲੀ ਕੁਛ ਹੱਦ ਤੱਕ ਤੁਹਾਨੂੰ ਵਿਰਸੇ 'ਚ ਮਿਲਦੀ ਕੁਛ ਹੱਦ ਤੱਕ, ਨਹੀਂ ਤਾਂ ਮਾੜਿਆਂ 'ਚੋਂ ਚੰਗੇ, ਬੁਜ਼ਦਲਾਂ 'ਚੋਂ ਕਈ ਐਸੇ ਬੱਚੇ ਨੇ ਉਹਨਾਂ ਦੇ ਪਿਓ ਬਹੁਤ ਬਹਾਦਰ ਹੁੰਦੇ, ਅੱਗੋਂ ਬੱਚਾ ਬੁਜ਼ਦਲ, ਕਈ ਪਿਓ ਵਿਚਾਰਾ ਸਾਰੀ ਜ਼ਿੰਦਗੀ ਸ਼ਰੀਫ, ਕਿਸੇ ਨਾਲ ਲੜਾਈ ਨਹੀਂ ਕੀਤੀ, ਬੱਚਾ ਇੱਦਾਂ ਦਾ ਨਿਕਲ ਆਉਂਦਾ ਵੀ ਬੰਦਾ ਕਹੇ ਵੀ ਇਹ ਕੀ, ਫਿਰ ਆਪਣੇ 'ਤੇ ਨਹੀਂ ਪਾਉਂਦਾ ਪਿਓ, ਫਿਰ ਕਹਿੰਦਾ ਇਹ ਮਾਮੇ 'ਤੇ ਗਿਆ। ਇਹ ਬੁੱਢੀਆਂ ਦਾ ਹੁੰਦਾ, ਜਿਹੜਾ ਬੱਚਾ ਨਹੀਂ ਨਾ ਸਹੀ ਉਹ ਪਿਓ 'ਤੇ ਗਿਆ ਜਾਂ ਚਾਚਿਆਂ 'ਤੇ ਗਿਆ, ਤੇ ਜਿਹੜਾ ਸਹੀ ਆ ਉਹ ਮਾਂ 'ਤੇ ਗਿਆ ਜਾਂ ਮਾਮਿਆਂ 'ਤੇ ਗਿਆ। ਮੇਰੇ ਅੱਬੂ ਬੜੇ ਸ਼ਰੀਫ ਸਨ ਸਾਹ ਜੀ, ਉਹ ਨਹੀਂ ਸੀ ਮਤਲਬ ਲੜਾਈ ਲੜੂਈ ਲੋ, ਤੇ ਮੇਰਾ ਉਹ ਉਹਨਾਂ ਨਾਲ ਓਪੋਜ਼ਿਟ ਮੇਰਾ ਹਿਸਾਬ। ਸਹੀ ਗੱਲ ਨਾਲ ਤੁਹਾਡੇ ਮਾਮਲਾ ਤੋਰ, ਜਿੰਨਾ ਵਜੂਹਾਤ ਤੋਂ ਤੂੰ ਲੜਦਾ ਨਾ, ਪੂਰੇ ਮਿੱਠੇ ਚੌਲਾਂ ਦੀ ਪਲੇਟ ਅੱਗੋਂ ਕੋਈ ਚੁੱਕ ਲਵੇ ਤੇ ਉੱਥੇ ਤੇ ਫਿਰ ਨੀ ਮਤਾ ਦੇਖਦਾ। ਕਿਹਦੀ ਗੱਲ ਹੋ ਰਹੀ ਕਿਸੇ ਦੀ ਵੀ ਨਹੀਂ। ਨਹੀਂ ਵੈਸੇ ਜਦੋਂ ਉਸਤਾਦ ਜੀ ਇੱਕ ਤੁਸੀਂ ਸਜੇ ਸਜਾਏ ਆਏ ਹੋ ਤੇ ਤੁਹਾਨੂੰ ਕੋਈ ਠਹਿਰ ਦਿਓ ਪਹਿਲੇ ਬੰਦਿਆਂ ਨੂੰ ਰੋਟੀ ਖਾ ਸਜਾਏ ਨਹੀਂ ਹੁੰਦਾ, ਤੁਸੀਂ ਕਦੀ ਗੌਰ ਨਾਲ ਦੇਖਣਾ ਪਿਛਲੇ ਵਿਆਹ ਦੇ ਸਾਲਣ ਵੀ ਲੱਗਾ ਹੁੰਦਾ ਵਰਦੀ। ਹਾਂ ਸਜੇ ਸਜਾਏ ਵਾਲਾ ਕੋਈ ਚੱਕਰ ਨਹੀਂ ਹੁੰਦਾ। ਹਾਂ ਉਹ ਪੈਸੇ ਚੰਗੇ ਦਿਓ ਤੇ ਫਿਰ ਵਰਦੀ ਧੁੱਪ ਕੇ ਆਉਂਦੀ ਹੈ, ਵਰਦੀ ਦੇ ਹੋਈ ਵਰਦੀ ਦਸਤਰਖਾਨ ਵਰਗੀ ਲੱਗਣ ਨਹੀਂ ਹੁੰਦੀ ਇਹਨੇ ਤਾਂ ਹੁੰਦੇ ਤੁਹਾਨੂੰ ਸਭ। ਅੱਛਾ ਜੀ ਤੁਸੀਂ ਫਰੀ ਸਰ ਕੀ ਕਰੋਗੇ ਅਗਰ ਜੰਗ ਲੱਗ ਗਈ? ਤੁਹਾਡੇ ਸਟਿੱਕ ਘੁਮਾਣਗੇ ਜੀ, ਹਾਂਜੀ ਅੱਗੇ ਅੱਗੇ ਜੰਗ ਦੇ ਸਟਿੱਕ ਘੁਮਾਣਗੇ। ਸ਼ੁਕਰ ਕਰ ਲਿਆ, ਤੁਸੀਂ ਮੈਨੂੰ ਮਾੜਾ ਸਮਝੋ ਚੰਗਾ ਸਮਝੋ, ਲੇਕਿਨ ਉਸਤਾਦ ਜੀ ਮੇਰਾ ਕਸਮੇ ਖੁਦਾ ਦੀ ਕਦੀ ਕਦੀ ਮੈਨੂੰ ਜਜ਼ਬਾਤ 'ਚ ਨਾ ਮੇਰੇ ਨਾ ਮੈਨੂੰ ਇਹ ਹੁੰਦਾ ਵਾ ਕਿ ਮੈਨੂੰ ਮਤਲਬ ਉਸਤਾਦ ਜੀ ਕੋਈ ਇਜਾਜ਼ਤ ਦੇਵੇ, ਮੇਰੇ ਘਰ ਦੇ ਮੇਰੇ ਬੱਚੇ ਬੀਵੀ ਮੈਨੂੰ ਕਹਿ ਦੇਣ ਕਿ ਭਾਈ ਮਾਂ ਦੀ ਇਜਾਜ਼ਤ ਵਾਲਦਿਆਂ ਦੀ ਇਜਾਜ਼ਤ ਜ਼ਰੂਰੀ, ਉਸ ਤੋਂ ਬਾਅਦ ਉਸਤਾਦ ਜੀ ਕਿਤੇ ਵੀ ਮੈਨੂੰ ਤੁਸੀਂ ਭੇਜ ਦਿਓ, ਇਨਸ਼ਾਅੱਲਾ ਮੈਂ ਅੱਲਾ ਦੀ ਰਾਹ ਤੇ ਉਸਤਾਦ ਜੀ ਸ਼ਹਾਦਤ ਦੀ ਮੌਤ ਲਈ ਮੈਂ ਤਿਆਰ। ਇਹ ਕਿਤੇ ਗਿਆ ਮੈਨੂੰ ਫੜੇ ਲਾਹੌਰ ਸੈੱਟ ਹੋ ਜਾਣਾ, ਤਲੋਰ ਨੂੰ ਕਹੀ ਨਾ ਮੈਂ ਗਜ਼ਾ ਆਇਆ ਹੋਇਆ ਭਾਜੀ, ਇਹਨੇ ਜਾਣਾ ਵਾ ਜੰਗ ਚੱਕਲੋ, ਦੁਸ਼ਮਣਾਂ ਨੇ ਕਹਿਣਾ ਇਹਨੂੰ ਨਾ ਮਾਰਿਓ, ਕੰਮ ਵਾਲਾ ਜੀ ਆ, ਇਹਨੂੰ ਨਾਲ ਲੈ ਜਾਓ ਕੰਮ ਵਾਲਾ। ਮੈਂ ਹਾਂ ਇਹ ਕਿ ਟੈਕਨੀਕਲੀ ਕੁਛ ਚੀਜ਼ਾਂ ਨੂੰ ਮੈਂ ਹੈਂਡਲ ਕਰਾਂਗਾ ਜਦੋਂ ਮੈਂ ਜੇ ਜੰਗ ਚ ਹੋਵਾਂ ਨਾ, ਮੈਂ ਕੁਛ ਚੀਜ਼ਾਂ ਨੂੰ ਮਤਲਬ ਲੋਕਾਂ ਨੂੰ ਉਹ ਜਿਹੜਾ ਕਹਿੰਦੇ ਜੰਗ ਦੇ ਵਿੱਚ ਲੜਨਾ ਨਹੀਂ, ਯਾਨੀ ਉੱਤੇ ਹਾਂ ਜਿੱਦਾਂ ਹੁਕਮਰਾਨਾਂ ਨੂੰ ਬਚਾ ਲਿਆ ਉਂਝ ਤੂੰ ਵੀ ਉਹਨਾਂ ਦੇ ਨਾਲ ਹੀ ਤੇ ਉਹਦੀ ਮੈਨੇਜਮੈਂਟ, ਯਾਨੀ ਸਾਰੇ ਜਣੇ ਜੰਗ ਦਾ ਹਿਸਾਬ ਕਰਨੀ ਜੋ ਲੜਨ ਵਾਲੇ ਗਰੀਬ ਅਸੀਂ। ਹਾਂ ਠੀਕ ਹੋ ਗਿਆ, ਇਹਨੇ ਰਾਕਟ ਲਾਂਚਰ ਫੜਾਇਆ ਕਿ ਇੰਜ ਚੁੱਕ ਤੇ ਇੰਜ ਚੁੱਕਿਆ, ਦਸਤੀ ਬੰਬ ਫੜਾਏ ਤੇ ਇੱਕ ਮੁੰਡੇ ਨੂੰ ਫੜਾ ਕੇ ਉਹਨਾਂ ਨੂੰ ਇੰਜਾਂ ਚ ਪਿੰਨਾ ਕਰੇ, ਫਰੀਦ ਨੂੰ ਪੁੱਛਣਾ ਬੰਬ ਚਲਾ ਲਿਆ ਕਹਿੰਦੇ ਕਿਹੜੀ ਆਵਾਜ਼ ਕੱਢ ਲੈ ਗਏ ਤਾਜੀ, ਗਿਆ ਸੀ ਫਰੀਦ ਜੰਗ ਚ ਉਹਨਾਂ ਨੇ ਪਾਈ ਬੰਬ ਸੁੱਟੇ, ਬੰਬ ਫੜ ਕੇ ਏਦਾਂ ਪਾਈ ਆ ਗਏ ਕਿੱਥੇ ਬੰਬ ਬਕਾਇਆ ਲੈ ਕੇ ਫੜਾਇਆ ਬੱਚੇ ਨੇ
ਬੰਬਾਂ ਦੇ 100 ਤੇ 90 ਦੇ ਹੁੰਦੇ ਨੇ ਯਾਰ ਦੱਸ ਬਾਹਰਲ ਫਰੀਦ ਜੀ ਉਹ ਕੀ ਯਾਰ ਤੇਰੇ ਚ ਕੋਈ ਤੇਰੇ ਚ ਤੇਰੇ ਮੇਰੀ ਗੱਲ ਸੁਣ ਲਓ ਜੀ ਮੇਰੇ ਸਾਹਮਣੇ ਜ਼ਿੰਦਗੀ ਚ ਕਦੀ ਦੁਸ਼ਮਣ ਆ ਗਿਆ ਪਾਕਿਸਤਾਨ ਦਾ ਹਾਏ ਹਾਏ ਫੇਰ ਦੱਸਦਾ ਫੇਰ ਉਹਨੂੰ ਰਵੀ ਸਾਹਿਬ ਦੇ ਗਾਣੇ ਸੁਣਾਣਗੇ ਹੋਰ ਕੀ ਪਹਿਲੇ ਤੇ ਨੇ ਹੋਣਾ ਹੀ ਨਹੀਂ ਉਹਨੂੰ ਪਤਾ ਹੁਣ ਜਾਨੀ ਖੜਾ ਅੱਗੇ ਜੰਗ ਲੜਨ ਨੂੰ ਬਾਹਰ ਸਟਾਰ ਹੈਸ਼ ਨਾਈਨ ਕਲਾਰਕ ਤੇ ਡੀਕਨ ਦੇ ਕਦੋਂ ਅੰਦਰੋਂ ਐਪ ਹੋ ਕੇ ਦੁਸ਼ਮਣ ਲੜਨਾ ਮੇਰੇ ਤੇ ਕਮਰੇ ਨੂੰ ਲੌਕ ਲੱਗਾ ਮੈਨੂੰ ਤੇ ਟੈਨਸ਼ਨ ਨਹੀਂ ਕੋਈ ਮਰਵਾ ਕੇ ਸ਼ਰਮਿੰਦਗੀ ਬਚ ਜੇ ਤਦ ਸ਼ਰਮਿੰਦਾ ਸੀ ਮਰ ਜੇ ਤਦ ਸ਼ਰਮਿੰਦਾ ਨਹੀਂ ਉਸਤਾਦ ਜੀ ਤੁਹਾਡਾ ਸਰ ਫਖਰ ਨਾਲ ਬੁਲੰਦ ਨਾ ਨਾ ਹੋਇਆ ਅਸੀਂ ਉਹ ਚੀਮੇ ਆ ਜਿੱਥੇ ਗੱਲ ਕਰਦੀ ਹੈ ਨਾ ਅਸੀਂ ਉੱਥੋਂ ਵਾਪਸ ਨੀ ਪੈਰ ਪਿੱਛੇ ਨੀ ਹੋਣਾ ਅੱਗੇ ਹੀ ਜਾਣਾ ਜੰਗ ਲੜਨ ਦੇ ਦੁਸ਼ਮਣਾਂ ਨੇ ਕਰ ਯਾਰ ਇਹਨੇ ਇਹਨੇ ਜੰਗ ਚ ਨਾ ਫੜੇ ਨੀ ਜਾਣਾ ਦੁਸ਼ਮਣ ਨੇ ਕਹਿਣਾ ਯਾਰ ਬਹੁਤ ਵਰਤੀਲਾ ਵਾ ਕਾਬੂ ਨੀ ਆ ਰਿਹਾ ਲਾਗੇ ਆਵੇ ਇਹਨੂੰ ਤਲਵਾਰ ਮਾਰੀਏ ਆਤੇ ਨੀ ਆ ਰਿਹਾ ਇੱਕ ਬੰਦੇ ਨੇ ਇੰਜ 100 ਵਾਲਾ ਕੱਢ ਕੇ ਇੰਜ ਕਰਨਾ ਉਹ ਇੱਧਰੋਂ ਤਲਵਾਰ ਫੜੀ ਇਹਨੇ ਇੰਜ ਕਰਨਾ ਉਹਨੇ ਠਾਪਾ ਬਾਹ ਲਾ ਲਈ ਇਹ ਕਰਨ ਲਈ ਕਹਿਣਾ ਤੂੰ ਲੜਦਾ ਕੋਈ ਪੌਰ ਕਹਿਣਾ ਭਾਜੀ ਟੈਂਕ ਦੀ ਛੱਤ ਤੇ ਬਹਿ ਪਾ ਤਾਂ ਲੱਕ ਦੁੱਖ ਲੱਕ ਦਰਦ ਕਰਨ ਦੇ ਇਹ ਬਾਹਰ ਫੌਜੀ ਹੁਣੇ ਜਿਹੜੇ ਟੈਂਕ ਦੀ ਛੱਤ ਤੇ ਬਹਿ ਗਿਆ ਜੰਗ ਤੇ ਨਹੀਂ ਪੁੱਛੀ ਜਾਂਦੇ ਮੇਜਰ ਦਾ ਪਿਓ ਲੱਭੋ ਕਿੱਥੇ ਨਾੜੇ ਦਾ ਹੁੰਦਾ ਨਹੀਂ ਨਹੀਂ ਇੱਕ ਗੱਲ ਆ ਸਾਜੀ ਵੈਸੇ ਜੇ ਅੱਲਾ ਨਾ ਕਰੇ ਪਾਕਿਸਤਾਨ ਤੇ ਅਲਹਮਦੁਲਿਲਾ ਅੱਲਾ ਦੀ ਰਹਿਮਤ ਹੈਗੀ ਆ ਐਸਾ ਮਾਮਲਾ ਨਹੀਂ ਹੋਣ ਲੱਗਾ ਹੁਣ ਤੇ ਮਾਮਲੇ ਪੂਰੀ ਦੁਨੀਆਂ ਦੇ ਖਰਾਬ ਹੁੰਦੇ ਲਾਈਕ ਜਿਵੇਂ ਚਾਈਨਾ ਅਮਰੀਕਾ ਇਹ ਤੇ ਵੱਡੇ ਸਤਾ ਤੇ ਜਿਹੜੇ ਨਿਜ਼ਾਮ ਪਾਕਿਸਤਾਨ ਨਾਲ ਲੱਗੇ ਸਰ ਹੁਣ ਪਾਕਿਸਤਾਨ ਤੇ ਬਾਜੀ ਹੁਣ ਉਹ ਗੇਮ ਹੀ ਨਹੀਂ ਹੋਣੀ ਨਾ ਅਸੀਂ ਤੇ ਵੈਸੇ ਸ਼ੁਗਰ ਲੱਗੇ ਹਾਂ ਮਜ਼ਾਕ ਕਰ ਰਹੇ ਹਾਂ ਲੇਕਿਨ ਅੱਲਾ ਮਾਫੀ ਦੇਵੇ ਇਹਨਾਂ ਤੋਂ ਅੱਲਾ ਬਚਾ ਸਾਡੇ ਫੈਸਲਾਬਾਦ ਦੀ 17 ਟੈਕਸਟਾਈਲ ਮਿਲ ਜਿਹੜੀ ਕਿ 12 ਸਾਲਾਂ ਬਾਅਦ ਜਿਹੜੀ ਹੁਣ ਬੰਦ ਹੋ ਗਈ ਸ਼ਿਫਟ ਹੋ ਗਈ ਕਿਤੇ ਬੰਦ ਹੋ ਗਈ ਹੈ ਉਹਦੀ ਰੀਜ਼ਨ ਨਹੀਂ ਮੇਰੇ ਹਾਲ ਕਿਤੇ ਹੋਰ ਚਲੇ ਗਏ ਕਿਸੇ ਮੁਲਕ ਉਹਨਾਂ ਨੇ ਫਿਰ ਸੈਟਅਪ ਛੋਟਾ ਕਰ ਲਿਆ ਤੇ ਇਹੋ ਹੀ ਆ ਵੀ ਉਹਨਾਂ ਨੇ ਆਪਣਾ ਕੋਈ ਬਹੁਤ ਵੱਡਾ ਨਾਂ ਯਾਰ 17 ਟੈਕਸਟਾਈਲ ਔਰ ਇਹ ਕੀ ਹਾਲਾਤ ਆ ਗਏ ਨੇ ਪਾਕਿਸਤਾਨ ਦੇ ਕਿ ਬਿਜਲੀ ਉਹਨਾਂ ਦੀ ਅਲੱਗ ਹੈ ਆਪਣੀ ਉਹਨਾਂ ਦੀ ਸਾਰਾ ਕੁਝ ਲੇਕਿਨ ਇਹਦੇ ਬਾਵਜੂਦ ਕੀ ਸੀ ਉਹ ਜਿਹੜੇ ਉਹਨਾਂ ਦੇ ਹਜ਼ਾਰਾਂ ਮੁਲਾਜ਼ਮੀਨ ਹੋਣਗੇ ਉਹ ਸਾਰੇ ਵਿਚਾਰੇ ਕੰਮਾਂ ਤੋਂ ਵਿਹਲੇ ਹੋ ਗਏ ਉਸਤਾਦ ਜੀ ਔਰ ਉਸਤਾਦ ਜੀ ਇਸ ਤੋਂ ਬਾਅਦ ਮਨਾਲ ਹੋਟਲ ਲਾਹੌਰ ਵਾਲਾ ਉਹ ਬੰਦ ਹੋ ਗਿਆ ਉਹ ਇਸਲਾਮਾਬਾਦ ਵਾਲਾ ਨਹੀਂ ਨਹੀਂ ਲਾਹੌਰ ਵਾਲਾ ਇਸਲਾਮਾਬਾਦ ਵਾਲਾ ਬੰਦ ਹੋਇਆ ਉਹ ਯਾਰ ਲਾਹੌਰ ਇਸਲਾਮਾਬਾਦ ਵਾਲਾ ਬੰਦ ਹੋਇਆ ਉਹ ਉਹਦਾ ਬੰਦ ਨਹੀਂ ਹੋਇਆ ਉਹ ਕੋਈ ਜਗ੍ਹਾ ਦਾ ਰੌਲਾ ਬਣਿਆ ਉਸਤਾਦ ਜਿਹੜੀ ਜਗ੍ਹਾ ਸੀ ਨਾ ਉਹਦਾ ਕੋਈ ਰੌਲਾ ਬਣਿਆ ਸਰਕਾਰੀ ਸੀ ਸਰਕਾਰੀ ਦਾ ਕੋਈ ਗੱਲ ਦੱਸੋ ਜਿਹੜੇ ਹੁਣ 17 ਟੈਕਸਟਾਈਲ ਬੰਦ ਹੋਏ ਉਹਦੇ ਮਜ਼ਦੂਰ ਜਿਹੜੇ ਵਿਚਾਰੇ ਰੁਲ ਗਏ ਘਰੋਂ ਕੇ ਘਰ ਹੋ ਗਏ ਲੰਗਰ ਨਹੀਂ ਪੱਕਣਾ ਉਹਨਾਂ ਵਾਸਤੇ ਤਾਂ ਜੰਗ ਸ਼ੁਰੂ ਹੋ ਗਈ ਤੁਸੀਂ ਕਿਹੜੀਆਂ ਜਗ੍ਹਾ ਭਾਲਦੇ ਪਏ ਫਿਰ ਮਾਦਰਤ ਨਾਲ ਤੇ ਸਮਝ ਲਵੋ ਕਿ ਮੁਲਕ ਦੀਵਾਲੀਏ ਦੇ ਨਾ ਕਿਨਾਰੇ ਤੇ ਪਹੁੰਚ ਚੁੱਕਿਆ ਅੱਲਾ ਨਾ ਇਹ ਤੇ ਸਾਰੇ ਹੀ ਕਹਿੰਦੇ ਇਹ ਚ ਕਿਹੜੀ ਬੜੀ ਖਬਰ ਦਿੱਤੀ ਫਰੀਦ ਕੁਛ ਵੀ ਨਹੀਂ ਨਾ ਯਾਰ ਮੁਲਕ ਨੂੰ ਪਾਕਿਸਤਾਨ ਦਾ ਰੁਪਈਆ ਠੀਕ ਹੋ ਜਾਏਗਾ ਇਨਸ਼ਾਅੱਲਾ ਤਾਲਾ ਟੈਨਸ਼ਨ ਨਾ ਲੈ ਉਸਤਾਦ ਜੀ ਨੇ ਜਿਹੜੀ ਉਹ ਵਟਸਐਪ ਚੈਨਲ ਬਣਾਇਆ ਨਾ ਉਹ ਇਸੇ ਕੰਮ ਲਈ ਬਣਾਇਆ 5,000-10,000 ਪਾਕਿਸਤਾਨ ਉਹਦੇ ਚ ਵੱਧ ਚੜ ਕੇ ਹਿੱਸਾ ਪਾਉਣਾ ਮੈਂ ਤੁਹਾਨੂੰ ਕਹਿ ਰਿਹਾ ਜੇ ਤੁਸੀਂ ਯਾਦ ਹੀ ਕਰੋਗੇ ਮੇਰੀ ਗੱਲ ਲਿਖ ਲੈਣਾ ਮੇਰੀ ਗੱਲ ਭਲੇ ਵਾਲਾ ਤੁਸੀਂ ਕੰਮ ਕਰਨਾ ਮੈਨੂੰ ਪਤਾ ਲੇਕਿਨ ਔਰ ਭਲਾ ਨੀ ਸਾਜ ਜੀ ਭਲਾ ਭੋਲਾ ਕੋਈ ਨੀ ਕਰਨਾ ਗੇਮ ਪ੍ਰੈਕਟੀਕਲੀ ਕਰਕੇ ਦਿਖਾਉਣਾ ਬਿਲਕੁਲ ਸਮਝ ਆ ਰਹੀ ਕਾਲ ਪਾਉਣਾ
ਛੱਡ ਦੇ ਤੂੰ ਗੱਲ ਇਸ ਮਰ ਜਾ ਤੂੰ ਯਾਰ ਬਚਨ ਦੇ ਚੱਕਰ ਚ ਵੀ ਮੈਂ ਕਿਹੜਾ ਪੱਥਰ ਦਾ ਮੈਂ ਮਰਨਾ ਨਹੀਂ ਉਹਦੀ ਨੀਅਤ ਤਾਂ ਮਜ਼ਾ ਲਾਉਂਦਾ ਇਹਨੇ ਦੁਸ਼ਮਣ ਦੀ ਹਰ ਸ਼ਰਤ ਮੰਨ ਲੈਣੀ ਉਹਨੇ ਨੂੰ ਕਹਿਣਾ ਫੜ ਬੰਦੂਕਾਂ ਸਾਡੇ ਨਾਲ ਲੜ ਕੇ ਮਾਰ ਆਪਣੇ ਨੂੰ ਇਹਨੇ ਸ਼ੁਰੂ ਹੋ ਜਾਣਾ ਇਹਨੇ ਕਹਿਣਾ ਮੈਂ ਮੈਨੂੰ ਕੁਛ ਨਾ ਕਹਿਣਾ ਹਾਂਜੀ ਇੱਥੇ ਕੀ ਪਤਾ ਲੱਗਦਾ ਵਾਸ਼ਿੰਗ ਮਸ਼ੀਨ ਨੂੰ ਹੱਥ ਲੱਗੇ ਛੱਡੇ ਹੀ ਨਾ ਹੁਣ ਅਗਲੇ ਹਫ਼ਤੇ ਅਸੀਂ ਮਟਨ ਪਕਾਉਣਾ ਕਾਲੇ ਮਿਰਚ ਵਾਲਾ ਉਹ ਛੱਡ ਦਵਾਂ ਗੋਲੀ ਖਾ ਲਵਾਂ ਤਾਜੀ ਮੈਨੂੰ ਲੱਗਦਾ ਮਾਰ ਬਾਬਾ ਦੇਰ ਤਾਂ ਗਿਆ ਖਾਣ ਪੀਣ ਦੀ ਵਜ੍ਹਾ ਤੋਂ ਤੁਰਿਆ ਫਿਰ ਨਹੀਂ ਵੀ ਤੂੰ ਹਰ ਸ਼ੇ ਮੇਰੇ ਤੇ ਪਾਈ ਮੈਂ ਕੋਈ ਕਮਿੰਟਾਂ ਦੇ ਵਿੱਚ ਉਹਦੇ ਮਜ਼ਾਇਆ ਨੂੰ ਗੱਲ ਕੀਤੀ ਹੈ ਮੈਂ ਕੋਈ ਗਾਲ ਬੰਦਾ ਕੀਤਾ ਉਹਨਾਂ ਮੈਂ ਸਾਦਾ ਜਿਹਾ ਬੰਦਾ ਲੁਕਿਆ ਛੁਪਿਆ ਹੋਇਆ ਵਾ ਵੀ ਮੇਰੇ ਤੇ ਉਹਨੇ ਹਰ ਸ਼ੇ ਪਾਉਣੀ ਉਹਦੀ ਨਿਯਮਤਾਂ ਤਾਂ ਪਹਿਲੇ ਮਜ਼ਾ ਲੈ ਲਓ ਜਦੋਂ ਬੁੱਢੇ ਜੇ ਹੋ ਜਾਓਗੇ ਮਾਸਟਰ ਯਾਰ ਹਾਲੇ ਤੱਕ ਲਿਆ ਹੀ ਨਹੀਂ ਮਜ਼ਾ ਤੂੰ ਉਹਦੀਆਂ ਨਿਯਮਤਾਂ ਦਾ ਮਜ਼ਾ ਤੇ ਤੂੰ 50 ਵਾਰੀ ਜੰਮ ਕੇ ਜਿਵੇਂ ਤਦ ਨਹੀਂ ਪੂਰੀਆਂ ਤਾਂ ਲੈ ਸਕਦਾ ਤੂੰ ਅੱਧ ਪਜੱਦੀਆਂ ਦਾ ਜਿੰਨੀਆਂ ਅੱਧ ਪਜੱਦੀਆਂ ਵੀ ਨਹੀਂ ਲੈ ਸਕਦਾ ਪੂਰਾ ਸ਼ੋਅ ਆਪਣਾ ਵੇਖ ਲਈ ਤੇ ਐਂਡ ਤੇ ਆ ਗੱਲ ਨਾ ਕਰ ਮੇਰੇ ਕੋਲ ਨਾ ਇੱਥੇ ਸ਼ਹੀਦ ਹੋ ਜਾਈ ਤੇਰੀ ਮਿਹਰਬਾਨੀ ਤਾਜੀ ਗਿਆ ਏਦਾਂ ਭਾਈ ਜੰਗ ਤੇ ਰਹਿਣਾ ਤੂੰ ਸਾਰਿਆਂ ਤੋਂ ਅੱਗੇ ਤਲਵਾਰ ਫੜੀ ਘੁਮਾਉਂਦਾ ਲੇਕਿਨ ਮਿੱਠਾ ਜੀ ਇਸ ਤੋਂ ਇਲਾਵਾ ਵੀ ਮੌਤ ਆ ਸਕਦੀ ਹੈ ਹਰ ਲਮਹਾ ਤੁਹਾਡੇ ਕੋਲ ਆ ਮੌਤ ਕਿਸੇ ਟਾਈਮ ਵਿੱਚ ਭੱਟਾ ਵੱਜਣਾ ਇਹਦੇ ਨਾਲ ਉਹ ਜਜ਼ਬੇ ਨਾਲ ਮਰ ਬਹਾਦਰ ਹੋ ਕੇ ਮੈਂ ਮਰਨਾ ਹਰ ਹਰ ਸ਼ਹਿਰ ਮਰ ਜਾਣਾ ਮੈਂ ਕਿਹੜਾ ਨਹੀਂ ਮਰਦਾ ਮੈਂ ਕਾਰਟੂਨ ਕਰਨਾ ਜੀ ਨਾਰੇ ਨਜ਼ਾਨਾ ਲੱਗ ਪਈ ਆਪਣਾ ਖਿਆਲ ਰੱਖੋ ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ ਲਵ ਯੂ ਅੱਲਾ ਹਾਫਿਜ਼।